104 ਸਾਲ ਦਾ ਸਫ਼ਰ ਪੂਰਾ ਕੀਤਾ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਣ ਦਿੱਤਾ। ਉਹ ਕਿਹਨਾਂ ਨੇ ਨਹੀਂ ਹੋਣ ਦਿੱਤਾ? ਆਪਣੇ ਮੈਂਬਰਾਂ ਨੇ। ਅਤੇ ਆਪਾਂ ਕਿਸੇ ਪਾਰਟੀ ਨਾਲ ਵੀ ਬਿਲੋਂਗ ਕਰਦੇ ਹਾਂ, ਆਪਾਂ ਕਿਸੇ ਨਾਲ ਵੀ ਕਰਦੇ ਹਾਂ, ਆਪਾਂ ਗੇਟ ਤੋਂ ਬਾਹਰ ਕਰਦੇ ਹਾਂ। 104 ਸਾਲ ਵਿੱਚ ਕਦੀ ਵੋਟਿੰਗ ਨਾ ਹੋਈ ਹੋਵੇ, ਸਰਬਸੰਮਤੀ ਨਾਲ ਹੀ ਵੱਧਿਆ। ਉਹ ਕਹਿੰਦੇ ਆਪਣਾ ਆ, ਇਹ ਮੈਂਬਰ ਆਪਾਂ ਹੀ ਚੁਣ ਕੇ ਭੇਜੇ ਆ, ਕਿਉਂਕਿ ਸਰਬਸੰਮਤੀ ਵਾਲਡ ਆ। ਕਦੀ ਡਿਪਾਰਟਮੈਂਟ ਦੀ ਇੰਟਰਫੇਰੈਂਸ ਜ਼ਿਆਦਾ ਹੋ ਜਾਂਦੀ ਕੋਈ ਕਾਰਨ? ਮੈਨੂੰ ਇੱਕ ਸੀਨੀਅਰ ਅਫਸਰ ਨੇ ਗੱਲ ਕਹੀ ਕਿ ਇਹ ਜ਼ਰੂਰੀ ਹੈ। ਅਗਰ ਕਿਉਂ ਜ਼ਰੂਰੀ ਹੈ? ਕਹਿੰਦੇ ਮੈਂ ਸਿਰਫ ਇਹ ਕਹੂੰਗਾ, ਲਿਮਿਟਡ ਵਾਲਾ ਜ਼ਰੂਰੀ ਹੈ। ਜਦੋਂ ਮੈਂ ਇੰਨਾ ਵੱਡਾ ਵਰਡ ਯੂਜ਼ ਕੀਤਾ, ਤੁਸੀਂ ਇਹ ਦੇਖੋ ਕਿ 4 ਪਿੰਡਾਂ ਨੇ ਇਸ ਸੁਸਾਇਟੀ ਵਿੱਚ ਇੰਨਾ ਪੈਸਾ ਜਮ੍ਹਾਂ ਕਰਾਇਆ। ਦਿਮਾਗ ਆ ਨਾ ਲੋਕਾਂ ਦਾ, ਇਹ ਦਿਮਾਗ ਆ, ਲੋਕ ਆਪਣੇ ਤਰੀਕੇ ਨਾਲ ਚੱਲ ਰਹੇ ਆ। ਉਹ ਲੋਨ ਨੂੰ ਲੋਨ ਨਹੀਂ ਕਿਹਾ ਜਾ ਸਕਦਾ ਜਦ ਤੱਕ ਆਪਾਂ ਉਹਦੀ ਕੈਲਕੂਲੇਸ਼ਨ ਕਰਕੇ ਉਹਦਾ ਆਧਾਰ ਨਾ ਪਤਾ ਕਰੀਏ। ਕਈ ਅਦਾਰੇ ਇੱਦਾਂ ਦੇ ਆਪਣਾ ਖਿਆਲ ਰੱਖਦੇ ਆ, ਪਰ ਜਿਹਨਾਂ ਨਾਲ ਵਪਾਰ ਕਰਨਾ ਉਹਦਾ ਖਿਆਲ ਨਹੀਂ ਰੱਖਦੇ। ਮੈਂ ਇਹ ਕਹਿੰਦਾ ਕਿ ਜਿਹੜਾ ਬੰਦਾ ਚਲਾ ਰਿਹਾ, ਮੈਂ ਸਭ ਤੋਂ ਵੱਡੀ ਉਹਦੀ ਗੱਲ ਕਰਦਾ, ਉਹਨੂੰ ਹੀ ਨਹੀਂ ਪਤਾ ਹੁੰਦਾ ਸੁਸਾਇਟੀ ਕੀ ਆ। ਇਸ ਤਰ੍ਹਾਂ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਉੱਥੇ ਵਰਕ ਕਰਨਾ ਬਹੁਤ ਜ਼ਰੂਰੀ ਹੁੰਦਾ, ਉਹ ਤੋਂ ਬਗੈਰ ਪੰਗਾ ਲੈਣਾ ਬਿਲਕੁਲ ਗਲਤ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਅਤੇ ਤੁਸੀਂ ਜੁੜ ਚੁੱਕੇ ਹੋ ਹਮਦਰਦ ਟੀਵੀ ਦੇ ਨਾਲ। ਅਕਸਰ ਕੋਸ਼ਿਸ਼ ਕਰੀਦੀ ਹੈ ਪੰਜਾਬ ਦੇ ਪਿੰਡਾਂ ਦੀ ਉਹ ਤਸਵੀਰ ਦਿਖਾਈ ਜਾਵੇ ਜਿਹੜੀ ਕਿ ਪੰਜਾਬ ਦੇ ਪਿੰਡਾਂ ਦੀ ਨੁਹਾਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਮਦਾ ਹੁੰਦੀ ਹੈ। ਅੱਜ ਜਿਸ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ, ਜਿਸ ਪਿੰਡ ਦੀ ਅੱਜ ਤੁਹਾਨੂੰ ਗੱਲ ਦੱਸਣ ਲੱਗੇ ਹਾਂ ਜਾਂ ਫਿਰ ਕਾਰਗੁਜ਼ਾਰੀਆਂ ਦਾ ਦੌਰ ਇੱਥੇ ਕਿਵੇਂ ਦਾ ਚੱਲਦਾ ਹੈ, ਉਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਦੇਣ ਲੱਗੇ ਹਾਂ, ਉਸ ਨੂੰ ਜਾਣ ਕੇ ਉਸ ਦੇ ਬਾਰੇ ਜਾਣਕਾਰੀਆਂ ਇਕੱਤਰ ਕਰਕੇ ਅਤੇ ਇਸ ਸਾਰੀ ਰਿਪੋਰਟ ਨੂੰ ਜਾਣ ਕੇ ਤੁਸੀਂ ਹੈਰਾਨ ਵੀ ਹੋਵੋਗੇ ਕਿ ਅੱਜ ਦੇ ਅਜੋਕੇ ਦੌਰ ਦੇ ਵਿੱਚ ਕਿਵੇਂ ਇਹ ਸਭ ਕੁਝ ਸੰਭਵ ਹੋ ਸਕਦਾ। ਇਹ ਸਾਰੀਆਂ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਉਸੇ ਪਿੰਡ ਦੀਆਂ ਨੇ, ਲਾਂਬੜਾ ਕਾਂਗੜੀ ਪਿੰਡ ਦਾ ਨਾਮ ਹੈ, ਜਿਸ ਦੇ ਵਿੱਚ ਕੋਆਪਰੇਟਿਵ ਸੁਸਾਇਟੀ ਇਸ ਢੰਗ ਤਰੀਕਿਆਂ ਦੇ ਨਾਲ ਕਾਰਗੁਜ਼ਾਰੀਆਂ ਕਰਦੀ ਹੈ ਕਿ ਪਿੰਡ ਦੇ ਕਿਸਾਨਾਂ ਨੂੰ ਜਿੱਥੇ ਫਾਇਦਾ ਮਿਲਦਾ ਹੈ, ਜਿੱਥੇ ਪਿੰਡ ਦੇ ਵਿੱਚ ਹੋਰ ਕਾਰਗੁਜ਼ਾਰੀਆਂ ਦੇ ਵਿੱਚ ਇਸ ਸੁਸਾਇਟੀ ਦੇ ਵੱਲੋਂ ਆਪਣਾ ਯੋਗਦਾਨ ਪਾਇਆ ਜਾਂਦਾ ਹੈ, ਪਰ ਇਸ ਤੰਤਰ ਨੂੰ ਚਲਾਉਣ ਦੇ ਪਿੱਛੇ ਕੀ ਕੁਝ ਕਾਰਗੁਜ਼ਾਰੀਆਂ ਰਹਿੰਦੀਆਂ ਨੇ, ਕਿਸ ਤਰੀਕੇ ਦੇ ਨਾਲ ਇਸ ਤੰਤਰ ਨੂੰ ਚੈਨਲਾਈਜ਼ ਕਰਕੇ ਚਲਾਇਆ ਜਾਂਦਾ ਅਤੇ ਹੁਣ ਤੱਕ ਤਕਰੀਬਨ 104 ਸਾਲ ਤੋਂ ਵੱਧ ਦਾ ਸਮਾਂ ਇਸ ਸੁਸਾਇਟੀ ਨੂੰ ਬਣਿਆ ਹੋ ਚੁੱਕਾ ਹੈ ਅਤੇ ਇਸ ਸੁਸਾਇਟੀ ਦੇ ਕੰਮਕਾਜ ਕਰਨ ਦੇ ਕੀ ਕੁਝ ਤਰੀਕੇ ਨੇ, ਇਹ ਸਾਰੀ ਜਾਣਕਾਰੀ ਲਵਾਂਗੇ। ਅਤੇ ਮੇਰੇ ਨਾਲ ਪ੍ਰੋਜੈਕਟ ਮੈਨੇਜਰ ਜਿਹੜੇ ਨੇ ਇਸ ਸੁਸਾਇਟੀ ਦੇ ਜਸਵਿੰਦਰ ਸਿੰਘ ਸੈਣੀ ਸਾਹਿਬ, ਉਹ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਸੈਣੀ ਸਾਹਿਬ। ਧੰਨਵਾਦ ਤੁਹਾਡਾ, ਤੁਸੀਂ ਇਸ ਸੁਸਾਇਟੀ ਨੂੰ ਕਵਰ ਕਰਨ ਵਾਸਤੇ ਆਏ। ਮੈਂ ਇਸ ਕਰਕੇ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਮੈਂ ਇਸ ਸੁਸਾਇਟੀ ਬਾਰੇ ਜੋ ਵੀ ਤੁਸੀਂ ਮੈਨੂੰ ਕੁਐਸਚਨ ਕਰੋਗੇ ਉਹਦਾ ਜਵਾਬ ਦਊਂਗਾ। ਸਣੀ ਸਾਹਿਬ, ਜਿਵੇਂ ਮੈਂ ਗੱਲ ਕੀਤੀ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀ ਸੁਸਾਇਟੀ ਦੇ ਚਰਚੇ ਨੇ, ਲੋਕ ਹੈਰਾਨ ਵੀ ਨੇ, ਲੋਕ ਚੰਗਾ ਵੀ ਸਮਝਦੇ ਨੇ, ਪਰ ਇਸ ਚੀਜ਼ ਦੇ ਪਿੱਛੇ ਕਾਰਗੁਜ਼ਾਰੀਆਂ ਦਾ ਦੌਰ ਜਿਹੜਾ 1920 ਦੇ ਵਿੱਚ ਸ਼ੁਰੂ ਹੋਇਆ, ਅਜੇ ਤੱਕ ਵੀ ਉਸ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ, ਕੀ ਕਹਿਣਾ ਚਾਹੁੰਦੇ ਹੋ ਇਸ ਵਕਤ ਇਸ ਸਾਰੀ ਸਥਿਤੀ ਦੇ ਵਿੱਚ, ਅਜੋਕੇ ਦੌਰ ਦੇ ਵਿੱਚ ਇਸ ਨੂੰ ਸੰਭਵ ਰੱਖਣਾ ਕਿੰਨਾ ਔਖਾ ਲੱਗਦਾ ਜਾਂ ਫਿਰ ਕਾਰਗੁਜ਼ਾਰੀਆਂ ਕਿਵੇਂ ਦੀਆਂ ਚੱਲਦੀਆਂ? ਦੇਖੋ, ਜੇ ਤੁਸੀਂ ਇਹ ਗੱਲ ਕਰਦੇ ਹੋ 1920 ਤੋਂ ਲੈ ਕੇ 2024 ਦੀ, 104 ਸਾਲ ਹੋ ਗਏ, ਸਾਰਾ ਸਿਹਰਾ ਜਿਹੜੇ ਇਹ ਮੈਂਬਰਾਂ ਨੂੰ ਦਊਂਗਾ ਇਸ ਸੁਸਾਇਟੀ ਦੇ, ਜਿਹੜੇ 4 ਪਿੰਡ ਆ ਉਹਨਾਂ ਦੇ ਲੋਕਾਂ ਨੂੰ ਦਊਂਗਾ, ਕਿਉਂਕਿ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਲੋਕਾਂ ਦੀਆਂ ਹੁੰਦੀਆਂ, ਕੋਈ ਸੁਸਾਇਟੀ ਕੋਈ ਬਿਲਡਿੰਗ ਨਹੀਂ ਹੈਗੀ, ਕੋਈ ਇਮਾਰਤ, ਇਹਨੂੰ ਸੁਸਾਇਟੀ ਨਹੀਂ ਕਹਿੰਦੇ। ਸੁਸਾਇਟੀ ਮੀਨਿੰਗ ਕਿ ਇੱਕ ਇਕੱਠਾ ਜਿਹੜਾ ਕਿ ਆਪਣੇ ਆਪ ਨੂੰ ਚਲਾ ਰਿਹਾ। ਇਹ ਜਰਮਨ ਤੋਂ ਜਦੋਂ ਗੱਲ ਕੀਤੀ 1904 ਚ ਸ਼ਿਫਟ ਹੋਈ, ਇੱਕ ਉਮੀਦ ਲੈ ਕੇ ਆਏ ਸੀਗੇ ਲੋਕ ਜਿਹੜੇ ਆ ਆਤਮ ਨਿਰਭਰ ਬਣ ਜਾਣ, ਆਪਣੇ ਆਪ ਨੂੰ ਡਿਵੈਲਪ ਕਰਨ ਲਈ ਆਪ ਸੰਗਠਨ ਕਰਨ। ਉਹਦੇ ਵਿੱਚ ਇੱਕ ਕੋਆਪਰੇਟਿਵ ਸੰਗਠਨ ਜਿਹੜਾ ਸੀਗਾ ਗੌਰਮੈਂਟ ਨੇ ਇੱਥੇ ਲੈ ਕੇ ਆਉਂਦਾ ਕਿ ਕੋਆਪਰੇਟਿਵ ਐਕਟ ਬਣ ਗਏ, ਵਾਈਲਾਜ਼ ਬਣ ਗਏ, ਉਹਦੇ ਅਕੋਰਡਿੰਗ ਕੰਮ ਆਊਗਾ। ਐਕਚੁਅਲੀ ਜਿਹੜਾ ਕੰਮ ਹੋ ਰਿਹਾ ਕਿਸੇ ਇੱਕ ਦਾ ਨਹੀਂ ਹੋ ਰਿਹਾ, ਸਾਂਝੇ ਤੌਰ ਤੇ ਹੋ ਰਿਹਾ, ਕੋਈ ਵੀ ਪ੍ਰੋਪਰਟੀ ਗ੍ਰੇਡ ਹੋਈ ਸਾਂਝੇ ਤੌਰ ਤੇ ਹੋ ਰਹੀ ਆ।
ਸਭ ਤੋਂ ਜਿਹੜਾ ਮੈਂ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਤਜਰਬਾ ਦੇਖਿਆ, ਸਟੱਡੀ ਦੇ ਤੌਰ 'ਤੇ ਵੀ ਤਜਰਬਾ ਦੇਖਿਆ, ਕੋਆਪਰੇਟਿਵ ਸਭ ਤੋਂ ਬੈਸਟ ਜਿਹੜਾ ਇੱਕ ਅਦਾਰਾ ਸੀਗਾ, ਜਿਹੜਾ ਸੰਗਠਨ ਮਜ਼ਬੂਤ ਸੰਗਠਨ ਮੰਨਿਆ ਜਾਂਦਾ, ਕਿਉਂਕਿ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਕੋਈ ਵੀ ਮੈਂਬਰ ਕਿੰਨੇ ਵੀ ਸ਼ੇਅਰ ਹੋਲਡਰ ਦਾ ਮੈਂਬਰ ਹੋਵੇ, ਕਿਸੇ ਵੀ ਕਿੰਨਾ ਅਮਾਊਂਟ ਦਾ ਸ਼ੇਅਰ ਹੋਵੇ, ਉਹਨੂੰ ਵੰਨ ਅਧਿਕਾਰ ਦਿੱਤਾ ਗਿਆ, ਵੰਨ ਵੋਟ ਦਾ ਅਧਿਕਾਰ ਦਿੱਤਾ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੋਈ ਗਰੀਬ ਕੋਈ ਅਮੀਰ ਉਹਦੇ ਵਿੱਚ ਕੋਈ ਫਰਕ ਨਹੀਂ। ਦੂਜੀ ਗੱਲ ਇਹ ਆ ਜਾਤ ਪਾਤ, ਸਭ ਤੋਂ ਵੱਡੀ ਗੱਲ ਹੁੰਦੀ ਆ ਜਦੋਂ ਆਪਾਂ ਡਿਵਾਈਡ ਕਰਨਾ ਹੁੰਦਾ ਕਿਸੇ ਨੂੰ, ਉੱਥੇ ਜਾਤ ਪਾਤ ਦਾ ਰੋਲ ਪੈਦਾ ਕਰ ਦਿੰਦੇ ਆ। ਇਹ ਮੈਂਬਰ ਹਰ ਜਾਤ ਦੇ ਇੱਥੇ ਮੈਂਬਰ ਹੁੰਦੇ, ਸੇਮ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ, ਕੋਈ ਪੋਲੀਟੀਕਲ ਇੰਟਰਫੇਰੈਂਸ ਨਹੀਂ। ਸਭ ਤੋਂ ਵੱਡਾ ਜਿਹੜਾ ਕਾਰਨ ਹੈ ਕਿ ਇਸ ਸੋਸਾਇਟੀ ਵਿੱਚ ਕੋਈ ਵੀ ਪੋਲੀਟੀਕਲ ਜਿਹੜਾ ਇੰਟਰਫੇਰੈਂਸ ਨਹੀਂ ਅੱਜ ਤੱਕ ਹੋਇਆ। ਮੈਂ ਇਹੀ ਮੰਨੂੰਗਾ ਕਿ 1920 ਤੋਂ ਲੈ ਕੇ ਅੱਜ ਤੱਕ ਇਹਦਾ ਜਿਹੜਾ ਕਾਰਨ ਸੀਗਾ ਤਰੱਕੀ ਦਾ, 104 ਸਾਲ ਦਾ ਸਫ਼ਰ ਪੂਰਾ ਕੀਤਾ, ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਣ ਦਿੱਤਾ। ਉਹ ਕਿਹਨਾਂ ਨੇ ਨਹੀਂ ਹੋਣ ਦਿੱਤਾ? ਆਪਣੇ ਮੈਂਬਰਾਂ ਨੇ। ਕਿਉਂਕਿ ਇੱਕ ਹੁੰਦਾ ਕੀ ਹੈ, ਪੋਲੀਟੀਕਲ ਇੰਟਰਫੇਰੈਂਸ ਇਹਨੂੰ ਨਹੀਂ ਕਹਿੰਦੇ ਕੋਈ ਪੋਲੀਟੀਕਲ ਬੰਦਾ ਹੋਵੇ, ਪੋਲੀਟੀਕਲ ਇੰਟਰਫੇਰੈਂਸ ਇਹ ਹੁੰਦਾ ਕਿ ਉਹ ਕਹਿੰਦਾ ਕਿ ਮੈਂ ਕੋਈ ਹੋਰ ਪਾਰਟੀ ਬਣਾਉਣੀ ਆ, ਉਹ ਮੈਂਬਰ ਕਹਿੰਦਾ ਮੈਂ ਕੋਈ ਹੋਰ ਪਾਰਟੀ ਬਣਾਉਣੀ ਆ, ਉਹ ਇੱਕ ਕਿਸਮ ਦਾ ਪੋਲੀਟੀਕਲ, ਉਹਨੂੰ ਆਪਾਂ ਕਹਿੰਦੇ ਪੋਲੀਟੀਕਲ ਮੋਟੀਵੇਟ ਹੋ ਗਿਆ ਇਹ। ਇਹਨੇ ਤੋੜਨ ਦੇ ਇਰਾਦੇ ਦੇ ਨਾਲ ਇਹ ਅੱਜ ਇੰਟਰ ਕੀਤਾ ਕਿ ਜੇਕਰ ਇਹ ਕਮੇਟੀ ਬਣੂਗੀ, ਇਹ ਮੈਂਬਰ ਦੇਖਾਂਗੇ ਕਿੰਨੇ ਮੈਂਬਰ ਦੂਜੀ ਪਾਰਟੀ ਦੇ, ਆਪਾਂ ਇਹਨੂੰ ਤੋੜ ਦਾਂਗੇ। ਜ਼ਿਆਦਾਤਰ ਜਿਹੜਾ ਪੋਲੀਟੀਕਲ ਵਰਲਡ ਯੂਜ਼ ਹੁੰਦਾ ਉਹ ਪੋਲੀਟੀਕਲ ਦਾ ਇਹੀ ਹੁੰਦਾ ਕਿ ਇੰਟਰਫੇਰੈਂਸ ਜਿਹੜੀ ਆ ਉਹ ਕਿੱਦਾਂ ਡਿਵਾਈਡ ਕਰਕੇ, ਪਾਰਟਾਂ ਨੂੰ ਡਿਵਾਈਡ ਕਰਕੇ ਉਸ ਅਦਾਰੇ ਵਿੱਚ ਖੋਂਸਣੀ ਆ। ਪਰ ਮੈਂ ਇਸ ਸੋਸਾਇਟੀ ਦੇ ਜਿਹੜੇ ਅੱਜ ਮੈਂਬਰ ਵੀ ਤੁਹਾਡੇ ਨਾਲ ਹੈਗੇ ਜਾਂ ਸਾਰੇ ਲੋਕ ਤੁਸੀਂ ਦੇਖੇ ਆ, ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਉਹਨਾਂ ਨੇ ਇਹ ਗੱਲ ਮੈਂ ਸੁਣੀ ਵੀ ਆ ਕਿ ਆਪਾਂ ਕਿਸੇ ਪਾਰਟੀ ਨਾਲ ਵੀ ਬਿਲੋਂਗ ਕਰਦੇ ਹਾਂ, ਆਪਾਂ ਕਿਸੇ ਨਾਲ ਵੀ ਕਰਦੇ ਹਾਂ, ਆਪਾਂ ਗੇਟ ਤੋਂ ਬਾਹਰ ਕਰਦੇ ਹਾਂ। ਜਦੋਂ ਆਪਾਂ ਸੋਸਾਇਟੀ ਦੇ ਗੇਟ 'ਚ ਐਂਟਰ ਹੋ ਜਾਂਦੇ ਹਾਂ ਜਾਂ ਸੋਸਾਇਟੀ ਦੀ ਪ੍ਰੋਪਰਟੀ 'ਚ ਐਂਟਰ ਹੋ ਜਾਂਦੇ ਹਾਂ, ਆਪਾਂ ਸਾਰੇ ਇੱਕ ਆ। ਅੱਜ ਤੱਕ ਮੈਂ ਉਹਦਾ ਹੀ ਸਿਹਰਾ ਦਿੰਦਾ ਕਿ ਤੁਸੀਂ 104 ਸਾਲ ਦੇ ਤਜਰਬੇ ਤੋਂ ਦੇਖੋ, ਇਲੈਕਸ਼ਨ 5 ਸਾਲ ਬਾਅਦ ਹੁੰਦੇ ਆ, ਗਵਰਨਮੈਂਟ ਦੀ ਪਾਲਿਸੀ ਆ, ਅੱਜ ਤੱਕ ਇੱਥੇ ਇਲੈਕਸ਼ਨ ਦੇ ਵਿੱਚ ਵੋਟਿੰਗ ਨਹੀਂ ਹੋਈ। ਕਿਹੜਾ ਅਦਾਰਾ ਮੈਂ ਪੂਰੇ ਇੰਡੀਆ ਵਿੱਚ ਕਹਿੰਦਾ ਕਿ ਮੈਨੂੰ ਉਹ ਦੱਸੇ ਜਾਣ ਕਿ ਜਿਹੜੇ 104 ਸਾਲ ਦਾ ਸਫ਼ਰ ਪੂਰਾ ਹੋ ਗਿਆ ਪਰ 104 ਸਾਲ ਵਿੱਚ ਕਦੀ ਵੋਟਿੰਗ ਨਾ ਹੋਈ ਹੋਵੇ, ਸਰਬਸੰਮਤੀ ਨਾਲ ਹੀ ਬੰਦੇ ਆਏ। ਮੈਂ ਪਹਿਲਾਂ ਤਾਂ ਇਹੀ ਕਹਿਣਾ ਚਾਹੁੰਦਾ ਜੇਕਰ ਕੋਈ ਸੋਸਾਇਟੀ ਜਾਂ ਕਿਸੇ ਵੀ ਅਦਾਰੇ ਨੇ ਤਰੱਕੀ ਕਰਨੀ ਆ, ਪਹਿਲਾਂ ਆਪਣਾ ਇਕੱਠ ਨੂੰ ਮਜ਼ਬੂਤ ਕਰੋ, ਇਹ ਕਰੋ ਕਿ ਧੜੇ ਬੰਦੀਆਂ ਖਤਮ ਹੋ ਜਾਣ। ਐਗਜ਼ਾਮਪਲ ਵੀ ਮੈਂ ਨਾਲ ਲੱਗਦੀ ਦਊਂਗਾ, ਤੁਹਾਡੇ ਦੂਜੇ ਕੁਐਸਚਨ ਤੋਂ ਪਹਿਲਾਂ ਇੱਕ ਐਗਜ਼ਾਮਪਲ ਦਊਂਗਾ। ਮੈਂ ਕੋਈ ਕੰਮ ਕਰਨਾ, ਸਾਡੀ ਸੋਸਾਇਟੀ ਨੇ ਕੋਈ ਕੰਮ ਕਰਨਾ, ਮੀਨਿੰਗ ਕੀ ਆ ਕਿ ਆਪਾਂ ਕੁਛ ਮੈਂਬਰ ਤੇ ਕੁਛ ਇੰਪਲੋਈ ਇੱਥੇ ਹੈਗੇ ਆ, ਆਪਾਂ ਪਾਈਪਲਾਈਨ ਪਾਉਣੀ ਆ। ਜੇਕਰ ਪਿੰਡ ਦੇ ਵਿੱਚ ਕੁਛ ਇੱਦਾਂ ਦੇ ਵਿਰੋਧ ਕਰਨ ਵਾਲੇ ਹੋਣ, ਹਰ ਕਿਤੇ ਘਰ ਦੇ ਮੋੜ ਦੀ ਪਾਈਪਲਾਈਨ ਲੰਘਣੀ ਆ, ਉਹ ਸਾਡੀ ਪਾਈਪਲਾਈਨ ਰੋਕ ਦੇਣਗੇ। ਜਿੱਥੇ ਤੱਕ ਉਹਨਾਂ ਦਾ ਪਾਰਟੀ ਦਾ ਸਵਾਲ ਹੋਊਗਾ, ਉਹ ਰੋਕ ਦੇਣਗੇ। ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਸਕਦੇ ਕਿ ਪੂਰੇ ਪਿੰਡ ਵਿੱਚ ਪਾਈਪਲਾਈਨ ਵਿਛੀ ਪਈ ਆ, ਪਾਈਪਲਾਈਨ ਵਿਛਾਉਣ ਦੇ ਟਾਈਮ ਦੇ ਉੱਤੇ ਕੋਈ ਵੀ ਇੰਟਰਫੇਰੈਂਸ ਨਹੀਂ ਹੋਇਆ। ਹਰ ਕੋਈ ਮੰਨਦਾ ਸੀਗਾ ਭਲਾਈ ਦੇ ਕੰਮ ਲਈ ਪਾਈਪਲਾਈਨ ਆ, ਨਾ ਕਿ ਕੋਈ ਕਮੇਟੀ ਜਿਹੜੀ ਅੱਜ ਬਣੀ ਹੈ ਜਾਂ ਕੱਲ੍ਹ ਜਿਹੜੀ ਬਣੀ ਸੀ ਉਹ ਮੈਂਬਰਾਂ ਦਾ ਆ। ਉਹ ਕਹਿੰਦੇ ਆਪਣਾ ਆ, ਇਹ ਮੈਂਬਰ ਆਪਾਂ ਹੀ ਚੁਣ ਕੇ ਭੇਜੇ ਆ, ਕਿਉਂਕਿ ਸਰਬਸੰਮਤੀ ਵਾਲਡ ਆ, ਇਹ ਤਾਂ ਸਾਡੀ ਦੇਖ ਰੇਖ ਕਰ ਰਹੇ ਆ, ਸਾਡੇ ਸਵਾਲਾਂ ਨੂੰ ਲੈ ਕੇ ਜਾ ਰਹੇ ਆ, ਪਰ ਇਹ ਸਾਡੀ ਆਵਾਜ਼ ਹੀ ਆ, ਭਾਵੇਂ ਆਮ ਮੈਂਬਰ ਆ ਭਾਵੇਂ ਕਮੇਟੀ ਮੈਂਬਰ। ਹੁਣ ਮੈਂ ਇਹੀ ਸਾਰਿਆਂ ਨੂੰ ਇਹੀ ਸਲਾਹ ਦਊਂਗਾ ਕਿ ਇਹ ਜਿਹੜੀਆਂ ਕਮੇਟੀਆਂ ਜਾਂ ਕੋਈ ਵੀ ਸਰਬਸੰਮਤੀ ਨਾਲ ਕੋਈ ਵੀ ਅਦਾਰਾ ਚਲਾਓ, ਕੋਆਪਰੇਟ ਤੋਂ ਇਲਾਵਾ ਵੀ ਉਹ ਸਕਸੈਸ ਹੋਊਗਾ। ਇਸ ਕਰਕੇ ਮੇਨ ਜਿਹੜਾ ਮੈਂ ਸਿਹਰਾ ਇਹ ਮੈਂਬਰਾਂ ਨੂੰ ਦਿੰਦਾ ਆ, ਇਹ ਮੈਂਬਰਾਂ ਕਰਕੇ ਜਿੰਨੇ ਵੀ ਮੈਂਬਰ ਆ ਜਾਂ ਜਿੰਨੇ ਵੀ ਪਿੰਡ ਵਾਸੀ ਆ, 4 ਪਿੰਡ ਨੂੰ ਸਭ ਤੋਂ ਵੱਡਾ ਸ਼ਾਬਾਸ਼ ਦਊਂਗਾ, ਕਿਉਂਕਿ ਉਹਨਾਂ ਦਾ ਇਹ ਅਦਾਰਾ ਆ, ਉਹਨਾਂ ਨੇ ਕਿੱਦਾਂ ਚਲਾਇਆ, ਅੱਜ ਕਿੱਦਾਂ ਉਹ ਪਹੁੰਚਿਆ, ਕਿੱਦਾਂ ਅਚੀਵਮੈਂਟ ਕੀਤੀ ਆ। ਜਿਹੜਾ ਲੇਟੈਸਟ ਅਵਾਰਡ ਵੀ ਜਿਹੜਾ ਲਿਆ ਆਪਾਂ NCDC ਨੈਸ਼ਨਲ ਕੋਆਪਰੇਟਿਵ ਡਿਵੈਲਪਮੈਂਟ ਕੋਆਪਰੇਸ਼ਨ ਤੋਂ 26 ਤਰੀਕ ਨੂੰ ਲੈ ਕੇ ਆਏ ਆ, ਜਿਹੜਾ 3 ਸਾਲ ਬਾਅਦ ਮਿਲਦਾ ਆ, ਲੇਟੈਸਟ ਅਵਾਰਡ ਵੀ ਇਸ ਸੋਸਾਇਟੀ ਨੂੰ ਇਹਨਾਂ ਮੈਂਬਰਾਂ ਦੀ ਬਦੌਲਤ ਹੀ ਸੋਸਾਇਟੀ ਨੇ ਜਿੱਤਿਆ, ਮਤਲਬ ਮੈਂਬਰਾਂ ਨੇ ਖੁਦ ਜਿੱਤ ਲਿਆ, 4 ਪਿੰਡਾਂ ਨੇ ਖੁਦ ਜਿੱਤ ਲਿਆ, ਮੈਂ ਇਹ ਕਹੂੰਗਾ। ਸਣੀ ਸਾਹਿਬ, ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਇਕੱਤਰਤਾ ਰੱਖਣੀ ਜ਼ਰੂਰੀ ਹੈ, ਪਰ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਕਿੰਤੂ ਤਾਂ ਹੋ ਜਾਂਦਾ ਹੈ, ਕਿਸੇ ਚੀਜ਼ ਨੂੰ ਲੈ ਕੇ ਮਨਮਿਟਾਵ ਹੋ ਜਾਵੇ ਜਾਂ ਫਿਰ ਹੋ ਜਾਵੇ ਕਿ ਆਹ ਚੀਜ਼ ਇਸੇ ਤਰੀਕੇ ਨਾਲ ਹੋ ਸਕਦੀ ਹੈ, ਉੱਥੇ ਸਹਿਮਤੀ ਬਣਾਉਣੀ ਕਿਤੇ ਨਾ ਕਿਤੇ ਔਖੀ ਲੱਗਦੀ ਹੈ। ਕਿਉਂਕਿ ਇਹ ਮੈਂ ਸਵਾਲ ਤਾਂ ਕਰਕੇ ਕਰ ਰਿਹਾ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਸੀ ਉਹ ਜਾਂ ਤਾਂ ਉੱਥੇ ਘਾਹ ਫੁੱਸ ਉੱਗਿਆ ਪਿਆ ਜਾਂ ਫਿਰ ਉਹਨਾਂ ਨੂੰ ਚਲਾਉਣ ਦਾ ਤੰਤਰ ਹੀ ਨਹੀਂ ਪਤਾ, ਅਤੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਸੁਸਾਇਟੀਆਂ ਕੰਮ ਕਿਸ ਤਰੀਕੇ ਦੇ ਨਾਲ ਕਰਦੀਆਂ ਨੇ, ਇਹ ਬੋਡੀ ਕਿਵੇਂ ਕੰਮ ਕਰਦੀ ਹੈ, ਇਹਨੂੰ ਮਜ਼ਬੂਤ ਰੱਖਣ ਦੇ ਲਈ, ਇਹਨੂੰ ਇਕਾਗਰ ਰੱਖਣ ਦੇ ਲਈ ਕੀ ਕੁਝ ਤੁਹਾਡੀਆਂ ਖਾਸ ਕਾਰਗੁਜ਼ਾਰੀਆਂ ਰਹਿੰਦੀਆਂ ਨੇ?
ਦੇਖੋ ਇਹ ਜਿਹੜਾ ਮਨ ਮਿਟਾਪ ਵਾਲੀ ਗੱਲ ਹੈ ਇਹ ਬਿਲਕੁਲ ਸਹੀ ਆ। ਕੋਈ ਵੀ ਅਦਾਰਾ ਏਦਾਂ ਦਾ ਨਹੀਂ ਹੁੰਦਾ ਜਿੱਥੇ ਕਿਸੇ ਨੂੰ ਕੋਈ ਸ਼ੰਕਾ ਨਾ ਹੋਵੇ, ਕੋਈ ਗਿਲਾ ਨਾ ਹੋਵੇ, ਉਹ ਜਾਇਜ਼ ਆ। ਜਾਇਜ਼ ਮੈਂ ਤਾਂ ਕਹਿੰਦਾ ਕਿ ਜਦ ਤੱਕ ਓਪੋਜੀਸ਼ਨ ਨਾ ਹੋਵੇ ਨਾ ਕੋਈ ਵੀ ਅਦਾਰਾ ਚੱਲਦਾ ਨਹੀਂ ਹੁੰਦਾ। ਤੁਸੀਂ ਇੱਕ ਐਗਜ਼ਾਮਪਲ ਲੈ ਲਓ, ਤੁਸੀਂ ਮੈਨੂੰ ਇੱਕ ਸੀਨੀਅਰ ਆਫਿਸਰ ਨੇ ਇੱਕ ਵਾਰੀ ਐਗਜ਼ਾਮਪਲ ਦਿੱਤੀ, ਮੈਂ ਵੀ ਬੜਾ ਖਫਾ ਉਹਨਾਂ ਦੀ ਕਈ ਵੇਲੇ ਕਿ ਇੰਨਾ ਵਧੀਆ ਕੰਮ ਕਰਦੇ ਆ, ਅਵਾਰਡ ਜਿੱਤਦੇ ਆ, 20% ਡਿਵੀਡੈਂਡ ਦੇ ਦਿੰਦੇ ਆ, ਤੇ ਉੱਤੇ ਦੇ ਨਹੀਂ ਸਕਦੇ, ਫਿਰ ਵੀ ਕੋਈ ਨਾ ਕੋਈ ਸ਼ੰਕਾ ਕੋਈ ਕੋਈ ਕਿਸੇ ਪ੍ਰਤੀ ਆ ਜਾਂਦੀ, ਕੋਈ ਮੁਲਾਜ਼ਮ ਪ੍ਰਤੀ ਆ ਜਾਂਦੀ, ਜਾਂ ਆਪਸ ਵਿੱਚ ਕੋਈ ਹੋ ਜਾਂਦਾ ਮਨ ਮਿਟਾਪ ਕਾਰਨ, ਕਦੀ ਡਿਪਾਰਟਮੈਂਟ ਦੀ ਇੰਟਰਫੇਰੈਂਸ ਜ਼ਿਆਦਾ ਹੋ ਜਾਂਦੀ, ਕੋਈ ਕਾਰਨ। ਮੈਨੂੰ ਇੱਕ ਸੀਨੀਅਰ ਅਫਸਰ ਨੇ ਗੱਲ ਕਹੀ ਕਿ ਇਹ ਜ਼ਰੂਰੀ ਆ। ਮੈਂ ਕਿਹਾ ਕਿਉਂ ਜ਼ਰੂਰੀ ਹੈ? ਕਹਿੰਦੇ ਮੈਂ ਸਿਰਫ ਇਹ ਕਹੂੰਗਾ ਲਿਮਿਟਡ ਵਾਲਾ ਜ਼ਰੂਰੀ ਆ, ਅਨਲਿਮਿਟਡ ਵੀ ਨਹੀਂ ਜ਼ਰੂਰੀ, ਲਿਮਿਟਡ ਵਾਲਾ। ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਦੀ ਹੋਸਪਿਟਲ 'ਚ ਗਿਆ? ਮੈਂ ਕਿਹਾ ਹਾਂਜੀ ਗਿਆ। ਕਹਿੰਦੇ ਕਦੀ ਮੋਨੀਟਰ ਲੱਗਾ ਦੇਖਿਆ ਉੱਥੇ ਜਿਹੜਾ ਦੱਸਦਾ ਹੁੰਦਾ ਇੰਨਾ ਬੀਪੀ ਇੰਨਾ ਇੰਨਾ? ਕਹਿੰਦੇ ਉਹਦੀ ਕੀ ਮੀਨਿੰਗ ਹੀ ਹੁੰਦਾ? ਮੈਂ ਕਿਹਾ ਉਹ ਨੈਚੁਰਲ ਇੱਕ ਲੈਣ ਜਾ ਰਹੀ ਹੁੰਦੀ ਆ, ਉਹ ਅਪ ਡਾਊਨ ਕਰ ਰਹੀ ਹੁੰਦੀ ਆ, ਉਹ ਦੱਸ ਰਿਹਾ ਹੁੰਦਾ ਬੰਦਾ ਸਹੀ ਹੈ ਇਹਦੀ ਆ ਬੀਪੀ ਹੈ। ਕਹਿੰਦੀ ਬਾਈ 600 ਲੈਣ ਸਿੱਧੀ ਚੱਲਣ ਲੱਗ ਪਵੇ? ਮੈਂ ਕਿਹਾ ਡੈਡ ਆ। ਤੇ ਕਹਿੰਦੀ ਇੱਥੋਂ ਅੰਦਾਜ਼ਾ ਲਾ ਲਓ ਕਿ ਅਪ ਡਾਊਨ ਹੋਣਾ ਚਾਹੀਦਾ ਆ। ਅਪ ਡਾਊਨ ਦਾ ਮਤਲਬ ਇਹ ਕੀ ਆ ਕਿ ਜਿੱਥੇ ਤੁਸੀਂ ਗਲਤ ਹੋ ਰਹੇ ਆ, ਲੋਕੀ ਤੁਹਾਨੂੰ ਟੋਕ ਰਹੇ ਆ, ਤੁਸੀਂ ਸੁਚੇਤ ਹੋ ਜਾਓ। ਉਹ ਟੋਕ ਨਹੀਂ ਰਹੇ, ਸਿਰਫ ਇਸ਼ਾਰਾ ਕਰ ਰਹੇ ਆ। ਇੱਕ ਹੁੰਦਾ ਕਿ ਇੰਟਰਫੇਰੈਂਸ ਬਿਲਕੁਲ ਕਰਨੀ, ਉਹ ਸਿਰਫ ਇਸ਼ਾਰਾ ਕੀਤਾ ਕਿ ਇਦਾਂ ਨਾ ਕਰੋ, ਇਦਾਂ ਕਰ ਲਓ, ਕਰ ਲਓ, ਪਰ ਇਦਾਂ ਨਾ ਕਰੋ, ਇਦਾਂ ਕਰ ਲਓ। ਉਹ ਕੀ ਉਹਨਾਂ ਦੀ ਸਲਾਹ ਆ। ਇੱਕ ਹੁੰਦਾ ਮੈਂ ਕੰਨ ਨਹੀਂ ਦੇਣਾ, ਉਹ ਟੋਕਣਾ। ਮੈਂ ਇਹ ਕਹਿੰਦਾ ਕਿ ਜਿਹੜਾ ਸਲਾਹ ਦੇਣੀ ਆ ਉਹ ਭਾਵੇਂ ਗਿਲਾ ਸ਼ਿਵਕੇ ਦੇ ਤੌਰ ਤੇ ਦਿੱਤੀ, ਪਰ ਦਿੱਤੀ ਆ, ਆਪਾਂ ਉਹਨੂੰ ਸਿਰ ਮੱਥੇ ਲਾ ਕੇ ਜਿੰਨੇ ਆ। ਜਦੋਂ ਕਈ ਇੰਟਰਫੇਰੈਂਸ ਦੀ ਗੱਲ ਆ ਜਾਂਦੀ, ਉਹ ਮੈਂ ਪਹਿਲਾਂ ਹੀ ਕਿਹਾ ਕਿ ਕਿਸੇ ਨੇ ਅੱਜ ਤੱਕ ਰੋਕਿਆ ਹੀ ਨਹੀਂ, ਉਹ ਗੱਲ ਖਤਮ ਹੋ ਗਈ। ਜਿਹੜਾ ਸਲਾਹ ਦਿੰਦੇ ਅਪ ਡਾਊਨ ਹੋ ਰਿਹਾ, ਚਲੋ ਉਹਦੇ ਨਾਲ ਸਰਕਲ ਚੱਲ ਰਿਹਾ, ਵਧੀਆ ਆ, ਪਰ ਮੈਂ ਇਹ ਵੀ ਕਹੂੰਗਾ ਕਿ ਉੱਥੇ ਤੱਕ ਵੀ ਨਾ ਇੰਟਰਫੇਰੈਂਸ ਹੋ ਜਾਵੇ ਕਿ ਜਿਹੜਾ ਸਹਿਣ ਕਰਨ ਵਾਲਾ ਉਹ ਆਪਣੀ ਬਰਦਾਸ਼ਤ ਹੀ ਛੱਡ ਜਾਵੇ ਕਿ ਬਈ ਹੁਣ ਇੰਟਰਫੇਰੈਂਸ ਇਸ ਹੱਦ ਤੱਕ ਵੱਧ ਗਿਆ ਕਿ ਹੁਣ ਮੈਂ ਨਹੀਂ ਕਰ ਸਕਦਾ। ਕਿਉਂਕਿ ਚੈਲੰਜ ਹੁੰਦੇ ਆ, ਅੱਜ ਗੌਰਮੈਂਟ ਦੇ ਪ੍ਰੋਜੈਕਟ ਆਏ ਆ, ਹੁਣ ਸਰਪੰਚ ਸਾਹਿਬ ਵੀ ਅੱਜ ਮੌਜੂਦ ਆ ਕੁਦਰਤੀ, ਆਪਾਂ ਇਹਨਾਂ ਨੂੰ ਵੀ ਮੇਰਾ ਕਈ ਵੇਲੇ ਗੱਲਬਾਤ ਹੁੰਦੀ ਆ ਵੀ ਕਈ ਵੇਲੇ ਤੰਗ ਹੋ ਜਾਂਦੇ ਆ ਯਾਰ, ਮੈਂ ਗਲੀ ਤਾਂ ਤੁਹਾਡੀ ਬਣਾ ਰਿਹਾ, ਤੁਹਾਡੇ ਬੰਦੇ ਉੱਠ ਕੇ ਮੈਨੂੰ ਗਾਲਾਂ ਕੱਢ ਰਹੇ ਆ। ਮੇਰਾ ਇੱਕ ਵਾਰੀ ਮਜ਼ਾਕ ਮਜ਼ਾਕ 'ਚ ਗੱਲ ਹੋਈ, ਮੈਂ ਕਿਹਾ ਦੇਖੋ ਇਹ ਗੱਲ ਤੁਹਾਡੀ ਸੱਚੀ ਆ, ਮੈਂ ਉਸ ਗਲੀ ਦਾ ਮੈਂਬਰ ਹੋਵਾਂ ਜਾਂ ਦੂਸਰੀ ਗਲੀ ਦਾ ਮੈਂਬਰ ਹੋਵਾਂ, ਇਹ ਕਾਰਨ ਕੀ ਆ ਕਿ ਇਹਦੇ ਵਿੱਚ ਤੁਹਾਡੇ ਕੋਲ ਇੱਕ ਫੰਡ ਆਇਆ, ਤੁਸੀਂ ਟਾਈਮਲੀ ਲਾਉਣਾ ਆ, ਉਹਨਾਂ ਦੇ ਅੰਦਰ ਕੀ ਆ, ਉਹਦੇ ਵਿੱਚ ਸਾਰੇ ਮੈਂਬਰ ਤੁਹਾਨੂੰ ਨਹੀਂ ਗਲਤ ਬੋਲ ਰਹੇ, ਹੋ ਸਕਦਾ ਇੱਕ ਜਾਂ ਦੋ ਮੈਂਬਰਾਂ ਨੇ ਕੋਈ ਆਪਣਾ ਕੀਤਾ ਹੋਵੇ, ਤੇ ਤੁਸੀਂ ਉਹਨਾਂ ਦੋਵਾਂ ਨੂੰ ਛੱਡ ਕੇ 90-95% ਨਾਲ ਇੱਕ ਵਾਰੀ ਗੱਲ ਕਰਕੇ ਦੇਖੋ ਵੀ ਤੁਹਾਨੂੰ ਕੀ ਕਹਿ ਰਹੇ ਆ। ਇਹਨਾਂ ਨੂੰ ਕਈ ਵਾਰ ਇਹਨਾਂ ਦੀ ਨਾਰਾਜ਼ਗੀ ਆਪਾਂ ਦੂਰ ਕੀਤੀ, ਕਈ ਵੇਲੇ ਜਿੱਦਾਂ ਆਪਾਂ ਨਾਰਾਜ਼ ਹੋ ਜਾਂਦੇ ਆ, ਇਹ ਮੈਂਬਰ ਸਾਡੇ ਕੋਲ ਆ ਜਾਂਦੇ ਆ, ਵੀ ਜਿੱਥੇ ਤੁਸੀਂ ਕਹਿੰਦੇ ਤੁਸੀਂ ਵੀ 5-5 ਛੱਡ ਦਿਓ ਤਾਂ 15-95 ਦੇਖੋ ਨਾ ਤੁਹਾਡੇ ਨਾਲ ਆ। ਉਹ ਮਨ ਮਿਟਾਪ ਸਿਰਫ ਇਹ ਹੁੰਦਾ, ਉਹ ਟੋਕਾ ਟਾਕੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਉਹ ਸਿਰਫ ਇਹ ਕਹਿੰਦੇ ਹੁੰਦੇ ਇੱਦਾਂ ਨਹੀਂ ਇੱਦਾਂ ਕਰ ਲਓ। ਤੇ ਜੇ ਬਾਈ ਚਾਂਸ ਇੱਦਾਂ ਕੀਤਾ ਹੁੰਦਾ ਤਾਂ ਫਿਰ ਤਾਂ ਛੱਡਿਆ ਹੀ ਹੋਣਾ ਸੀ, ਜਾਂ ਇਹਨਾਂ ਨੇ ਛੱਡਿਆ ਹੁੰਦਾ ਸੀ ਜਾਂ ਮੈਂ ਛੱਡਿਆ ਹੁੰਦਾ। ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ, ਜਦੋਂ ਆਪਾਂ ਬਾਅਦ ਚੋਂ ਪ੍ਰੈਕਟੀਕਲ ਤੌਰ ਤੇ ਦੇਖਦੇ ਹਾਂ, ਵਧੀਆ ਸੀਗਾ ਬਈ, ਸਾਰਿਆਂ ਦੀ ਸਲਾਹ ਨਾਲ ਹੀ ਹੋਇਆ, ਮਤਲਬ ਕਿਸੇ ਦਾ ਜਿਹੜੇ ਲੋਕ ਨਹੀਂ ਆਉਣਾ ਚਾਹੁੰਦੇ ਸੀ ਉਹਨਾਂ ਨੇ ਆਪਣੇ ਥਰੂ ਉਹਨਾਂ ਨੂੰ ਭੇਜਿਆ, ਜਿਹੜੇ ਲੋਕ ਕਹਿੰਦੇ ਸੀ ਵਧੀਆ ਉਹਦਾ ਸੁਨੇਹਾ ਮਿਲ ਰਿਹਾ। ਸੋਸਾਇਟੀ ਦੀਆਂ ਸੇਵਾਵਾਂ ਬਾਰੇ ਦੱਸੋ, ਸੇਵਾਵਾਂ ਕੀ ਮੁਹੱਈਆ ਕਰਵਾਈਆਂ ਜਾਂਦੀਆਂ ਨੇ, ਚਾਰ ਪਿੰਡ ਜਿਹੜੇ ਨੇ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਸੇਵਾ ਜਿਹੜੀ ਆ ਤੁਹਾਡੇ ਵੱਲੋਂ ਕੀਤੀ ਜਾਂਦੀ ਆ, ਕਿਸ ਤਰੀਕੇ ਦੇ ਨਾਲ ਇਹ ਸਾਰਾ ਤੰਤਰ ਦੇ ਵਿੱਚ ਤੁਹਾਡੇ ਵੱਲੋਂ ਰਹਿਕ ਕਮੇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ? ਦੇਖੋ ਇਹ ਜਿਹੜੀਆਂ ਸੇਵਾਵਾਂ ਦੀ ਗੱਲ ਕਰੀਏ, ਜਿਹੜੀ ਇਹ ਸੁਸਾਇਟੀ ਮਤਲਬ ਅੱਜ ਦੀ ਗੱਲ ਕਰੀਏ, 12-13 ਐਕਟੀਵਿਟੀਜ਼ ਕਰ ਰਹੀ ਆ। ਹੁਣ ਮੈਂ ਐਕਟੀਵਿਟੀ ਦੀ ਜਿਹੜੀ 1x1 ਗੱਲ ਕਰੂੰਗਾ ਕਿ ਜਿਹੜੀ ਐਕਟੀਵਿਟੀਜ਼, ਇੱਕ ਤਾਂ ਕ੍ਰੈਡਿਟ ਐਜ਼ ਅ ਬੈਂਕਿੰਗ ਬੋਲਦੇ ਆ ਉਹਨੂੰ, ਆਪਾਂ ਬੈਂਕਿੰਗ ਨਹੀਂ ਬੋਲਸਾਂਗੇ, ਕੋਆਪਰੇਟਿਵ ਸੋਸਾਇਟੀ ਆ। ਬੈਂਕਿੰਗ ਮਤਲਬ ਇਹ ਕਹਿ ਰਿਹਾ ਕਿ ਲੈਣ ਦੇਣ, ਲੋਕਾਂ ਦਾ ਜਿਹੜਾ ਪੈਸੇ ਦਾ ਲੈਣ ਦੇਣ, ਉਹਨਾਂ ਨੂੰ ਕ੍ਰੈਡਿਟ ਦੇ ਰੂਪ 'ਚ ਕਰਜ਼ਾ, ਉਹਨਾਂ ਦੀ ਡਿਪੋਜ਼ਿਟ ਜਮ੍ਹਾਂ ਹੁੰਦੀ ਆ। ਜੇ ਮੈਂ ਗੱਲ ਕਰੂੰਗਾ ਅੱਜ 27 ਕਰੋੜ ਤੋਂ ਜ਼ਿਆਦਾ ਇਹਨਾਂ ਮੈਂਬਰਾਂ ਦਾ ਪੈਸਾ ਇਸ ਸੋਸਾਇਟੀ ਵਿੱਚ ਜਮ੍ਹਾਂ ਆ। ਤੁਸੀਂ ਇੱਕ ਜਦੋਂ ਮੈਂ ਇੰਨਾ ਵੱਡਾ ਵਰਲਡ ਯੂਜ਼ ਕੀਤਾ, ਤੁਸੀਂ ਇਹ ਦੇਖੋ ਕਿ ਚਾਰ ਪਿੰਡਾਂ ਨੇ ਇਸ ਸੋਸਾਇਟੀ ਵਿੱਚ ਇੰਨਾ ਪੈਸਾ ਜਮ੍ਹਾਂ ਕਰਾਇਆ, ਉਹਨਾਂ ਦਾ ਵਿਸ਼ਵਾਸ ਕਰਕੇ ਕਰਾਇਆ ਨਾ, ਨਹੀਂ ਤਾਂ ਅੱਜ ਕੱਲ੍ਹ ਕੌਣ ਵਿਸ਼ਵਾਸ ਕਰਦਾ? ਇੱਕ ਬ੍ਰਾਂਚ ਨਾਲੋਂ ਵੀ ਜ਼ਿਆਦਾ ਕਈ ਬ੍ਰਾਂਚਾਂ 'ਚ ਇੰਨਾ ਪੈਸਾ ਨਹੀਂ ਹੁੰਦਾ ਜਿੰਨਾ ਇੱਥੇ ਜਮ੍ਹਾਂ ਕਰਾਇਆ।
ਫਿਰ ਦੇਖੋ ਦੂਸਰੀ ਗੱਲ ਇਹ ਵੀ ਗੱਲ ਕਰਦਾ ਕਿ ਇਸ ਐਕਟੀਵਿਟੀ ਦੇ ਨਾਲ ਲੋਨ ਪ੍ਰੋਪਰ ਮਿਲਦਾ, ਮੈਂ ਆਪਣੀ ਜ਼ਰੂਰਤਾਂ ਵਾਸਤੇ ਲੋਨ ਲੈਂਦੇ ਆ, ਰੀਪੇਮੈਂਟ ਟਾਈਮਲੀ ਕਰਦੇ ਆ, ਅੱਜ ਤੱਕ ਜਦੋਂ ਆਪਾਂ ਉਹਦੀ ਇੱਕ ਕੈਲਕੂਲੇਸ਼ਨ ਕਰਕੇ ਦੇਖਦੇ ਹਾਂ, ਕੈਲਕੂਲੇਸ਼ਨ ਦੇ ਸਾਨੂੰ ਇਹ ਪਤਾ ਲੱਗਦਾ ਕਿ ਜਿੰਨਾ ਵੀ ਲੋਨ ਆ, ਲੋਨ ਵਰਲਡ ਇਸ ਕਰਕੇ ਨਹੀਂ ਮੈਂ ਯੂਜ਼ ਕਰੂੰਗਾ, ਲੋਨ ਉਦੋਂ ਜ਼ਿਆਦਾ ਆਪਾਂ ਹੈਵੀ ਹੋ ਜਾਂਦਾ ਜਦੋਂ ਉਹਦੇ ਐਸਟ ਘੱਟ ਹੋਣ ਅਤੇ ਲੋਨ ਦੀ ਮਾਤਰਾ ਜ਼ਿਆਦਾ ਹੋਵੇ। ਜਦੋਂ ਆਪਾਂ ਕੈਲਕੂਲੇਟ ਕਰਦੇ ਹਾਂ ਕਿ ਉਹਨੇ ਐਸਟ ਦਾ ਜ਼ਿਆਦਾ ਜਨਰੇਟ ਕਰ ਲਿਆ, ਜੇ ਉਹਦੇ ਉੱਤੇ 2 ਜਾਂ 3 ਲੱਖ ਲੋਨ ਆ, ਜੇ ਉਹਦਾ ਐਸਟ 15 ਤੋਂ 20 ਲੱਖ ਆ, ਫਿਰ ਆਪਾਂ ਕਹੂੰਗਾ ਭਾਈ ਤੂੰ ਇਹ ਮਤਲਬ 20 ਲੱਖ ਤੇਰੇ ਕੋਲ ਹੈਗਾ, ਸਮਝੋ 17 ਲੱਖ ਰੁਪਇਆ ਤੇਰਾ ਆਪਣਾ ਹੀ ਆ, ਫਿਰ ਲੋਨ ਵਰਲਡ ਕੈਂਸਲ ਕਰ ਦਿੰਦੇ ਆਪਾਂ, 17 ਲੱਖ ਦੀ ਤੂੰ ਕਮਾਈ ਕਰ ਚੁੱਕਾ ਆ। ਜੇ ਇੱਦਾਂ ਹੋਵੇ ਕਿ 17 ਲੱਖ ਲੋਨ ਹੋਵੇ ਤਾਂ ਉੱਥੋਂ ਐਸਟ 2 ਦਾ ਫੇਰ ਮੈਂ ਕਹੂੰਗਾ 15 ਲੱਖ ਤੂੰ ਕਰਜਾਈ ਆ, ਮੈਂ ਕਰਜਾਈ ਇਸ ਕਰਕੇ ਵਰਲਡ ਨਹੀਂ ਯੂਜ਼ ਕਰੂੰਗਾ। ਜੇਕਰ ਉਹਦੇ ਕੋਲ ਐਸਟ ਹੈਗਾ ਆ ਆਪਣਾ ਤੇ ਲੋਨ ਉਹਦੀ ਮਾਤਰਾ ਚ ਬਹੁਤ ਘੱਟ ਆ, ਤਾਂ ਫਿਰ ਉਹਦਾ ਐਸਟ ਹੀ ਕੈਲਕੂਲੇਟ ਕਰਕੇ ਦੇਖੀਏ। ਜਿੱਦਾਂ ਮੈਂ 17 ਤੇ 3 ਦੀ ਗੱਲ ਕੀਤੀ ਹੈ, 20 ਤੇ 3 ਦੀ ਗੱਲ ਕੀਤੀ ਹੈ, 17 ਲੱਖ ਉਹਦਾ ਆਪਣਾ ਆ, ਇਸ ਕਰਕੇ ਲੋਨ ਇਸ ਕਰਕੇ ਨਹੀਂ ਮੈਂ ਕਹੂੰਗਾ, ਕਿਉਂਕਿ ਮੈਂਬਰ ਜਿਹੜੇ ਆ ਲੈਂਦੇ ਆ ਜ਼ਰੂਰਤ ਮੁਤਾਬਕ ਲੈਂਦੇ ਆ। ਹੋ ਸਕਦਾ ਮੈਂ ਤੁਹਾਡੀ ਉਹਦੀ ਐਗਜ਼ਾਮਪਲ ਲਵਾਂ ਕਿਉਂ ਲੈਂਦੇ ਆ, ਅੱਜ ਮੈਂ ਐਫਡੀ ਕਰਾਈ ਆ, ਮੈਨੂੰ ਪਤਾ ਕਿ ਮੈਨੂੰ ਲੋਸ ਹੋ ਜਾਣਾ ਟੁੱਟਣ ਤੇ ਤੱਕ, ਮੈਨੂੰ 2 ਮਹੀਨੇ ਲਈ ਪੈਸੇ ਚਾਹੀਦੇ, ਮੈਂ ਕਿਉਂ ਨਾ 2 ਲੱਖ ਰੁਪਏ ਸੁਸਾਇਟੀ ਤੋਂ ਲੈ ਕੇ ਆਪਣੀ ਐਫਡੀ ਪੂਰੀ ਹੋਣ ਤੇ ਪੂਰਾ ਇੰਟਰਸਟ ਲੈ ਕੇ ਮੋੜ ਦਵਾਂ। ਦਿਮਾਗ ਆ ਨਾ ਲੋਕਾਂ ਦਾ, ਇਹ ਦਿਮਾਗ ਆ, ਲੋਕੀ ਆਪਣੇ ਤਰੀਕੇ ਨਾਲ ਚੱਲ ਰਹੇ ਆ, ਉਹ ਲੋਨ ਨੂੰ ਲੋਨ ਨਹੀਂ ਕਿਹਾ ਜਾ ਸਕਦਾ ਜਦ ਤੱਕ ਆਪਾਂ ਉਹਦੀ ਕੈਲਕੂਲੇਸ਼ਨ ਕਰਕੇ ਉਹਦਾ ਆਧਾਰ ਨਾ ਪਤਾ ਕਰੀਏ ਕਿ ਬੈਕ ਐਂਡ ਦੇ ਅੰਦਰ ਉਹਦੇ ਕਿੰਨੇ ਐਸਟ ਉਹਦੇ ਕੋਲ ਮੌਜੂਦ ਆ। ਹੁਣ ਦੂਸਰੀ ਗੱਲ ਮੈਂ ਕਰਦਾ, ਜਿਹੜੀ ਕ੍ਰੈਡਿਟ ਬੈਂਕਿੰਗ ਇਸ ਕਰਕੇ ਬੜੀ ਵਧੀਆ ਚੱਲ ਰਹੀ ਆ, ਦੋਨੇ ਪੱਖ ਉਹਦੇ ਵਧੀਆ ਸੀਗੇ, ਲੋਨ ਵਾਲਾ ਪੱਖ ਵੀ ਰੀਪੇਮੈਂਟ ਮੈਂਬਰਾਂ ਵੱਲੋਂ ਵਧੀਆ ਆ ਰਹੀ ਆ ਤੇ ਜਿਹੜੀ ਡਿਪੋਜ਼ਿਟਾਂ ਮੈਂਬਰਾਂ ਨੇ ਬੜੀ ਵਧੀਆ ਕਰਾਈ ਆ। ਦੂਸਰਾ ਆਪਾਂ ਕਹਿੰਦੇ ਹਾਂ ਕਿ ਜਿਹੜੀ ਟ੍ਰੇਡਿੰਗ ਫਰਟੀਲਾਈਜ਼ਰ, ਜਿਹੜੀ ਖਾਦ ਖੂਦ ਮਿਲਦੀ ਆ ਸਰਕਾਰ ਤੋਂ, ਸਬਸਿਡੀ ਖਾਦ ਮਿਲਦੀ ਆ ਸੁਸਾਇਟੀ ਦੇ ਥਰੂ ਮਿਲਦੀ ਆ, ਇਸ ਤੋਂ ਇਲਾਵਾ ਹੋਰ ਵੀ ਕਈ ਸਮਾਨ ਹੁੰਦਾ, ਗਰੋਸਰੀ ਸਮਾਨ ਹੁੰਦਾ, ਸਾਰਾ ਕੰਮ ਜਿਹੜੀ ਆ ਸੁਸਾਇਟੀ ਕਰ ਰਹੀ ਆ। ਤੀਸਰੀ ਆਪਾਂ ਗੱਲ ਕਰਦੇ ਹਾਂ ਹੈਲਥ ਕਲੱਬ, ਜਿਹੜਾ ਕਿ ਪਿੰਡ ਨੂੰ ਬਹੁਤ ਜ਼ਰੂਰੀ ਆ, ਆਪਾਂ ਉਸੇ ਪਿੰਡ ਦੇ ਅੰਦਰ ਵਪਾਰ ਕਰ ਸਕਦੇ ਹਾਂ ਜਿਸ ਪਿੰਡ ਦੇ ਲੋਕਾਂ ਦਾ ਖਿਆਲ ਉਹ ਅਦਾਰਾ ਰੱਖਦਾ। ਬਿਲਕੁਲ, ਕਈ ਅਦਾਰੇ ਇੱਦਾਂ ਦੇ ਆਪਣਾ ਖਿਆਲ ਰੱਖਦੇ ਆ ਪਰ ਜਿਹਨਾਂ ਨਾਲ ਵਪਾਰ ਕਰਨਾ ਉਹਦਾ ਖਿਆਲ ਨਹੀਂ ਰੱਖਦੇ। ਹੁਣ ਤੁਸੀਂ ਦੇਖੋ ਕਈ ਦੁਕਾਨਾਂ, ਮੇਰੇ ਇੱਕ ਦਿਨ ਮੇਰੇ ਫਰੈਂਡ ਗੱਲ ਕਰਦੇ ਸੀ, ਯਾਰ ਇਹ ਦੁਕਾਨ ਗੁਆਂਢੀ ਵਾਲੀ ਦੀ ਚੰਗੀ ਚੱਲਦੀ ਹੈ, ਇਹ ਮਾੜੀ ਚੱਲਦੀ ਹੈ, ਐਗਜ਼ਾਮਪਲ ਕੀ ਆ, ਉਹ ਕੀ ਆ ਜਿਹੜਾ ਉਹ ਜਿਹੜੀ ਚੰਗੀ ਚੱਲਦੀ ਆ, ਜਦੋਂ ਆਪਾਂ ਦੀ ਸਟੱਡੀ ਕਰੀਦੀ ਆ ਉਹ ਦੇਖਦਾ ਕਿ ਯਾਰ ਇਹ ਮੇਰਾ ਮੈਂਬਰ ਆ, ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਉਹ ਦੇਖਦਾ ਹਾਂ ਵੀ ਕਿੱਦਾਂ ਅੱਜ ਸੌਦਾ ਨਹੀਂ ਲੈਣ ਆਇਆ, ਯਾਰ ਪੈਸੇ ਨਹੀਂ, ਪੈਸੇ ਆ ਜਾਂਦੇ ਆ ਯਾਰ ਤੂੰ ਸੌਦਾ ਲੈ ਕੇ ਜਾ, ਫਰਕ ਆਣਾ। ਦੂਜਾ ਕਹਿੰਦਾ ਪਹਿਲਾਂ ਪੈਸੇ ਲੈ ਕੇ ਆ ਸੌਦਾ ਦੇਵਾਂਗੇ, ਹੋ ਸਕਦਾ ਕੋਈ ਹਾਲਾਤ ਇਦਾਂ ਦੇ ਹੋ ਜਾਣ ਅੱਜ ਜੇਬ 'ਚ ਪੈਸੇ ਨਹੀਂ ਆਏ, ਤੇ ਜੇਕਰ ਉਹ ਇਸੇ ਕਰਕੇ ਉਹ ਟੁੱਟ ਗਿਆ ਗਾਹਕ ਤਾਂ ਮੁੜ ਕੇ ਨਹੀਂ ਬਣਨਾ, ਥਿੰਕਿੰਗ ਅਲੱਗ ਅਲੱਗ। ਜੇਕਰ ਜਿੱਥੇ ਤੁਸੀਂ ਵਪਾਰ ਕਰਦੇ ਆ, ਜੇਕਰ ਉਹਨਾਂ ਦੀ ਸਿਹਤ ਸਹੂਲਤਾਂ ਦਾ ਖਿਆਲ ਤੁਸੀਂ ਨਹੀਂ ਰੱਖਦੇ, ਉਹਨਾਂ ਨੂੰ ਵਧੀਆ ਵਾਤਾਵਰਨ ਨਹੀਂ ਦਿੰਦੇ, ਤਾਂ ਵਪਾਰ ਕਿਹਨਾਂ ਨੇ ਕਰਨਾ? ਵਪਾਰ ਆਪਾਂ ਬਿਲਡਿੰਗਾਂ ਦਾ ਕਰਨਾ ਨਹੀਂ ਹੈਗਾ, ਲੋਕਾਂ ਨਾਲ ਕਰਨਾ। ਇਸ ਕਰਕੇ ਆਪਾਂ ਜਿਹੜੀ ਉਹਦੀ ਸਿਹਤ ਸਹੂਲਤਾਂ, ਮਤਲਬ ਕਿ ਤੁਸੀਂ ਕਹਿੰਦੇ ਕਿ ਨਵੇਂ ਮੈਂਬਰ ਹੀ ਨਹੀਂ ਬਣਦੇ, ਦੂਜਾ ਕੁਐਸਚਨ ਤੁਹਾਡਾ ਕੁਐਸਚਨ ਦੇ ਵਿੱਚ ਇੱਕ ਕੁਐਸਚਨ ਵੀ ਸੀਗਾ ਕਿ ਮੈਂਬਰ ਹੀ ਨਵੇਂ ਬਣ ਰਹੇ, ਨਵੇਂ ਮੈਂਬਰ ਕਿੱਦਾਂ ਬਣ ਗਏ ਜਦ ਤੱਕ ਸਾਡੀ ਨਵੀਂ ਜਨਰੇਸ਼ਨ ਜੁੜਦੀ ਨਹੀਂ ਸਾਡੇ ਨਾਲ? ਉਹਨਾਂ ਨੂੰ ਪਤਾ ਨਹੀਂ ਕੋਪਰੇਟ ਹੁੰਦੀ ਕੀ ਆ, ਕੋਪਰੇਟ ਉਦੋਂ ਜ਼ਿਆਦਾ ਪੜ੍ਹਾਈ ਗਈ ਸੀਗੀ, ਸਾਰਿਆਂ ਨੇ ਪੜ੍ਹ ਲਈ ਮੈਂਬਰ ਬਣ ਗਏ, ਉਸ ਤੋਂ ਬਾਅਦ ਕੋਪਰੇਟ ਪੜ੍ਹਾਉਣ ਵਾਲੇ ਖਤਮ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਕੋਪਰੇਟ ਕੀ ਹੁੰਦੀ ਹੈ। ਜਦੋਂ ਆਪਾਂ ਕੋਪਰੇਟ ਬਾਰੇ ਦੱਸਾਂਗੇ, ਕੋਪਰੇਟ ਤੁਹਾਡਾ ਆਪਣਾ ਅਦਾਰਾ ਆ, ਤੁਸੀਂ 18 ਸਾਲ ਦੇ ਹੋ ਗਏ, ਕੁਛ ਸ਼ਰਤਾਂ ਪੂਰੀਆਂ ਕਰਦੇ ਤੁਸੀਂ ਮੈਂਬਰ ਬਣ ਸਕਦੇ ਆ। ਆਪਾਂ ਉਹਦੇ ਵਾਸਤੇ ਕੀ ਕੀਤਾ, ਇੱਕ ਤਜਰਬੇਦਾਰ ਮੈਂ ਸਿਸਟਮ ਚਲਾਇਆ, ਦੇਖਿਆ ਕਿ ਜੇਕਰ ਆਪਾਂ ਸੁਸਾਇਟੀ ਦੀ ਇੱਕ ਟ੍ਰੇਨਿੰਗ ਹਾਲ ਖੋਲ ਦਿੰਦੇ ਆ, ਟ੍ਰੇਨਿੰਗ ਤਾਂ ਲੈਣੀ ਬੱਚਿਆਂ ਨੇ, ਟ੍ਰੇਨਿੰਗ ਦੌਰਾਨ ਆਪਾਂ ਥੋੜਾ ਬਹੁਤਾ ਉਹਨਾਂ ਨੂੰ ਕੋਪਰੇਟਿਵ ਮੋਟੀਵੇਟ ਵੀ ਕਰੀਏ ਵੀ ਕੋਪਰੇਟਿਵ ਇੱਦਾਂ ਇੱਦਾਂ ਕਰਦੀ ਆ। ਮੈਂ ਉੱਥੋਂ ਅੱਜ ਅੰਦਾਜ਼ਾ ਲਾਇਆ ਕਿ ਉਹ ਜਿਹੜੇ ਟ੍ਰੇਨਿੰਗ ਦਾ ਰਿਜ਼ਲਟ ਸੁਸਾਇਟੀ ਨੂੰ ਕੀ ਬਣਿਆ, ਜਦ ਤੱਕ ਜਿਹੜੇ 18 ਸਾਲ ਹੋਏ ਆ ਜਾਂ 18 ਤੋਂ 20 ਸਾਲ ਦੇ ਹੋਏ ਆ ਉਹ ਮੈਂਬਰ ਬਣ ਗਏ ਸੁਸਾਇਟੀ, ਕਿਉਂਕਿ ਆਪਾਂ ਤਾਂ ਉਹਨਾਂ ਦੀ ਪੜ੍ਹਾਈ ਵੇਲੇ ਉਹਨਾਂ ਨੂੰ ਕੋਪਰੇਟਿਵ ਸਮਝਾਈ ਸੀ ਜਦੋਂ 12, 13, 14 ਸਾਲ ਦੇ ਸੀਗੇ, ਉਹ ਉਹਨਾਂ ਦੇ ਇੱਕ ਮਨ 'ਚ ਬਹਿ ਗਈ ਗੱਲ ਕਿ ਸਾਨੂੰ ਪਤਾ ਜਦੋਂ 18 ਸਾਲ ਦੇ ਹੋ ਗਏ ਆਪਾਂ ਮੈਂਬਰ ਬਣ ਸਕਦੇ ਹਾਂ, ਆਟੋਮੈਟਿਕ ਜਨਰੇਸ਼ਨ ਸ਼ੁਰੂ ਹੋ ਗਏ। ਬੇਸ਼ੱਕ ਦੀ ਫ੍ਰੀ 'ਚ ਪੜ੍ਹਾਇਆ ਉਹਨਾਂ ਨੂੰ, ਪਰ ਫ੍ਰੀ ਪੜ੍ਹਾਉਣ ਨਾਲ ਕੀ ਆ ਅਦਾਰਾ ਬਚ ਗਿਆ, ਕਿਉਂਕਿ ਜਦ ਤੱਕ ਅਦਾਰੇ ਨਾਲ ਮੈਂਬਰ ਨਵੇਂ ਨਹੀਂ ਜੁੜਨਗੇ ਤਾਂ ਅਦਾਰਾ ਖਤਮ ਹੋ ਜਾਊਗਾ, ਕਿਉਂਕਿ ਸ੍ਰਿਸ਼ਟੀ ਦੇ ਇੱਕ ਹੁੰਦਾ ਸਿਸਟਮ ਹੁੰਦਾ ਕਿ ਆਉਣਾ ਵੀ ਆ ਜ਼ਿੰਦਗੀ 'ਚ ਜਾਣਾ ਵੀ ਆ, ਇਹ ਨਾ ਹੋਣ ਕਿ ਜਾਣ ਵਾਲੇ ਦੀ ਗਿਣਤੀ ਜ਼ਿਆਦਾ ਹੋ ਜਾਵੇ ਤਾਂ ਆਉਣ ਵਾਲੇ ਦੀ ਘੱਟ ਜਾਵੇ। ਇਸ ਕਰਕੇ ਸਾਨੂੰ ਇਸੇ ਸ੍ਰਿਸ਼ਟੀ ਦੀ ਜਿਹੜੀ ਸਿਸਟਮ ਹੈਗਾ ਉਹਨੂੰ ਆਪਣੀ ਕੋਪਰੇਟਿਵ ਦੇ ਅੰਦਰ ਵੀ ਲੈਣਾ ਪੈਂਦਾ ਕਿ ਕੁਛ ਮੈਂਬਰ ਆਉਣਗੇ ਵੀ, ਕੁਛ ਜਾਣਗੇ ਵੀ, ਕਿਉਂਕਿ ਕਈਆਂ ਦੀ ਡੈਥ ਹੋ ਜਾਂਦੀ ਆ, ਉਹ ਮੈਂਬਰ ਜਦੋਂ ਡੈਥ ਤੋਂ ਬਾਅਦ ਉਹ ਮੈਂਬਰ ਫਿਰ ਨਹੀਂ ਐਕਟਿਵ ਨਹੀਂ ਰਹਿ ਜਾਂਦਾ ਨਾ। ਇਸ ਕਰਕੇ ਸਾਨੂੰ ਐਕਟਿਵ ਮੈਂਬਰ ਜਿਹੜੀ ਨਵੀਂ ਜਨਰੇਸ਼ਨ ਜੋੜਨੀ ਆ, ਇਹ ਸਰਕਲ ਆ, ਉਹ ਸਰਕਲ ਨੂੰ ਆਪਾਂ ਤੋੜ ਨਹੀਂ ਸਕਦੇ, ਇਸ ਕਰਕੇ ਸਰਕਲ ਨੂੰ ਨਾਲ ਚਲਾਉਣ ਲਈ ਵੀ ਸਾਨੂੰ ਮੈਥਡ ਲਾਉਣੇ ਪੈਂਦੇ ਆ।
ਹੁਣ ਤੀਸਰਾ ਇਹ ਆ ਕਿ ਤੁਸੀਂ ਇਹ ਕਿਹਾ ਕਿ ਸੁਸਾਇਟੀਆਂ ਘੱਟ ਜੇ ਜਾਂਦੀਆਂ, ਘਾਹ ਉੱਗਿਆ ਆ, ਕੋਈ ਦੇਖਦਾ ਨੀ ਬਿਲਡਿੰਗ ਹੈਗੀ ਆ। ਮੈਂ ਇਹ ਕਹਿੰਦਾ ਕਿ ਜਿਹੜਾ ਬੰਦਾ ਚਲਾ ਰਿਹਾ, ਮੈਂ ਸਭ ਤੋਂ ਵੱਡੀ ਉਹਦੀ ਗੱਲ ਕਰਦਾ, ਉਹਨੂੰ ਨੀ ਪਤਾ ਹੁੰਦਾ ਸੁਸਾਇਟੀ ਕੀ ਆ। ਉਹ ਮੈਂ ਕਈ ਵੇਲੇ ਆਪਣੇ ਫਰੈਂਡ ਨਾਲ ਗੱਲ ਕਰਦਾ, ਫਰੈਂਡ ਮੀਨਿੰਗ ਕਿ ਜਿਹੜੇ ਨਵੇਂ ਅਹੁਦੇਦਾਰ ਆਉਂਦੇ ਆ, ਜਿੱਦਾਂ ਮੇਰੇ ਅੱਗੇ ਅਹੁਦਿਆਂ ਤੇ ਆਉਂਦੇ ਆ, ਉਹਨਾਂ ਨੂੰ ਗੱਲ ਕਰਦਾ, ਮੈਂ ਕਿਹਾ ਯਾਰ ਤੁਸੀਂ ਕੁਛ ਡਿਵੈਲਪਮੈਂਟ ਕਰੋ। ਉਹ ਕਹਿੰਦੇ ਆ ਯਾਰ ਡਿਵੈਲਪਮੈਂਟ ਕਿੱਦਾਂ ਕਰੀਏ, ਕਿ ਇਹ ਫੰਡ ਕਿੱਥੋਂ ਆਉਣਾ, ਪੈਸਾ ਕਿੱਥੋਂ ਆਉਣਾ। ਮੈਂ ਉਹਨਾਂ ਨੂੰ ਦੱਸਦਾ ਹੁੰਦਾ ਇੱਦਾਂ ਇੱਦਾਂ ਫੰਡ ਆ। ਉਹ ਨਹੀਂ ਜੀ, ਸਾਨੂੰ ਤਾਂ ਡਿਪਾਰਟਮੈਂਟ ਨੇ ਸਾਡੀ ਚਾਰਜਸ਼ੀਟ ਕਰ ਦੂੰਗਾ ਜੇ ਪੰਗਾ ਲੈ ਲਿਆ। ਮਤਲਬ ਡਰ ਹੀ ਇੰਨਾ ਮਹਿਸੂਸ ਹੋ ਗਿਆ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਭਾਈ ਇੱਥੋਂ ਆਪਾਂ ਨਿਕਲ ਵੀ ਸਕਦੇ ਹਾਂ। ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਤੂੰ ਦਿੱਦਾ ਕਰ, ਕੋਈ ਫੰਡ ਦੀ ਅਵੇਲੇਬਿਲਟੀ ਹੁੰਦੀ ਆ, ਆਪਣੀ ਪ੍ਰੋਜੈਕਟ ਰਿਪੋਰਟ ਬਣਾ ਕੇ ਭੇਜ। ਉਹਨੇ ਹੱਥ ਜੋੜਤੇ ਕਈਆਂ ਨੇ ਮੇਰੇ ਅੱਗੇ, ਭਾਜੀ ਨਹੀਂ ਆਪਾਂ ਜੋਬ ਕਰਨ ਆਏ ਆ, ਸਾਨੂੰ ਉਹ ਕੰਮ ਨਾ ਕਰਾਇਓ ਕਿ ਕੱਲ੍ਹ ਨੂੰ ਆਪਾਂ, ਕਿਉਂਕਿ ਉਹਨਾਂ ਦੇ ਕੀ ਸੀਗਾ, ਉਹ ਸਹੀ ਸੀਗੇ, ਉਹਨਾਂ ਨੇ ਕੁਛ ਇੱਦਾਂ ਦੀਆਂ ਐਕਟਿਵ ਸੁਣ ਲਏ ਸੀ ਕੇਸ ਜਿਹੜੇ ਕਿ ਉਹ ਕਿਸੇ ਨੇ ਕਿਹਾ ਕਿ ਉਹਨੇ ਕੰਮ ਕੀਤਾ ਸੀ, ਉਹਦੀ ਚਾਰਜਸ਼ੀਟ ਤਿਆਰ ਹੋ ਗਈ। ਉਹ ਮੈਂ ਉਹਨਾਂ ਨੂੰ ਕਿਹਾ ਕਿ ਡਰ ਵਾਲਾ ਪੁਆਇੰਟ ਛੱਡੋ ਤੁਸੀਂ। ਉਹ ਕਹਿੰਦਾ ਜੀ ਉਹ ਕੁਛ ਨਹੀਂ ਸੀਗਾ, ਉਹਨੇ ਪਰਮਿਸ਼ਨ ਨਹੀਂ ਲਈ ਸੀਗੀ। ਮੈਨੂੰ ਹਾਸਾ ਆ ਜਾਂਦਾ ਕਈ ਵੇਲੇ, ਮੈਂਬਰ ਤੁਹਾਡੇ ਪਰਮਿਸ਼ਨ ਵਾਲੇ ਆ, ਸੁਪਰੀਮ ਬੋਰਡ ਹੀ ਸਾਰੇ ਮੈਂਬਰ ਆ, ਕਮੇਟੀ ਤੁਹਾਡੀ ਜਿਹੜੀ ਪਰਮਿਸ਼ਨ ਅਲਾਓ ਕਰਦੀ ਆ, ਸੁਪਰੀਮ ਪਾਵਰ ਤੁਹਾਡੇ ਹੱਥ 'ਚ ਆ। ਮੈਂ ਉਹਨਾਂ ਨੂੰ ਪੁੱਛਿਆ, ਕਈਆਂ ਨੂੰ ਪੁੱਛਦਾ ਤੁਸੀਂ ਇੱਥੋਂ ਲਈ ਆ, ਇੱਥੋਂ ਲੈ ਲਈ ਆ, ਉੱਪਰੋਂ ਰਹਿ ਗਈ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਉੱਪਰ ਕੀ ਚੀਜ਼ ਰਹਿ ਗਈ ਆ ਜਿਹੜੀ। ਚਲੋ ਮੈਂ ਉਹ ਬਹੁਤੀ ਨਹੀਂ ਗੱਲ ਕਰੂੰਗਾ, ਸਮਝਣ ਵਾਲੇ ਸਮਝਣਗੇ ਕਿ ਅਸਲੀ ਜਿਹੜੇ ਮਾਲਕ ਆ ਉਹ ਮੈਂਬਰ ਆ। ਜੇਕਰ ਸੁਪਰੀਮ ਬੋਰਡ ਹੀ ਅਲਾਓ ਕਰ ਦਿੰਦੀ ਆ ਤਾਂ ਸਾਨੂੰ ਡਿਸੀਜਨ ਲੈ ਲੈਣੇ ਚਾਹੀਦੇ ਆ। ਦੂਸਰੀ ਗੱਲ ਇਹ ਆ, ਮੈਂ ਪ੍ਰੋਪਰ ਕਹੂੰਗਾ ਕਿ ਉਹ ਜਿਹੜੀ ਡੀ ਪੀ ਆਰ ਆ ਪ੍ਰੋਪਰ ਵੇ ਨਾਲ ਬਣੀ ਹੋਵੇ, ਉਹ ਪ੍ਰੋਫਿਟੇਬਲ ਹੋਵੇ। ਫੰਡ ਉਨਾ ਹੀ ਰਿਸਕ 'ਚ ਲਾਇਆ ਜਾਵੇ ਜਿੰਨਾ ਜਾਇਜ਼, ਰਿਸਕ ਤੋਂ ਵੱਧ ਜਿਹੜਾ ਪੈਸਾ ਉਹ ਫੰਡ 'ਚ ਨਹੀਂ ਲਾਇਆ ਜਾਵੇ। ਮੈਂ ਦੋਨੇ ਤਰੀਕਿਆਂ ਨਾਲ ਉਹਨੂੰ ਸਮਝਾ ਦਿੱਤਾ ਕਿ ਪੈਸੇ ਲਾਓ ਉਨੇ ਕੁ ਲਾਓ, ਇਹ ਨਾ ਹੋਵੇ ਕਿ ਤੁਸੀਂ ਕਹਿ ਲਓ ਕਿ ਅੱਜ ਮੈਂ ਮਤਲਬ ਕਿ ਕੋਈ ਵੀ ਇੱਦਾਂ ਦਾ ਅਦਾਰਾ ਬਣਾਉਣ ਚੱਲਾ ਵੀ ਅੱਜ ਹੀ ਬਿਲਡਿੰਗਾਂ 30 ਮੰਜ਼ਿਲ ਤਿਆਰ ਕਰ ਦੇਣੀਆਂ। ਨਹੀਂ, ਹਮੇਸ਼ਾ ਕੀ ਗੱਲ ਆ, ਸਮਾਂ ਲੱਗਦਾ, ਮੰਜ਼ਿਲ 30 ਦੇਖ ਕੇ ਨਹੀਂ ਤਿਆਰ ਹੁੰਦੀ ਆ। ਜਿੰਨੇ 30 ਤਿਆਰ ਕੀਤੀਆਂ ਉੱਥੋਂ ਤਾਂ ਪੁੱਛੋ ਕਿੰਨਾ ਟਾਈਮ ਲੱਗਾ ਸੀਗਾ। ਹਾਂ, ਇਹ ਵੀ ਨਹੀਂ ਕਿ ਮੰਜ਼ਿਲ ਸ਼ੁਰੂ ਵੀ ਨਾ ਕਰੋ, ਪਹਿਲੀ ਮੰਜ਼ਿਲ ਬਣਾਓ, ਬੈਠਣ ਯੋਗੇ ਤਾਂ ਹੋਵੋ, ਪੈਸੇ ਆਉਂਦੇ ਆ ਦੂਜੀ ਮੰਜ਼ਿਲ ਤਿਆਰ ਕਰ ਲਓ। ਪਰ ਕਦੀ ਵੀ ਇਹ ਚੀਜ਼ ਨਾ ਸੋਚਿਓ ਕਿ ਤੁਸੀਂ ਵੀ 30 ਮੰਜ਼ਿਲਾਂ ਇਕੱਠੀਆਂ ਦੀ ਇਕੱਠੀਆਂ ਉੱਪਰ ਬਣਾ ਲਿਓ, ਲੋਸ ਹੋਊਗਾ। ਕਿਉਂਕਿ ਫੰਡ ਦਾ ਵੀ ਇੱਕ ਐਲੋਕੇਸ਼ਨ ਕਰਨ ਦਾ ਤਰੀਕਾ ਹੁੰਦਾ ਆ, ਮੈਂਬਰਾਂ ਨੂੰ ਕੋਈ ਵੀ ਧੱਕਾ ਨਾ ਲੱਗੇ, ਇਸ ਤਰੀਕੇ ਨਾਲ ਫੰਡ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਸੈਣੀ ਸਾਹਿਬ, ਕਿਸਾਨਾਂ ਦੀ ਮੈਂ ਖਾਸ ਤੌਰ ਦੇ ਉੱਪਰ ਗੱਲ ਕਰਨਾ ਚਾਹੁੰਦਾ ਹਾਂ। ਕਿਸਾਨਾਂ ਦੇ ਲਈ ਸੰਦ ਫੋੜਾ ਜਿਹੜਾ ਬਣਾਇਆ ਹੁੰਦਾ ਹੈ, ਸੁਸਾਇਟੀਆਂ ਆਮ ਤੌਰ ਦੇ ਉੱਪਰ ਕਿਸਾਨ ਜਿਹੜੇ ਨੇ ਇਹਦਾ ਚੰਗਾ ਫਾਇਦਾ ਲੈ ਸਕਣ, ਇਸ ਕਰਕੇ ਉਹ ਇਹ ਸਾਰੇ ਤਰੀਕੇ ਵਰਤਦੀਆਂ ਨੇ। ਕਿਹੜੇ ਕਿਹੜੇ ਸੰਦ ਬਣੇ ਪਏ ਨੇ ਅੱਜ ਦੇ ਅਜੋਕੇ ਯੁੱਗ ਦੇ ਵਿੱਚ ਵਰਤੇ ਜਾਣ ਵਾਲਾ, ਉਹ ਸਾਰਾ ਸੰਦ ਸਾਧਨ ਤੁਹਾਡੇ ਕੋਲ ਮੁਹੱਈਆ ਹੈ, ਕਿਸਾਨਾਂ ਨੂੰ ਇਹ ਪ੍ਰੋਵਾਈਡ ਕੀਤਾ ਜਾਂਦਾ, ਤੇ ਜੇ ਕੀਤਾ ਜਾਂਦਾ ਤੇ ਕਿਹੜੇ ਖਰਚਿਆਂ ਤੇ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ, ਇਹ ਵੀ ਜ਼ਰੂਰ ਦੱਸੋ। ਦੇਖੋ, ਇਹ ਜਿਹੜੀ ਐਗਰੀਕਲਚਰ ਆਪਾਂ ਕਸਟਮ ਹੈਰਿੰਗ ਸੈਂਟਰ ਬੋਲਦੇ ਆ, ਪਹਿਲਾਂ ਇਹਨੂੰ ਐਗਰੋ ਸਰਵਿਸ ਸੈਂਟਰ ਵੀ ਆਪਾਂ ਕਹਿੰਦੇ ਸੀ, ਇਹ ਜਿਹੜਾ ਆ ਇੱਥੇ 2004-3 ਦੇ 4 'ਚ ਬਣ ਗਿਆ ਸੀਗਾ ਜੀ। ਸਰਕਾਰ ਨੇ ਇੱਕ ਪੋਲਿਸੀ ਲਿਆਂਦੀ ਸੀ ਨਵੀਂ, ਕਿ ਕੁਛ ਪੋਲਿਸੀ ਇੱਦਾਂ ਦਿੰਦੀ ਆ, ਸਰਕਾਰ ਡਿਸਕਸ ਕਰਦੀ ਆ ਕਿ ਯਾਰ ਅੱਜ, ਕਿਉਂਕਿ ਕ੍ਰੈਡਿਟ ਦੇਣਾ ਤਾਂ ਸਰਕਾਰ ਦਾ ਕੰਮ ਆ, ਸਰਕਾਰ ਡਿਕਲੇਅਰ ਕਰਦੀ ਆ ਕਿਸਾਨਾਂ ਨੂੰ ਚੱਕਣ ਲਈ, ਕਈ ਤਰੀਕੇ ਉਹ ਲੈਂਦੀ ਆ। ਪਰ ਕਈ ਵੇਲੇ ਇੱਦਾਂ ਦੀ ਪੋਲਿਸੀ ਹੁੰਦੀ ਆ, ਤਜਰਬੇ ਦੇ ਆਧਾਰ ਤੇ ਡਿਕਲੇਅਰ ਹੁੰਦੀ ਆ। ਉਹਨਾਂ ਨੇ ਇੱਕ ਵਾਰੀ ਕਿਹਾ ਕਿ ਕਿਸਾਨਾਂ ਨੂੰ ਜਿਹੜੀ ਮਾਡਰਨ ਮਸ਼ੀਨਰੀ ਦੀ ਲੋੜ ਆ, ਇਹਨਾਂ ਨੂੰ ਮਸ਼ੀਨਰੀ ਲਈ ਕਰਜ਼ੇ ਦੇ ਦਿਓ। ਕਿਉਂਕਿ ਪ੍ਰੈਕਟੀਕਲ ਨਹੀਂ ਹੁੰਦਾ ਨਾ, ਉਹ ਐਕਚੁਅਲੀ ਕੀ ਆ, ਉਹ ਪੋਲਿਸੀ ਤਿਆਰ ਹੁੰਦੀ ਆ ਪੋਲਿਸੀ ਦੇ ਆਧਾਰ ਤੇ। ਉਹ ਜਦੋਂ ਕਰਜ਼ਿਆਂ ਦੇ ਆਧਾਰ ਤੇ ਜਦੋਂ ਟਰੈਕਟਰ ਇੰਪਲੀਮੈਂਟ ਲੈਣ ਲੱਗ ਪਏ, ਹਰ ਕੋਈ ਲੈਣ ਲੱਗ ਪਿਆ, ਦੂਸਰਾ ਫਿਰ ਸਰਕਾਰ ਨੇ ਸਰਵੇ ਕਰਾਇਆ ਕਿ ਇਹ ਡਿਫਾਲਟਰੀ ਹੋਈ ਜਾਂਦੇ ਆ, ਜ਼ਿਆਦਾਤਰ ਜਿਹੜੇ ਮੈਂਬਰ ਆ ਜਿਹੜੇ ਕਰਜ਼ੇ ਹੇਠ ਆਈ ਜਾਂਦੇ, ਇਹਦਾ ਕਾਰਨ ਕੀ ਆ। ਜਦੋਂ ਐਕਚੁਅਲੀ ਰਿਪੋਰਟ ਉਦੋਂ ਕਲੀਅਰ ਹੁੰਦੀ ਆ ਜਦੋਂ ਸਾਤੋਂ ਕੁਛ ਟਾਈਮ ਦਾ ਡਾਟਾ ਇਕੱਠਾ ਹੋ ਜਾਂਦਾ। ਉਹਦੇ ਵਿੱਚ ਕੀ ਹੋਇਆ, ਉਸ ਡਾਟੇ ਦੇ ਵਿੱਚ ਇਹ ਦੇਖਿਆ ਗਿਆ ਕਿ ਕਈ ਲੋਕਾਂ ਨੇ ਜਿਹੜੀ ਇੰਪਲੀਮੈਂਟ ਲਏ ਆਪਣੇ, ਉਹਦੇ ਵਿੱਚ ਕੀ ਹੋਇਆ ਕਿ ਉਹ ਇੰਪਲੀਮੈਂਟਰ ਨਾਲ ਰਿਟਰਨ ਨਹੀਂ ਵਾਪਸ ਆ ਰਹੀ ਸੀਗੀ, ਇਸ ਕਰਕੇ ਰੀਪੇਮੈਂਟ ਨਹੀਂ ਹੋ ਰਹੀ ਸੀ। ਕਿਸਾਨ ਗਲਤ ਨਹੀਂ ਸੀਗੇ, ਗਲਤ ਕੀ ਸੀਗਾ, ਇੱਕ ਸਿਸਟਮ ਬਣ ਗਿਆ ਸੀ ਕਿ ਉਹਨੂੰ ਇਕਨੋਮਿਕਲੀ, ਕਿਉਂਕਿ ਮੈਂ ਤੁਹਾਨੂੰ ਜਿਹੜੀ ਪਿਛਲੇ ਪ੍ਰੋਜੈਕਟ ਦੀ ਗੱਲ ਕੀਤੀ, ਉਹ ਕਿਹਾ ਡੀ ਪੀ ਆਰ ਵਰਲਡ ਚੂਜ਼ ਕੀਤਾ, ਡਿਟੇਲ ਪ੍ਰੋਜੈਕਟ ਰਿਪੋਰਟ। ਡਿਟੇਲ ਪ੍ਰੋਜੈਕਟ ਰਿਪੋਰਟ ਸਾਨੂੰ ਇਹ ਦੱਸ ਦਿੰਦੀ ਆ ਕਿ ਫਾਇਦਾ ਹੋਣਾ, ਕੀ ਲੋਸ ਹੋਣਾ। ਆਪਾਂ ਸਾਨੂੰ ਕਾਫੀ ਕਹਿ ਲਓ ਕਿ 80-90% ਸਿਗਨਲ ਦੇ ਦਿੰਦੀ ਆ, ਇਸ ਕਰਕੇ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਉੱਤੇ ਵਰਕ ਕਰਨਾ ਬਹੁਤ ਜ਼ਰੂਰੀ ਹੁੰਦਾ, ਉਹ ਤੋਂ ਬਗੈਰ ਪੰਗਾ ਲੈਣਾ ਬਿਲਕੁਲ ਗਲਤ ਆ।
ਉਹਦੇ ਉੱਤੇ ਕੀ ਹੋਇਆ ਕਿ ਜਦੋਂ ਇਹ ਪ੍ਰੋਜੈਕਟ ਡਿਟੇਲ ਪ੍ਰੋਜੈਕਟ ਰਿਪੋਰਟ ਦੁਬਾਰਾ ਤੋਂ ਰਿਵਿਊ ਕੀਤੀ ਗਈ, ਉਹ 'ਚ ਦੇਖਿਆ ਗਿਆ ਕਿ ਜੇਕਰ ਇੱਕ ਕਿਸਾਨ ਜਿਹੜਾ ਕਿ 3 ਜਾਂ 4 ਏਕੜ ਜ਼ਮੀਨ ਦਾ ਮਾਲਕ ਆ, ਉਹ ਕੁਛ ਮਸ਼ੀਨਰੀ ਪਰਚੇਜ ਕਰਦਾ, ਉਹ ਮਸ਼ੀਨਰੀ ਦੀ ਕੀਮਤ 10 ਲੱਖ ਬਣ ਜਾਂਦੀ ਆ, ਤੇ 4 ਕਿੱਲੇ 'ਚੋਂ ਕਿੰਨੀ ਆਮਦਨ ਆ ਕਿ ਉਹ ਰੀਪੇਮੈਂਟ ਕਰ ਸਕਦਾ। ਮੈਂ ਐਗਜ਼ਾਮਪਲ ਲਊਂਗਾ, ਜੇਕਰ ਕਿਸੇ ਕਿਸਾਨ ਦੀ 4 ਏਕੜ ਜਗ੍ਹਾ ਆ, ਉਹਦੇ ਵਿੱਚ ਜੇਕਰ ਉਹ ਸਾਲ ਭਰ ਆਪਣੀ ਖੇਤੀ ਕਰਦਾ, ਕਿੰਨੀ ਇਨਕਮ ਕਮਾਊਂਗਾ, ਤੇ ਜਿਹੜਾ ਕਰਜ਼ੇ ਦੀ ਰੇਸ਼ੋ ਹੁੰਦੀ ਆ, ਜਿਹੜੀ ਪਰਸੈਂਟੇਜ ਦੀ ਰੇਸ਼ੋ ਹੁੰਦੀ ਆ, ਉਹਦੀ ਕੀ ਰੇਸ਼ੋ ਹੁੰਦੀ ਆ, ਤੇ ਜਿਹੜੀ ਕਿਸ਼ਤ ਬਣਦੀ ਉਹਦੀ ਕੀ ਰੇਸ਼ੋ ਹੁੰਦੀ ਆ। ਮੈਂ ਐਗਜ਼ਾਮਪਲ ਲਊਂਗਾ, ਜੇਕਰ 1.5 ਲੱਖ ਰੁਪਇਆ ਜਾਂ 1.25 ਲੱਖ ਰੁਪਇਆ ਕਿਸ਼ਤ ਬਣਦੀ ਆ, ਕੀ 4 ਏਕੜ ਤੋਂ 1.25 ਲੱਖ ਰੁਪਇਆ ਇਨਕਮ ਹੋ ਸਕਦੀ ਆ? ਉਹਨੇ ਘਰ ਵੀ ਚਲਾਉਣਾ, ਖਰਚੇ ਵੀ ਕੱਢਣੇ, ਨਹੀਂ ਹੋਣਾ, ਰੀਪੇਮੈਂਟ ਨਹੀਂ ਹੁੰਦੀ ਸੀਗੀ, ਇਸ ਕਰਕੇ ਜਿਹੜਾ ਉਹ ਹੁੰਦਾ। ਉਹਦਾ ਕਾਰਨ ਲੱਭਿਆ ਗਿਆ ਕਿ ਕਿਉਂ ਮਸ਼ੀਨਰੀ ਕਾਮਯਾਬ ਨਹੀਂ, ਮਸ਼ੀਨਰੀ ਕਾਮਯਾਬ ਸੀ। ਐਕਚੁਅਲੀ ਉਹਦਾ ਇੱਕ ਫੰਡਾ ਸੀ ਇਕਨੋਮਿਕਲੀ ਕਿ ਕੋਈ ਮਸ਼ੀਨਰੀ ਜੇਕਰ 1000 ਘੰਟਾ ਸਾਲ 'ਚ ਪੂਰਾ ਨਹੀਂ ਕਰਦੀ ਤੇ ਉਹ ਜਿਹੜੀ ਫੇਲ ਹੋ ਜਾਊਗੀ। ਹੁਣ ਦੇਖੋ ਨਾ, ਜਿਹੜੀ ਮਸ਼ੀਨਰੀ ਇੱਕ ਛੋਟੇ ਕਿਸਾਨ ਨੇ ਲੈ ਲਈ, ਉਹ 4 ਏਕੜ ਲੋਨ ਬਣਾਉਣ ਤੋਂ ਬਾਅਦ ਖੜੀ ਹੋ ਜਾਣੀ ਆ, ਉਹ 4 ਮਤਲਬ 1000 ਘੰਟਾ ਨਹੀਂ ਪੋਸੀਬਲ ਬਣਦਾ ਸੀ। ਉਹਨਾਂ ਨੇ ਫਿਰ ਦੂਜਾ ਤਜਰਬਾ ਕੱਢਿਆ ਕਿ ਆਪਾਂ ਮਸ਼ੀਨਰੀ ਪੂਰੀ ਚਲਾਉਣੀ ਆ ਪਰ ਮੋਟਰ ਵੀ ਚਲਾਉਣੀ ਆ, ਤਰੀਕਾ ਕੀ ਲੱਭੀ ਆ? ਉਹਨਾਂ ਨੇ ਕਿਹਾ ਕਿ ਸਾਂਝੀ ਮਸ਼ੀਨਰੀ ਦਾ ਨਾਂ ਦੇ ਦਿੱਤਾ, ਸਾਂਝੀ ਮਸ਼ੀਨਰੀ ਰੱਖਣ ਲੋਕ। ਸਾਂਝੀ ਮਸ਼ੀਨਰੀ ਮਤਲਬ ਇਹ ਨਹੀਂ ਕਿ ਕੋਆਪਰੇਟਿਵ, ਸਾਂਝੀ ਮਸ਼ੀਨਰੀ ਗਰੁੱਪ, ਜਿਹੜੇ FPO ਜਾਂ ਕੁਛ ਵੀ ਆ, ਕੋਈ ਵੀ ਕਿਸਾਨ ਗਰੁੱਪ ਬਣਾ ਕੇ ਸਾਂਝੀ ਮਸ਼ੀਨਰੀ। ਉਹਦਾ ਮੀਨਿੰਗ ਕੀ, ਅੱਜ ਇਹਦੇ ਖੇਤ ਵਗਣ, ਕੱਲ੍ਹ ਉਹਦੇ ਵਗਣ, 1000 ਘੰਟਾ ਵੀ ਮਸ਼ੀਨਰੀ ਦਾ ਆਪਣਾ ਪੂਰਾ ਕਰੀ ਜਾਵੇ, ਕਿਸਾਨ ਤੇ ਬੋਝ ਨਾ ਪਵੇ, ਉਹ ਕਿਸ਼ਤ ਜਿਹੜੀ ਡਿਵਾਈਡ ਹੋ ਗਏ ਸਾਰਿਆਂ ਦੀ, ਜਾਵੇ ਕਿਸ਼ਤ ਵੀ ਪੂਰੀ ਹੋ ਜਾਵੇ ਮਸ਼ੀਨਰੀ। ਉਹਨਾਂ ਨੇ ਫਿਰ ਦੇਖਿਆ ਕੁਛ ਸੰਗਠਨ ਜਿਹੜੇ ਆਲਰੇਡੀ ਜਿਹੜੇ ਚੱਲ ਰਹੇ ਆ, ਜਿਹੜੇ ਗਰੁੱਪ ਦੇ ਰੂਪ 'ਚ ਚੱਲਦੇ ਆ, ਜਿਹਦਾ ਕੋਆਪਰੇਟਿਵ ਆ, ਇਹਦੇ ਵਿੱਚ ਵੀ ਪੋਲਿਸੀ ਲਾਗੂ ਕਰਤੀ। ਟ੍ਰਾਇਲ ਤੌਰ ਤੇ ਦੇਖਿਆ ਉਹਨਾਂ ਨੇ, ਕਰਕੇ ਵੀ ਦੇਖੇ ਟ੍ਰਾਇਲ ਤੌਰ ਤੇ ਵੀ, ਆਪਾਂ ਥੋੜੀਆਂ ਸੁਸਾਇਟੀਆਂ 'ਚ ਲਾ ਕੇ ਦੇਖੀਏ, ਇਹ ਸਕਸੈਸ ਹੋਏ। ਅੱਜ ਜਿਹੜੀਆਂ ਮਾਡਰਨ ਟੈਕਨੋਲੋਜੀ ਕਹਿ ਲਓ, 80 ਤੋਂ 85 ਇੰਪਲੀਮੈਂਟ ਜਿਹੜੇ ਆ ਸੁਸਾਇਟੀ ਕੋਲ, ਮਾਡਰਨ ਇੰਪਲੀਮੈਂਟ ਜਿਹੜੇ ਪਏ ਆ, ਉਹ ਅਲੱਗ ਅਲੱਗ ਰੇਟਾਂ ਦੇ ਉੱਤੇ, ਅਲੱਗ ਅਲੱਗ ਕੋਈ ਡੇਲੀ ਬੇਸਿਸ ਦਾ, ਕੋਈ ਘੰਟੇ ਦੇ ਹਿਸਾਬ ਨਾਲ ਉਹ ਚੱਲ ਰਿਹਾ। ਪਰ ਇੱਕ ਮੈਂ ਉਹ 'ਚ ਗੱਲ ਕਹੂੰਗਾ, ਉਹਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਮੈਨੂੰ ਆਉਂਦੀ ਆ, ਕਿਉਂਕਿ ਇਹ ਸੁਸਾਇਟੀ ਜਿਹੜੀ ਇੱਕ ਮਾਡਲ ਰੂਪ ਲੈ ਚੁੱਕੀ ਆ, ਕਈ ਡਿਸਕਸ਼ਨ ਦੇ ਰੂਪ 'ਚ ਇੱਥੇ ਆਉਂਦੇ ਆ, ਕਈ ਮੇਰੇ ਕੋਲ ਸੁਸਾਇਟੀਜ਼ ਆਏ ਆ ਵੀ ਸਾਡੇ ਸੰਦ ਫੇਲ ਹੋ ਰਹੇ ਆ, ਵੀ ਇਹ ਪ੍ਰਮੋਟ ਕਰਨੇ ਬੰਦ ਕਰੋ। ਉਹਦਾ ਰੀਜ਼ਨ ਵੀ ਲੱਭਿਆ, ਉਹਦਾ ਰੀਜ਼ਨ ਇਹ ਸੀਗਾ, ਕੁਛ ਕਿਸਾਨ ਲੈ ਜਾਂਦੇ ਸੀ ਇੰਪਲੀਮੈਂਟ, ਉਹ ਜਿਹੜੀ ਆ ਉਹਦੀ ਪੇਮੈਂਟ ਨਹੀਂ ਕਰਦੇ ਸੀਗੇ। ਕੁਛ ਵੀ ਅਦਾਰਾ, ਕੋਈ ਵੀ ਚੀਜ਼ ਆ, ਜਦ ਤੱਕ ਉਹਦੀ ਵੈਲਿਊ ਉਹਦੀ ਪੇ ਨਾ ਕਰੋ, ਉਹ ਚੱਲਦਾ ਨਹੀਂ, ਲੰਬੇ ਟਾਈਮ ਨਹੀਂ ਚੱਲਦਾ ਹੈਗਾ, ਉਹ ਬੰਦ ਹੋ ਜਾਂਦਾ। ਸ਼ੱਕਦੀ ਉਹ ਸਬਸਿਡੀ ਦੇ ਰੂਪ 'ਚ ਸੰਦ ਆਇਆ ਹੋਵੇ, ਭਾਵੇਂ ਜਿੱਦਾਂ ਮਰਜ਼ੀ, ਤੁਸੀਂ ਦੇਖੋ ਜਿਹੜੀ ਚੀਜ਼ ਨੂੰ ਚਲਾਉਣਾ ਉੱਥੇ ਖਰਚੇ ਹੋਣੇ ਹੀ ਹੋਣੇ, ਖਰਚੇ ਤੇਲ ਦੇ ਖਰਚੇ, ਉਹਨੂੰ ਰਿਪੇਅਰ ਦੇ ਖਰਚੇ, ਕਈ ਤਰ੍ਹਾਂ ਦੇ ਖਰਚੇ ਹੋਣੇ ਆ। ਪਰ ਜੇਕਰ ਆਪਾਂ ਇਹ ਮੰਨ ਲਈਏ ਨਾ ਵੀ ਇੱਕ ਵਾਰੀ ਸਰਕਾਰ ਨੇ ਦੇ ਦਿੱਤਾ ਤਾਂ ਇਹ ਫ੍ਰੀ ਦਾ ਆਇਆ, ਫ੍ਰੀ ਚਲਾਉਣਾ, ਚੱਲੇ ਨਹੀਂ ਸਕਦਾ। ਮੈਂ ਕਹਿੰਦਾ ਫ੍ਰੀ ਚੀਜ਼ ਦੇ ਕੇ ਵੀ ਸਰਕਾਰ ਚਲਾ ਕੇ ਦਿਖਾਲਦਾ, ਮੈਂ ਕਹੂੰਗਾ ਸਕੂਲ ਫ੍ਰੀ ਜਾਂ ਸਰਕਾਰ ਨੇ ਬਣਾ ਦਿੱਤੇ ਆ, ਸਰਕਾਰ ਕਹੂੰਗੀ ਤਨਖਾਹ ਨਹੀਂ ਦੇਣੀ ਆ, ਚਲਾ ਕੇ ਦਿਖਾਓ। ਜਿਹਨੇ ਜੋਬ ਕਰਨੀ ਉਹਨੇ ਆਪਣੀ ਫੈਮਿਲੀ ਵੀ ਚਲਾਉਣੀ ਆ ਨਾ, ਜਿਹਨੇ ਕੋਈ ਬਿਜਲੀ ਯੂਜ਼ ਕਰਨੀ ਆ ਉਹਦਾ ਬਿੱਲ ਵੀ ਪੇ ਕਰਨਾ ਨਾ। ਇਹ ਥੋੜੀ ਵਨ ਟਾਈਮ ਚੀਜ਼ ਬਣ ਗਈ ਤਾਂ ਉਹ ਹੁਣ ਆਪਾਂ ਦੇਣਾ ਹੀ ਨਹੀਂ, ਕੁਛ ਯੋਗਦਾਨ ਸਾਨੂੰ ਸੈਲਫ ਡਿਪੈਂਡੈਂਟ ਹੋ ਗਏ ਦੇਣਾ ਚਾਹੀਦਾ, ਦੇਖਣਾ ਚਾਹੀਦਾ ਮੋਰੇ ਕੀ ਹਾਲਾਤ ਦੇਖਣੇ ਚਾਹੀਦੇ ਆ। ਹਾਲਾਤ ਇਹ ਆ ਕਿ ਜੇਕਰ ਆਪਾਂ ਅਦਾਰੇ ਵਧੀਆ ਬਣਾ ਲਾਂਗੇ, ਉਹਦੀ ਫੈਸਿਲਿਟੀ ਵੀ ਆਪਾਂ ਲਵਾਂਗੇ। ਕਈ ਅਦਾਰਿਆਂ ਵਿੱਚ ਕੀ ਹੋਇਆ ਸੀ, ਉੱਥੇ ਕੀ ਹੋਇਆ, ਉਹਨਾਂ ਨੇ ਫੈਸਿਲਿਟੀ ਲੈਂਦੇ ਰਹੇ ਪਰ ਉਹਦੀ ਪੇਮੈਂਟ ਨਹੀਂ ਕੀਤੀ। ਕੁਛ ਕਹਿੰਦਾ ਜੀ ਮੈਂ ਤਾਂ ਜੀ ਅਹੁਦੇਦਾਰ ਹਾਂ, ਇਸ ਕਮੇਟੀ ਦੀ ਤਾਂ ਉਸ ਕਮੇਟੀ ਦਾ ਫਰਕ ਮਹਿਸੂਸ ਹੋਇਆ ਮੈਨੂੰ। ਉਹ ਕਹਿੰਦਾ ਜੀ ਇਹ ਤਾਂ ਪ੍ਰਧਾਨ ਆ, ਉਹ ਕਹਿੰਦਾ ਮੈਂ ਤਾਂ ਪ੍ਰਧਾਨ ਆ। ਦੇਖੋ ਪ੍ਰਧਾਨ ਤਾਂ ਇੱਕ ਕਹਿ ਲਓ ਕਿ ਰੈਗੂਲੇਟਰੀ ਵਾਸਤੇ ਆ ਨਾ, ਉਹਦੇ ਵਾਸਤੇ ਹੈ ਨੀ ਕਿ ਕਬਜ਼ੇ ਵਾਸਤੇ ਆ। ਮੈਂ ਕਿਹਾ ਫਿਰ, ਉਹ ਕਹਿੰਦਾ ਨਹੀਂ ਪੇਮੈਂਟ ਕਰਦਾ। ਮੈਂ ਕਿਹਾ ਯਾਰ ਕਮਾਲ, ਉਹ ਰੂਲ ਦੇ ਮੁਤਾਬਕ ਪੇਮੈਂਟ ਕਰਨੀ ਆ, ਉਹਨੇ ਉਹਦੇ ਮੁਕਾਬਲੇ ਥੋੜੀ ਕਰਨੀ ਆ। ਜੇ ਮੁਲਾਜ਼ਮ ਆ, ਮੁਲਾਜ਼ਮ ਨਹੀਂ ਪੇਮੈਂਟ ਕਰਦਾ, ਫਿਰ ਉੱਥੇ ਸ਼ੰਕਾ ਬਹਿ ਗਈ ਕਿ ਪੇਮੈਂਟ ਤਾਂ ਘਰੋਂ ਹੀ ਨਹੀਂ ਆ ਰਹੀ। ਜਦੋਂ ਘਰੇ ਕੋਈ ਦੁਕਾਨ ਚਲਾਉਣੀ ਹੋਵੇ, ਘਰੇ ਉਹਦਾ ਸੌਦਾ ਯੂਜ਼ ਕਰ ਲਈਏ, ਕਿੰਨੇ ਦਿਨ ਦੁਕਾਨ ਚੱਲ ਜਾਊਗੀ? ਸਭ ਤੋਂ ਪਹਿਲਾਂ ਤਾਂ ਜਿਹੜਾ ਦੁਕਾਨ ਚਲਾਉਣ ਦਾ ਇੱਕੋ ਹੀ ਫੰਡਾ ਹੁੰਦਾ, ਜਿਹੜਾ ਸਾਤੋਂ ਜਿਹੜੀਆਂ ਦੁਕਾਨਾਂ ਸਕਸੈਸਫੁਲੀ ਚੱਲਦੀਆਂ, ਉਹ ਤਾਂ ਇਹ ਸੋਚਦੇ ਆ ਲੋਕ, ਇੱਕ ਮਤਲਬ ਲੂਨ ਦੀ ਚੁਟਕੀ ਜਿੰਨਾ ਵੀ ਘਾਟਾ ਦੁਕਾਨ ਨੂੰ ਪੈ ਗਏ ਤਾਂ ਇੱਕ ਦਿਨ ਫੇਲ ਹੋ ਜਾਣੀ ਆ। ਇਸ ਕਰਕੇ ਜਦੋਂ ਆਪਣੇ ਘਰ ਲੋਨ ਦੀ ਥੈਲੀ ਭੇਜ ਦੇਣਾ, ਘਰਦਿਆਂ ਨੂੰ ਕਹਿੰਦਾ ਪਹਿਲਾਂ ਗੱਲੇ 'ਚ ਪੈਸੇ ਪਾ ਦੇ, ਫੇਰ ਲੈ ਜੀ, ਬਾਕੀ ਹਿਸਾਬ ਬਾਅਦ 'ਚੋਂ ਇਨਕਮ 'ਚ ਕਰ ਲਾਂਗੇ। ਤੇ ਉਹ ਜਿਹੜੇ ਸਿਆਣੇ ਦੁਕਾਨਦਾਰ, ਉਹ ਦੁਕਾਨ ਚਲਾਉਂਦੇ ਆ, ਨਾ ਕਿ ਕਹਿੰਦੇ ਆ ਕੋਈ ਗੱਲ ਨੀ ਦੁਕਾਨ ਘਰ ਦੀ ਆ, ਲਈ ਆ ਲੋਨ ਦੀਆਂ ਥੈਲੀਆਂ ਫਲਾਨੀਆਂ, ਇੱਕ ਦਿਨ ਫੇਲ ਹੋ ਜਾਂਦੀ ਆ। ਇਸੇ ਤਰ੍ਹਾਂ ਸੁਸਾਇਟੀ ਵੀ ਇੱਕ ਦੁਕਾਨ ਆ,
ਬਸ਼ੱਕਦੀ ਉਹਦਾ ਮਾਲਕ ਹੀ ਆ, ਜੇਕਰ ਉਹ ਆਪਣਾ ਸੌਦਾ ਪੱਤੇ ਦਾ ਹਿਸਾਬ ਕਿਤਾਬ ਨਹੀਂ ਰੱਖਣਗੇ ਤਾਂ ਫੇਲ ਹੋ ਜਾਣੀ, ਕਾਰਨ ਇਹੀ ਹੋਏ ਸੀਗੇ। ਇਸ ਕਰਕੇ ਮੈਂ ਦੋਨਾਂ 'ਚ ਡਿਫਰੈਂਸ ਪੈਦਾ ਕਰ ਦਿੰਦਾ, ਜਿਹੜੇ ਅਦਾਰੇ ਚੱਲਦੇ ਆ, ਇਹ ਨਹੀਂ ਕਿ ਸਾਰੇ ਹੀ ਫੇਲ ਆ, 300-400 ਵਧੀਆ ਚੱਲ ਰਹੇ ਆ ਜਿੱਥੇ ਉਹ ਚੱਲ ਰਹੀ ਆ, ਉਹਦਾ ਇਹੀ ਕਾਰਨ ਹੈ ਉੱਥੇ ਦੀ ਕਮੇਟੀ ਉੱਥੇ ਦਾ ਸਟਾਫ ਉਹ ਪੂਰਾ ਇਮਾਨਦਾਰੀ ਨਾਲ ਆਪਣੀ ਪੇਮੈਂਟ ਕਰਦਾ, ਕਿਉਂਕਿ ਜਿੱਥੋਂ ਸੇਧ ਮਿਲਦੀ ਆ, ਜਿੱਥੋਂ ਲੋਕਾਂ ਨੇ ਲੈਣਾ, ਜੇਕਰ ਪ੍ਰਧਾਨ ਯਾਰ ਪੇਮੈਂਟ ਕਰੀ ਜਾਂਦਾ ਤਾਂ ਮੈਂ ਤਾਂ ਇੱਕ ਮੈਂਬਰ ਹੀ, ਮੈਨੂੰ ਤਾਂ ਕਰਨੀ ਪੈਣੀ ਆ, ਫਿਰ ਜਿੱਦ ਖਤਮ ਹੋ ਜਾਂਦੀ ਉੱਥੇ। ਇਸ ਕਰਕੇ ਇਹ ਮੈਂ ਸਿਰਾ ਫੇਰ ਵੀ ਮੈਂਬਰਾਂ ਨੂੰ ਦਊਂਗਾ ਕਿ ਜਿਹੜੇ ਉਹਨਾਂ ਨੇ ਚੁਣ ਕੇ ਭੇਜਿਆ ਉਹ ਵੀ ਸਿਆਣੇ ਆ, ਜਿਹੜੇ ਲੋਕ ਉੱਥੇ ਕੰਮ ਕਰ ਰਹੇ ਉਹ ਵੀ ਸਿਆਣੇ ਆ, ਤੇ ਜਿਹੜੇ ਉਹਦੀ ਸਰਵਿਸ ਲੈ ਰਹੇ ਉਹ ਵੀ ਸਿਆਣੇ ਆ, ਕਿ ਪੇਮੈਂਟ ਕਰਨੀ ਆ, ਅਦਾਰਾ ਆਪਣਾ ਚਲਾਉਣਾ, ਲੋਸ ਆਪਣਾ ਨਹੀਂ ਕਰਨਾ। ਹੁਣ ਬਿਆਨ ਬਥੇਰੇ ਆ ਰਹੇ ਆ ਕਿ ਕੋਪਰੇਟ ਅਦਾਰੇ ਫੇਲ ਹੋ ਗਏ ਆ, ਫੇਲ ਹੋਣ ਦਾ ਕਾਰਨ ਕਿਤੇ ਨਾ ਕਿਤੇ ਆਪਾਂ ਵੀ ਹੈਗੇ ਆ ਕਿ ਆਪਾਂ ਅਦਾਰਿਆਂ ਨੂੰ ਸਮਝਿਆ ਹੀ ਨਹੀਂ ਅਦਾਰੇ ਕਿਹੜੇ ਆ। ਸਰਕਾਰ ਇੱਕ ਰੈਗੂਲੇਟਰੀ ਅਥਾਰਟੀ ਆ, ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰ ਮਾਲਕ ਨਹੀਂ ਹੈ, ਮਾਲਕ ਮੈਂਬਰ ਹੈਗੇ ਆ, ਸਰਕਾਰ ਰੈਗੂਲੇਟਰ ਅਥਾਰਟੀ ਆ। ਸਰਕਾਰ ਵੀ ਉੱਥੇ ਤੱਕ ਆਪਣਾ ਯੋਗਦਾਨ ਪਾਵੇ ਜਿੱਥੇ ਤੱਕ ਉਹਨੂੰ ਲੋੜ ਆ, ਮੈਂਬਰ ਵੀ ਆਪਣਾ ਪੂਰਾ ਯੋਗਦਾਨ ਪਾਵੇ ਜਿੱਥੇ ਤੱਕ ਉਹਨਾਂ ਨੂੰ ਲੋੜ ਆ। ਇਸ ਕਰਕੇ ਦੋਨਾਂ ਨੂੰ ਮੁਕਾਬਲੇ ਚਲਾਉਣਾ ਪੈਣਾ ਤਾਂ ਅਦਾਰੇ ਕਾਮਯਾਬ ਹੋਣੇ, ਅਦਰਵਾਈਜ਼ ਨਹੀਂ ਹੋਣੇ। ਸਨੀ ਸਾਹਿਬ, ਲਾਸਟ ਸਵਾਲ ਦੇ ਨਾਲ ਮੈਂ ਹੋਰ ਜਿਹੜੇ ਪਤਵੰਤੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰੂੰਗਾ। ਪਾਣੀ ਦਾ ਮਸਲਾ ਪੰਜਾਬ ਦੇ ਵਿੱਚ ਬਹੁਤ ਬਣਦਾ ਜਾ ਰਿਹਾ ਹੈ, ਆਪਾਂ ਕੁਛ ਚਿਰ ਪਹਿਲਾਂ ਗੱਲ ਕਰ ਰਹੇ ਸੀ ਇਸ ਦੇ ਉੱਤੇ, ਪਾਣੀ ਨੂੰ ਲੈ ਕੇ, ਪਾਣੀ ਨੂੰ ਬਚਾਉਣ ਨੂੰ ਲੈ ਕੇ ਕੀ ਕੁਝ ਕਾਰਗੁਜ਼ਾਰੀਆਂ ਚੱਲ ਰਹੀਆਂ ਨੇ? ਝੋਨੇ ਦੀ ਬਿਜਾਈ ਨੂੰ ਲੈ ਕੇ ਅਕਸਰ ਪੰਜਾਬ ਦੇ ਵਿੱਚ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਸੀਜ਼ਨ ਦੇ ਵਿੱਚ ਕਿ ਪਾਣੀ ਦੀ ਬਰਬਾਦੀ ਸ਼ੁਰੂ ਹੋ ਗਈ, ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੀ ਕੁਝ ਖਾਸ ਤਵੱਜੋ ਦੇ ਕੇ ਤੁਹਾਡੇ ਵੱਲੋਂ ਕਾਰਗੁਜ਼ਾਰੀਆਂ ਇਸ ਨੂੰ ਲੈ ਕੇ ਕੀਤੀਆਂ ਜਾ ਰਹੀਆਂ? ਚਲੋ ਮੈਂ ਹੁਣ ਥੋੜ੍ਹਾ ਜਿਹਾ ਤੁਹਾਡੇ ਸਵਾਲ ਨੂੰ ਥੋੜ੍ਹਾ ਚੇਂਜ ਜ਼ਰੂਰ ਕਰ ਦੂੰਗਾ। ਕੁਛ ਸਵਾਲ ਦੇ ਜਿਹੜੇ ਮੇਨ ਪੁਆਇੰਟ ਪਿਛਲੇ ਦੇ ਰਹਿ ਗਏ ਕਿ ਕੀ ਸੁਸਾਇਟੀ ਵਰਕ ਕਰਦੀ ਹੈ, ਮੈਂ ਕੁਛ ਡਿਫਾਈਨ ਕਰਨ ਲੱਗ ਪਿਆ, ਇਸ ਕਰਕੇ ਰਹਿ ਗਏ, ਮੈਂ ਫਟਾਫਟ ਉਹ ਡਿਫਾਈਨ ਕਰ ਦਵਾਂ। ਸੁਸਾਇਟੀ ਕ੍ਰੈਡਿਟ ਦਾ ਕੰਮ ਕਰਦੀ ਹੈ, ਬੈਂਕਿੰਗ ਐਜ਼ ਏ ਟ੍ਰੇਡਿੰਗ ਦਾ ਕੰਮ ਕਰਦੀ ਹੈ, ਐਜ਼ ਏ ਕਸਟਮਰ ਹੈਰਿੰਗ ਸੈਂਟਰ ਆ, ਬਾਇਓਗੈਸ ਪਲਾਂਟ ਆਪਣਾ ਲੱਗਾ ਪਿਆ, ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਆਪਣਾ ਲੱਗਾ ਪਿਆ ਆ, ਜੈਨ ਸੈੱਟ ਜਿਹੜੇ ਬੈਂਕਾਂ ਨੂੰ ਕਿਰਾਏ ਤੇ ਦਿੱਤੇ ਪਏ ਆ, ਈਫਕੋ ਐਂਡ ਕ੍ਰੀਫਕੋ ਵਰਗੀਆਂ ਵੱਡੀਆਂ ਕੰਪਨੀਆਂ ਦੀ ਹਿੱਸੇਦਾਰ ਹੈਗੀ ਆ, ਉੱਥੇ ਆਪਣਾ ਸ਼ੇਅਰ ਪਾਇਆ ਪਿਆ ਆ। ਇਸੇ ਤਰੀਕੇ ਨਾਲ ਜਿਹੜੀਆਂ ਆਪਣਾ ਇੱਕ ਲੋੜ ਸੀਗੀ ਕਿਸਾਨਾਂ ਨੂੰ ਵੈਲਿਊ ਐਡੀਸ਼ਨ ਦੀ, ਇੱਕ ਬਹੁਤ ਵੱਡਾ ਜਿਹੜਾ ਪ੍ਰੋਸੈਸਿੰਗ ਯੂਨਿਟ ਏ ਆਈ ਐਫ ਮਤਲਬ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ, ਇੱਕ ਪੀ ਐਮ ਐਫ ਐਮ ਈ ਸਕੀਮ, ਜਿਹੜੀ ਦੋਨੇ ਸੈਂਟਰ ਦੀਆਂ ਸਕੀਮਾਂ, ਉਹਦੇ ਤਹਿਤ ਇੱਕ 73 ਲੱਖ ਦਾ ਜਿਹੜਾ ਪ੍ਰੋਜੈਕਟ ਵੀ ਲੱਗ ਰਿਹਾ ਆ, ਜਿਹੜਾ ਕਿ ਜਦੋਂ ਇਹ ਪੂਰਾ ਸਕਸੈਸਫੁਲੀ ਚੱਲੂਗਾ ਫਿਰ ਪਤਾ ਲੱਗੂਗਾ ਉਹਦਾ ਕੀ ਵੈਲਿਊ ਆ। ਇਸ ਤੋਂ ਇਲਾਵਾ ਵੀ ਜਿਹੜੇ ਕਈ ਤਰ੍ਹਾਂ ਦੇ ਕੰਮ ਆ, ਜਿਹੜੇ ਛੋਟੇ ਛੋਟੇ ਕੰਮ ਆ, ਹੈਲਥ ਕਲੱਬ, ਫਿਜੀਓਥਰੈਪੀ ਸੈਂਟਰ, ਟ੍ਰੇਨਿੰਗ ਸੈਂਟਰ, ਕਈ ਤਰ੍ਹਾਂ ਦੇ ਜਿਹੜੇ ਮੈਂ ਦੁਬਾਰਾ ਤੋਂ ਤੇਰੇ ਐਕਟੀਵਿਟੀਜ਼ ਹੋਈ, ਮੈਂ ਇਹੀ ਚਾਹੂੰਗਾ ਕਿ ਤੁਸੀਂ ਕੈਮਰੇ ਨਾਲ ਦਰਸ਼ਕਾਂ ਨੂੰ ਜ਼ਰੂਰ ਦਿਖਾ ਦਿਓ, ਰਹਿਣਾ ਜਾਵੇ, ਕਿਉਂਕਿ ਬੋਲਣ ਲੱਗੇ ਜਦੋਂ ਡਿਫਾਈਨ ਕਰਨ ਲੱਗ ਪਏ ਤਾਂ ਸਮਾਂ ਜ਼ਿਆਦਾ ਲੱਗ ਜਾਂਦਾ, ਇੰਨਾ ਟਾਈਮ ਨਹੀਂ ਹੁੰਦਾ ਹਰ ਕੋਲ, ਤੇ ਮੈਂ ਇਹੀ ਕਹੂੰਗਾ ਕਿ ਤੁਸੀਂ ਨਾ ਛੱਡਿਓ, ਸਾਤੋਂ ਛੁੱਟ ਜਾਵੇ ਗੱਲ ਪ੍ਰਕਿਰਿਆ। ਤੇ ਕੁਛ ਆਪਾਂ ਇਦਾਂ ਦੇ ਫਿਊਚਰ ਪਲਾਂਟ ਵੀ ਸੋਚੇ ਸੀ, ਪ੍ਰੋਜੈਕਟ ਸੋਚੇ ਸੀ, ਜਿਹਨਾਂ ਨਾਲ ਆਪਾਂ ਆਉਣ ਵਾਲੇ ਸਮੇਂ ਦੇ ਅੰਦਰ, ਜਿਹੜੀ ਅੱਜ ਸਾਡੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਾਹਿਬ, ਸਾਡੇ ਸੀਐਮ ਸਾਹਿਬ, ਉਹ ਚਾਹੁੰਦੇ ਆ ਕਿ ਆਮਦਨ ਦੁੱਗਣੀ ਹੋਵੇ, ਆਮਦਨ ਦੁੱਗਣੀ ਦੇ ਉੱਤੇ ਪੂਰਾ ਪ੍ਰਯਾਸ ਇਹ ਸੁਸਾਇਟੀ ਕਰ ਰਹੀ ਆ। ਉਹਦੇ ਵਿੱਚ ਗ੍ਰੇਨ ਸਟੋਰੇਜ ਦੀ ਗੱਲ ਕਰੀਏ, ਆਪਾਂ ਗ੍ਰੇਨ ਸਟੋਰੇਜ ਦਾ ਇੱਕ ਪ੍ਰੋਜੈਕਟ ਬਣਾਇਆ ਸੀ, ਆਪਣੀ ਪੈਦਾਵਾਰ ਆਪ ਸਾਂਭਾਂਗੇ, ਉਹਦੇ ਵਿੱਚ ਖੁਦ ਹੀ ਮੰਡੀ ਆਉਂਗੀ, ਖੁਦ ਹੀ ਸਟੋਰੇਜ ਆਉਂਗੀ, ਖੁਦ ਹੀ ਪ੍ਰੋਸੈਸਿੰਗ ਯੂਨਿਟ ਆਊਗਾ, ਖੁਦ ਦਾ ਸੇਲ ਪੁਆਇੰਟ ਹੋਊਗਾ। ਲੋਕਾਂ ਦੀ ਇਹ ਨਹੀਂ ਕਿ ਪੈਦਾਵਾਰ ਕਰੋ ਤੇ ਚਲੋ ਜਾ ਕੇ ਮੰਡੀਆਂ ਦੇ ਵਿੱਚ, ਮੰਡੀ ਉਹਨਾਂ ਦੀ ਆਪਣੀ, ਸਟੋਰੇਜ ਵੀ ਆਪਣੀ, ਪ੍ਰੋਸੈਸਿੰਗ ਵੀ ਆਪਣੀ, ਸੇਲ ਪੁਆਇੰਟ ਵੀ ਆਪਣਾ, ਲੈਣ ਵਾਲੇ ਆਉਣਗੇ ਨਾ ਕਿ ਦੇਣਗੇ। ਇਸ ਤਰੀਕੇ ਦੇ ਜਿਹੜੇ ਪ੍ਰੋਜੈਕਟ ਆਲਰੇਡੀ ਆਪਾਂ ਸਬਮਿਟ ਕਰ ਚੁੱਕੇ ਹਾਂ। ਦੂਸਰਾ ਜਿਹੜਾ ਪਰਾਲੀ ਤੋਂ ਜਿਹੜੀ ਆਪਾਂ, ਤੁਸੀਂ ਪਾਣੀ ਦੀ ਗੱਲ ਕੀਤੀ ਆ, ਮੈਂ ਆਵਾਜਾਈ ਦੀ ਵੀ, ਉਹਦੀ ਵਾਯੂਮੰਡਲ ਦੀ ਵੀ ਗੱਲ ਕਰੂੰਗਾ, ਵਾਯੂ ਦੇ ਅੰਦਰ ਜਿਹੜੀ ਨੁਕਸਾਨ ਹੋ ਰਹੇ ਆ, ਪਰਾਲੀ ਦੀ ਸਮੱਸਿਆ ਸੀ, ਪਰਾਲੀ ਨੂੰ ਅੱਗ ਲਗਾਈ ਜਾਂਦੀ ਸੀ, ਆਪਾਂ ਉੱਥੇ ਇੱਕ ਪ੍ਰੋਜੈਕਟ ਗਠਨ ਕੀਤਾ ਸੀਗਾ, ਇੱਥੇ ਬਾਇਓ ਸੀ ਐਨ ਜੀ ਬਣਾਈਏ, ਕਿਉਂਕਿ ਪਹਿਲਾਂ ਇਸ ਸੁਸਾਇਟੀ ਦੀ ਜਿਹੜੀ ਸ਼ੁਰੂਆਤ ਹੋਈ ਸੀ ਟੈਂਪੂਆਂ ਤੇ ਹੋਈ ਸੀ, 6 ਟੈਂਪੂਆਂ ਤੇ, ਉਹ 6 ਟੈਂਪੂ ਇਸ ਕਰਕੇ ਬੰਦ ਹੋਏ ਆ ਕਿ ਉਹਨਾਂ ਦੀ ਮਿਆਦ ਲੰਘ ਗਈ ਸੀ, 15 ਸਾਲ ਤੋਂ ਬਾਅਦ ਉਹ ਜਿਹੜੀ ਅਥਾਰਟੀ ਨਹੀਂ ਅਲੋਅ ਕਰਦੀ ਸੀ, ਆਪਾਂ ਉੱਥੋਂ ਉਹਦਾ ਅਲਟਰਨੇਟਿਵ ਲੱਭਿਆ, ਬੱਸਾਂ ਚਲਾਈਏ, ਕਿਉਂਕਿ ਆ ਸਕੂਲ ਮੋਂਡਾ, ਇੱਥੇ ਬੜੀ ਆਵਾਜਾਈ, ਲੋਕ ਬੜੇ ਆਉਂਦੇ ਦੂਰੋਂ ਦੂਰੋਂ ਆਉਂਦੇ ਆ, ਇਹਨਾਂ ਨੇ ਕਈ ਵਾਰ ਸਾਨੂੰ ਦਰਖਾਸਤ ਕੀਤੀ ਕਿ ਸਾਡੇ ਬੱਚਿਆਂ ਨੂੰ ਆਉਣ 'ਚ ਤਕਲੀਫ ਹੋ ਰਹੀ ਆ, ਕਿਉਂ ਨਹੀਂ ਤੁਸੀਂ ਬੱਸਾਂ ਪਾਉਂਦੇ? ਆਪਾਂ ਸਰਕਾਰ ਨੂੰ ਉਹ ਪਰਮਿਟ ਆਲਰੇਡੀ ਅਪਲਾਈ ਕਰ ਚੁੱਕੇ ਹਾਂ ਕਿ ਇੱਕ ਪਰਮਿਟ ਜਿਹੜਾ ਆ ਬੱਸ ਦਾ ਪਰਮਿਟ ਹੁਸ਼ਿਆਰਪੁਰ ਤੋਂ ਲੈ ਕੇ ਲਾਂਬੜੇ ਆਊਗਾ, ਇੱਕ ਜਿਹੜਾ ਆ ਹੁਸ਼ਿਆਰਪੁਰ ਤੋਂ ਬੁਲਵਾਰ ਰਾਹੀਂ ਹੋ ਕੇ ਲਾਂਬੜੇ ਆਊਗਾ, ਇੱਕ ਹਰਿਆਣੇ ਰਾਹੀਂ, ਇੱਕ ਇੱਧਰ ਦੀ, 2 ਬੱਸ ਪਰਮਿਟ ਆਪਾਂ ਲਏ ਆ। ਉਹ ਜਿਹੜੀਆਂ ਬੱਸਾਂ ਵੀ ਆਪਾਂ ਚਲਾਵਾਂਗੇ, ਜਿਹੜੀ ਬਾਇਓ ਸੀ ਐਨ ਜੀ ਆਪਾਂ ਵੇਸਟ ਮਟੀਰੀਅਲ ਇਕੱਠਾ ਕਰਾਂਗੇ, ਉੱਥੋਂ ਆਪਾਂ ਬਾਇਓ ਸੀ ਐਨ ਜੀ ਜਨਰੇਟ ਕਰਾਂਗੇ, ਉਹ ਜਿਹੜੀਆਂ ਬੱਸਾਂ ਆਉਂਗੀਆਂ ਬਾਇਓ ਸੀ ਐਨ ਜੀ ਚੱਲਣਗੇ, ਤਾਂ ਕਿ ਆਪਾਂ ਇੱਕ ਮਾਡਲ ਵੀ ਕ੍ਰੀਏਟ ਕਰਾਂਗੇ ਨਵਾਂ ਇੰਡੀਆ ਪੰਜਾਬ ਵਿੱਚ, ਕਿ ਉਹ ਫਿਊਲ ਆਪਾਂ ਬੰਦ ਕਰਤਾ ਜਿਹੜਾ ਕਿ ਆਲਰੇਡੀ ਯੂਜ਼ ਹੋ ਰਿਹਾ, ਆਪਾਂ ਇੱਕ ਨਵਾਂ
ਨਵਾਂ ਫਿਊਲ ਜਿਹੜਾ ਕਿ ਖੁਦ ਆਪਾਂ ਜਨਰੇਟ ਕੀਤਾ ਉਹ ਯੂਜ਼ ਕਰਨ ਜਾ ਰਹੇ ਹਾਂ। ਉਹਦੀ ਐਗਜ਼ਾਮਪਲ ਮੈਂ ਬਾਇਓਗੈਸ ਨਾਲ ਰਿਲੇਟਡ ਦਊਂਗਾ। ਇੱਦਾਂ ਦੇ ਸਾਨੂੰ ਕੰਮ ਕਰਨੇ ਪੈਣਗੇ ਕਿ ਆਪਣੀ ਵੇਸਟ ਨੂੰ ਵੈਲਥ ਵਿੱਚ ਕਨਵਰਟ ਕਰਨਾ ਪਊਗਾ, ਉਹਨੂੰ ਆਪਾਂ ਆਪਣੇ ਸਾਧਨਾਂ ਵਿੱਚ ਲਿਆਉਣਾ ਪਊਗਾ। ਹੁਣ ਗੱਲ ਕਰਦੇ ਸੀ ਪਾਣੀ ਦੀ, ਮੇਨ ਮੁੱਦਾ ਜਿਹੜਾ ਪਾਣੀ ਦਾ ਬਣਿਆ, ਪਾਣੀ ਦੇ ਵਿੱਚ ਦੇਖੋ ਅੱਜ ਮੇਨ ਜਿਹੜਾ ਆ, ਮੈਂ ਇਹ ਬੜੇ ਫਖਰ ਨਾਲ ਕਹੂੰਗਾ ਕਿ ਇਸ ਸੁਸਾਇਟੀ ਨੂੰ ਅਵਾਰਡ ਮਿਲਿਆ ਤੇ ਇਹਦੀ ਕਾਮਯਾਬੀ ਦਾ ਰਾਜ ਸੀਗਾ, ਕੋਈ ਲੁਕੋ ਨਹੀਂ ਸੀਗਾ। ਇੱਦਾਂ ਦਾ ਪਲਾਂਟ ਜਿਹੜਾ ਤੁਸੀਂ ਬੈਕ ਐਂਡ ਤੇ ਦੇਖ ਰਹੇ ਆ ਕਿਸੇ ਵੀ ਸੁਸਾਇਟੀ 'ਚ ਨਹੀਂ ਮਿਲੂਗਾ ਤੁਹਾਨੂੰ, ਇਹ ਇੱਕ ਇੱਦਾਂ ਦਾ ਪਲਾਂਟ ਡਿਜ਼ਾਈਨ ਹੋਇਆ ਆ ਜਿਹੜਾ ਕਿ ਪਿੰਡ ਦੇ ਪਾਣੀ ਨੂੰ ਇਕੱਠਾ ਕਰਕੇ ਟ੍ਰੀਟ ਕਰ ਰਿਹਾ, ਫ੍ਰੀ ਆਫ ਕੋਸਟ ਵਰਲਡ ਯੂਜ਼ ਕਰੂੰਗਾ ਮੈਂ, ਕਿਉਂਕਿ ਇਹਦੇ ਵਿੱਚ ਇੱਦਾਂ ਦਾ ਤਜਰਬੇਦਾਰ ਸਿਸਟਮ ਹੋਇਆ ਕਿ ਇੱਥੇ ਜਿਹੜੇ ਸੁਸਾਇਟੀ ਦੇ ਸਰਪ੍ਰਸਤ ਆ ਸ਼੍ਰੀ ਕਾਂਤ ਸਿੰਘ ਪੰਨੂ, ਉਹ ਅਲੱਗ ਅਲੱਗ ਤਜਰਬੇ ਕਰਾਉਂਦੇ, ਅਲੱਗ ਅਲੱਗ ਤਰ੍ਹਾਂ ਦੇ ਮੈਥਡ ਦੱਸਦੇ ਆ। ਉਹਨਾਂ ਦਾ ਇੱਕ ਮੈਥਡ ਸੀਗਾ ਫਲਾਈ ਐਸ਼ ਦਾ ਯੂਜ਼ ਕਰਕੇ ਗੰਦੇ ਵਾਲੀ ਨੂੰ ਟ੍ਰੀਟ ਕਰਨਾ, ਆਪਾਂ ਇੱਕ ਇੰਪਲੀਮੈਂਟ ਕੀਤਾ, ਇੱਕ ਪਲਾਂਟ ਡਿਜ਼ਾਈਨ ਕੀਤਾ। ਇਹ ਪਲਾਂਟ ਇਸ ਤਰੀਕੇ ਨਾਲ ਕੰਮ ਕਰਦਾ, ਜਿਹੜੀ ਫਲਾਈ ਐਸ਼ ਹੁੰਦੀ ਫ੍ਰੀ ਆਫ ਕੋਸਟ ਮਿਲ ਜਾਂਦੀ ਅਵੇਲੇਬਲ ਆ ਜੀ। ਆਪਾਂ ਕੁਛ ਇੱਦਾਂ ਦੇ ਤੱਤ ਲਏ, ਉਹਨਾਂ ਵਿੱਚ ਪ੍ਰੈਕਟੀਕਲ ਕਰਕੇ ਦੇਖਿਆ, ਜਦੋਂ ਉੱਥੇ ਗੰਦਾ ਪਾਣੀ ਪਾਸ ਕਰਾਇਆ ਤਾਂ ਰਿਪੋਰਟਾਂ ਤਿਆਰ ਕਰਵਾਈਆਂ ਆਪਾਂ, ਤਾਂ ਰਿਪੋਰਟਾਂ ਵਿੱਚ ਇਹ ਆਇਆ ਕਿ ਪਾਣੀ ਜਿਹੜਾ ਆ ਮਤਲਬ ਉਹਦੀ ਕੁਆਲਿਟੀ ਬੜੀ ਬੈਟਰ ਹੋ ਗਈ ਆ। ਉਹ ਜਿਹੜੀ ਬੈਟਰ ਕੁਆਲਿਟੀ ਹੋਈ ਆ, ਇਹ ਪਲਾਂਟ ਜਿਹੜਾ ਆਟੋਮੈਟਿਕ ਵਰਕ ਕਰਦਾ ਆ, ਇਸ ਤਰੀਕੇ ਨਾਲ ਕੰਮ ਕਰਦਾ ਆ ਕਿ ਗ੍ਰੈਵਿਟੀ ਬੇਸ ਦੇ ਉੱਤੇ ਸੋਲਰ ਦੀ ਮਦਦ, ਅਨਰਜੀ ਲੈਣ ਲਈ ਲਿਫਟਿੰਗ ਕਰਨਾ, ਪਾਣੀ ਨੂੰ ਸਾਫ਼ ਕਰਨਾ ਆਟੋਮੈਟਿਕ, ਉਹ ਇਸ ਤਰੀਕੇ ਨਾਲ ਵਰਕ ਕਰਦਾ ਕਿ ਇੱਥੇ ਕੋਸਟ ਨਾ ਹੋਵੇ। ਇਹ ਗੱਲ ਕਰੂੰਗਾ ਕਿ 3 to 4 ਹਜ਼ਾਰ ਰੁਪਇਆ ਕੋਸਟ ਆਉਂਦੀ ਆ ਸਿਰਫ ਸਾਲ ਬਾਅਦ ਲੇਬਰ ਦੀ, ਜਦੋਂ ਫਲਾਈ ਐਸ਼ ਨੂੰ ਚੇਂਜ ਕਰਨਾ, ਅਦਰਵਾਈਜ਼ ਇਹਦੀ ਆਪਣੀ ਰਨਿੰਗ ਕੋਸਟ ਕੁਛ ਨਹੀਂ। ਹੁਣ ਗੱਲ ਕਰਦੇ ਪਾਣੀ ਕਿੱਦਾਂ ਬਚਿਆ ਇਹਦੇ ਨਾਲ, ਮੈਂ ਇੱਕ ਐਗਜ਼ਾਮਪਲ ਲਊਂਗਾ ਕਿ ਮੈਂ 400 ਪਿੰਡ ਦਾ ਇੱਕ ਤਜਰਬਾ ਹੋਇਆ ਸਾਡਾ ਇੱਥੇ, ਜਦੋਂ ਸੁਸਾਇਟੀ ਨੇ ਆਪਣੇ ਕੀਤਾ, ਜਦੋਂ 400 ਪਿੰਡ ਦਾ ਇੱਥੇ ਤਜਰਬਾ ਹੋਇਆ, 400 ਪਿੰਡ ਦਾ ਪਾਣੀ ਇਕੱਠਾ ਕਰਕੇ ਇੱਥੇ ਲਿਆਂਦਾ ਗਿਆ, 400 ਪਿੰਡ ਵਿੱਚ ਮੈਂ ਹੈਰਾਨ ਹੋ ਗਿਆ, ਪਲਾਂਟ ਲਾਉਣ ਤੋਂ ਬਾਅਦ ਡੇਲੀ ਦਾ 4 ਲੱਖ ਲੀਟਰ ਪਾਣੀ ਜਿਹੜਾ ਬਰਬਾਦ ਹੋ ਰਿਹਾ। ਤੁਸੀਂ ਕਿੱਦਾਂ ਗੱਲ ਕਰੋਗੇ ਕਿ ਹਰ ਪਿੰਡ ਦੇ ਵਿੱਚ ਹਰ ਘਰ ਦੇ ਅੰਦਰ ਦੇਖੋ 1000 ਲੀਟਰ ਦੀ ਟੈਂਕੀ ਆ? ਸਿੱਧੀ ਕੈਲਕੂਲੇਸ਼ਨ ਕਰੀਏ ਕਿ 400 ਘਰ 400 ਟੈਂਕੀ 1000 ਲੀਟਰ ਦੀ, ਇੱਕ ਮਤਲਬ ਮਲਟੀਪਲਾਈ ਕਰੀਏ 4 ਲੱਖ ਲੀਟਰ, ਤੁਹਾਨੂੰ ਇਹ ਵੀ ਪਤਾ ਕਿ ਡੇਲੀ ਟੈਂਕੀ ਭਰਦੀ ਆ ਤਾਂ ਡੇਲੀ ਖਾਲੀ ਵੀ ਹੁੰਦੀ ਹੈ। ਇਹਦਾ ਮਤਲਬ ਪਾਣੀ ਜਿਹੜਾ ਜ਼ਮੀਨ ਚੋਂ ਕੱਢਿਆ ਜਾਂਦਾ ਉਹ ਡੇਲੀ ਜਿਹੜਾ ਨਿਕਲ ਕੇ ਬਰਤਨ ਤੋਂ ਬਾਅਦ ਹੋ ਜਾਂਦਾ ਆ। ਹੁਣ ਜਿਹੜਾ ਉਹ 4 ਲੱਖ ਲੀਟਰ ਪਾਣੀ ਆ, ਜੇਕਰ ਆਪਾਂ ਉਹਨੂੰ ਨਹੀਂ ਸੰਭਾਲਿਆ ਤਾਂ ਉਹ ਖਰਾਬ ਹੋ ਜਾਣਾ ਪਾਣੀ। ਹੁਣ ਕਾਰਨ ਕੀ ਆ, ਉਹ ਪਾਣੀ ਕਿੱਦਾਂ ਬਚਿਆ? ਆਪਾਂ ਇਹਨੂੰ ਟ੍ਰੀਟ ਕੀਤਾ, ਆਪਾਂ ਇਹਨੂੰ ਇਰੀਗੇਸ਼ਨ ਵਾਸਤੇ ਲੈ ਆਂਦਾ। ਹੁਣ ਮੈਂ ਇਹ ਗੱਲ ਕਰੂੰਗਾ, ਇੱਕ ਪਿੰਡ ਦੀ ਪੰਜਾਬ 'ਚ ਤੁਹਾਨੂੰ ਪਤਾ 12,000 ਤੋਂ ਜ਼ਿਆਦਾ ਪਿੰਡ ਆ, ਆਪਾਂ ਡੇਲੀ ਦਾ 4 ਲੱਖ ਮਲਟੀਪਲਾਈ 12,000 ਕਰ ਲਈਏ ਤੇ ਕਰੋੜਾਂ 'ਚ ਫਿਗਰ ਚੱਲ ਜਾਂਦੀ ਆ, ਕਰੋੜਾਂ 'ਚ ਚੱਲ ਜਾਂਦੀ ਆ ਫਿਗਰ, ਜਿਹੜੀ ਫਿਗਰ ਇੱਡੀ ਵੱਡੀ ਹੋ ਜਾਂਦੀ ਆ ਕਿ ਡੇਲੀ ਦਾ ਪਾਣੀ, ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਆਲ ਇੰਡੀਆ ਦੀ ਗੱਲ ਕਰੀਏ, ਕਿੰਨੇ ਪਿੰਡ ਆ ਤੇ ਅਰਬਨ ਏਰੀਆ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਡਰਿੰਕਿੰਗ ਵਾਟਰ ਤੋਂ ਇਲਾਵਾ ਸਿੰਚਾਈ ਲਈ ਹੋਰ ਪਾਣੀ ਆਪਾਂ ਯੂਜ਼ ਕਰੀਏ। ਮੈਂ ਇਹੀ ਕਹੂੰਗਾ ਕਿ ਡਰਿੰਕਿੰਗ ਵਾਟਰ ਜ਼ਮੀਨ ਚੋਂ ਕੱਢੀਏ ਤੇ ਸਿੰਚਾਈ ਲਈ ਦੂਸਰਾ ਪਾਣੀ ਯੂਜ਼ ਕਰੀਏ। ਸਾਡੇ ਨਾਲ ਸਾਡੇ ਪ੍ਰਿੰਸੀਪਲ ਸਾਹਿਬ ਇੱਥੇ ਮੌਜੂਦ ਆ, ਮੈਂ ਕਹੂੰਗਾ ਕੁਛ ਜਿਹੜਾ ਆ ਇਹ ਪੁਆਇੰਟ ਜਿਹੜੇ ਆ ਥੋੜ੍ਹੇ ਜਿਹੇ ਇਹਨਾਂ ਨਾਲ ਜ਼ਰੂਰ ਡਿਸਕਸ ਕਰੋ, ਕਿਉਂਕਿ ਇਹਨਾਂ ਦਾ ਬੜਾ ਲੰਬਾ ਤਜਰਬਾ ਆ, ਬੜੇ ਆਇਓ ਆ, ਕਿਉਂਕਿ ਸੁਸਾਇਟੀ ਵੱਲੋਂ ਮੈਂ ਬੋਲ ਰਿਹਾ, ਇੱਦਾਂ ਲੱਗ ਰਿਹਾ ਕਿ ਸੁਸਾਇਟੀ ਵੱਲੋਂ ਮੈਂ ਹੀ ਸਭ ਕੁਝ ਵਧੀਆ ਦੱਸ ਰਿਹਾ। ਹੋ ਸਕਦਾ ਕਿ ਕੁਛ ਪਿੰਡ ਦੇ ਵਿਊ ਜ਼ਰੂਰ ਲੈ ਜਾਣ ਨਾਲ, ਮੈਂ ਹਮੇਸ਼ਾ ਕਦੀ ਵੀ ਪੱਤਰਕਾਰ ਸਾਹਿਬ ਆਉਂਦੇ ਆ ਉਹਨਾਂ ਨੂੰ ਇੱਕ ਰਿਕੁਐਸਟ ਕਰਦਾ ਹੁੰਦਾ ਕਿ ਬਾਹਰਲੇ ਵਿਊ ਜ਼ਰੂਰ ਲੈ ਜਾਣ, ਬਾਹਰਲੇ ਵਿਊ ਦੇ ਨਾਲ ਹੀ ਮੈਂ ਕਹਿੰਦਾ ਹੁੰਦਾ ਕਿ ਅਸਲੀ ਜਿਹੜਾ ਦਿਖਾਉਂਦਾ ਦਰਗਾ, ਤੇ ਇਸ ਕਰਕੇ ਮੈਂ ਇੱਕ ਤੁਹਾਨੂੰ ਰਿਕੁਐਸਟ ਜ਼ਰੂਰ ਕਰੂੰਗਾ ਕਿ ਮੈਨੂੰ ਥੋੜ੍ਹਾ ਜਿਹਾ ਕੱਟ ਕਰਕੇ, ਮੈਂ ਦੁਬਾਰਾ ਧੰਨਾ ਬਣੂੰਗਾ ਕਿ ਸਾਡੇ ਪ੍ਰਿੰਸੀਪਲ ਸਾਹਿਬ ਹੁਣੀ ਹੁਣੀ ਆਏ ਆ, ਜਿਹੜਾ ਇਹਨਾਂ ਨੇ ਜਾਣਾ ਵੀ ਹੁੰਦਾ, ਇਹਨਾਂ ਦਾ ਬੜਾ ਟਾਈਮ ਕੀਮਤੀ ਹੁੰਦਾ ਆ, ਤੁਸੀਂ ਇਹਨਾਂ ਤੋਂ ਥੋੜ੍ਹਾ ਜਿਹਾ ਵਿਊ ਜ਼ਰੂਰ ਲਵੋ ਕਿ ਇਹ ਕੋਈ ਸਕੂਲ ਦੇ ਅੰਦਰ ਵੀ ਮੈਨੂੰ ਪਤਾ ਸੁਸਾਇਟੀ ਬਹੁਤ ਯੋਗਦਾਨ ਪਾ ਰਹੀ ਆ, ਮੈਂ ਆਪਣੇ ਉਹਨੂੰ ਕਹੂੰਗਾ ਇਹ ਪ੍ਰਿੰਸੀਪਲ ਸਾਹਿਬ ਜੋ ਦੱਸਣਗੇ ਆਪਾਂ ਉਹਨਾਂ ਨਾਲ ਸਹਿਮਤ ਹੋਵਾਂਗੇ। ਸੋ ਜਿੱਥੇ ਪਿੰਡ ਦੇ ਲਈ ਸੁਸਾਇਟੀ ਦੇ ਵੱਲੋਂ ਤਮਾਮ ਸੇਵਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਉੱਥੇ ਪ੍ਰਿੰਸੀਪਲ ਸਾਹਿਬ ਸਾਡੇ ਇਸੇ ਪਿੰਡ ਦੇ ਸਕੂਲ ਦੇ ਮੌਜੂਦ ਨੇ। ਪ੍ਰਿੰਸੀਪਲ ਸਾਹਿਬ ਜਿਵੇਂ ਦੱਸ ਕੇ ਗਏ ਨੇ ਸੈਣੀ ਸਾਹਿਬ ਕਿ ਤੁਹਾਡੇ ਸਕੂਲ ਦੇ ਲਈ ਵੀ, ਇਸ ਪਿੰਡ ਦੇ ਸਕੂਲ ਦੇ ਲਈ ਵੀ ਸੁਸਾਇਟੀ ਦੇ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਕੀ ਕਹਿਣਾ ਚਾਹੁੰਦੇ ਹੋ, ਕਿਹੜੀ ਕਿਹੜੀ ਸੁਸਾਇਟੀ ਦੇ ਵੱਲੋਂ ਕਾਰਗੁਜ਼ਾਰੀ ਇਸ ਸਕੂਲ ਦੇ ਵਿੱਚ ਵੀ ਕੀਤੀ ਜਾਂਦੀ ਹੈ? ਮੈਨੂੰ ਇੱਥੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਲੰਬੜਾ ਵਿਖੇ 1.5 ਸਾਲ ਹੋ ਗਿਆ, ਦੂਜਾ ਸਾਲ ਸ਼ੁਰੂ ਹੈ, ਔਰ ਜਦੋਂ ਦਾ ਮੈਂ ਇੱਥੇ ਜੁਆਇਨ ਕੀਤਾ, ਔਰ ਇਹ ਸੁਸਾਇਟੀ ਜਿਹੜੀ ਆ ਦੀ ਕਾਂਗੜਾ ਕੋਆਪਰੇਟਿਵ ਸੁਸਾਇਟੀ, ਇਹਨਾਂ ਦੇ ਨਾਲ ਰਲ ਕੇ ਮੈਂ ਆਪਣੇ ਲਾਈਫ 'ਚ ਵੀ ਬਹੁਤ ਕੁਛ ਸਿੱਖਿਆ ਤੇ ਇਲਾਕੇ ਲਈ ਜੋ ਕੁਝ ਸੁਸਾਇਟੀ ਨੇ ਕੀਤਾ ਉਹਨੂੰ ਦੇਖ ਕੇ ਮੈਨੂੰ ਐਂ ਲੱਗਦਾ ਵੀ ਇਸ ਇਲਾਕੇ ਲਈ ਇਹ ਸੁਸਾਇਟੀ ਜਿਹੜੀ ਆ
ਸਿਰਫ ਕਿਰਤੀ ਜਾਂ ਕਿਸਾਨਾਂ ਵਾਸਤੇ ਹੀ ਲਾਹੇਵੰਦ ਨਹੀਂ ਹੋ ਰਹੀ ਸਾਬਤ ਇਹੋ। ਇਹ ਇਸ ਇਲਾਕੇ ਦੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਨਵੀਂ ਪੀੜ੍ਹੀ ਜਿਹੜੀ ਆ, ਨੌਜਵਾਨ ਪੀੜ੍ਹੀ ਆ, ਉਹਦੀ ਉਹਨੂੰ ਐਜੂਕੇਟ ਕਰਕੇ, ਉਹਨਾਂ ਦੇ ਬੱਚਿਆਂ ਦੇ ਸੁਪਨੇ ਨੂੰ ਸਾਕਾਰ ਕਰਕੇ ਜਾਂ ਉਹਨਾਂ ਦੀ ਬਾਂਹ ਫੜ ਕੇ, ਉਹਨਾਂ ਦੀ ਉਂਗਲ ਫੜ ਕੇ, ਇਹ ਇੱਕ ਮਾਤਾ ਪਿਤਾ ਦਾ ਰੂਪ ਵੀ ਰੋਲ ਵੀ ਇਹ ਸੋਸਾਇਟੀ ਅਦਾ ਕਰ ਰਹੀ ਆ। ਕਿਉਂਕਿ ਮੈਨੂੰ ਪਰਸਨਲੀ ਇਸ ਸੋਸਾਇਟੀ ਦੇ ਫੰਕਸ਼ਨਾਂ 'ਚ ਜਾਣ ਨੂੰ ਸੱਦਾ ਪੱਤਰ ਮਿਲਦਾ ਰਿਹਾ। ਮਾਣਯੋਗ ਪੰਨੂ ਸਾਹਿਬ ਜਿਨ੍ਹਾਂ ਨੇ ਸਰਪ੍ਰਸਤ ਆ ਸੋਸਾਇਟੀ ਦੇ, ਸਾਰੀ ਵਰਲਡ ਜਾਣਦਾ, ਸਾਡਾ ਸਾਰੀ ਦੁਨੀਆ ਜਾਣਦੀ ਆ, ਅਤੇ ਨਾਲ ਹੀ ਮਾਣਯੋਗ ਡਿਪਟੀ ਕਮਿਸ਼ਨਰ ਮੈਡਮ ਕੋਈ ਵੀ ਜਦੋਂ ਵੀ ਹੁੰਦੇ ਆ ਇੱਥੇ ਫੰਕਸ਼ਨ ਹੁੰਦਾ, ਕੋਮਲ ਮਿੱਤਲ ਜੀ ਆਏ ਔਰ ਉਹਨਾਂ ਦੇ ਵਿੱਚ ਬਹਿ ਕੇ ਜਦੋਂ ਇਹਨਾਂ ਦੀ ਸੋਭਾ ਸੁਣੀ, ਅਸੀਂ ਤਾਂ ਕਰਨੀ ਕਿਉਂਕਿ ਸਾਡਾ ਘਰ ਆ, ਸਾਡਾ ਪਿੰਡ ਆ, ਸਾਡਾ ਇਲਾਕਾ ਆ, ਅਸੀਂ ਅੱਛਾ ਕਰਦੇ ਹਾਂ ਔਰ ਕਹਿ ਵੀ ਦੇਣਾ ਚਾਹੀਦਾ। ਅਤੇ ਜਦੋਂ ਉੱਥੇ ਜਾ ਕੇ ਦੇਖਿਆ ਇੰਨਾ ਇਹਨਾਂ ਦਾ ਲੋਕਾਂ ਦੇ ਵਿੱਚ, ਔਰ ਖਾਸ ਕਰਕੇ ਇਹ ਜਦੋਂ ਪਿੰਡ ਦੀ ਗੱਲ ਕਰਦੇ ਹਾਂ ਜਾਂ ਮੇਰੇ ਸਕੂਲ ਦੇ ਬੱਚੇ ਤੁਸੀਂ ਗੱਲ ਕਰਦੇ ਹਾਂ, ਉਹ ਮੈਨੂੰ ਅਧਿਆਪਕਾਂ ਨੇ ਵੀ ਦੱਸਿਆ ਔਰ ਮੈਨੂੰ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਵੀ ਪਤਾ ਲੱਗਾ, ਔਰ ਉਸ ਤੋਂ ਬਾਅਦ ਮੈਂ ਖੁਦ ਵੀ ਇਹ ਸੋਸਾਇਟੀ ਪਿਛਲੇ ਲੰਮੇ ਸਮੇਂ ਤੋਂ ਇਸ ਸਕੂਲ ਨੂੰ, ਜਿਹੜੇ ਬੱਚੇ ਕੋਈ ਪੜ੍ਹਾਈ ਦੇ ਵਿੱਚ ਬਹੁਤ ਅੱਛੇ ਆ, ਵਧੀਆ, ਪਰ ਕੋਈ ਇਕਨੋਮਿਕਲੀ ਬੈਕਗ੍ਰਾਊਂਡ ਵਾਲੇ ਆ ਜਾਂ ਜਿਹਨਾਂ ਨੂੰ ਕੋਈ ਇਨਸੈਂਟਿਵ ਦੀ ਜ਼ਰੂਰਤ ਆ, ਉਹਨਾਂ ਦੀਆਂ ਫੀਸਾਂ, ਫੰਡ, ਇੱਥੋਂ ਤੱਕ ਕਿ ਵਰਦੀਆਂ ਵੀ ਇਹ ਸੋਸਾਇਟੀ ਮੁਹੱਈਆ ਕਰਵਾਉਂਦੀ ਹੈ। ਨੈਕਸਟ ਜਦੋਂ ਦਾ ਮੈਂ ਇੱਥੇ ਆਇਆ, ਕਿਉਂਕਿ ਇੱਕ ਸਕੂਲ ਦਾ ਕੈਂਪਸ ਬਹੁਤ ਵੱਡਾ ਹੈ, ਇੱਥੇ ਸਾਡੇ ਕੋਲ ਸਫਾਈ ਸੇਵਕ ਵੀ ਹੈਗੇ, ਅਸੀਂ ਕਰੀਦਾ, ਪਰ ਐਡਾ ਵੱਡਾ ਕੈਂਪਸ ਹੈ ਜਿਹਦੇ ਉੱਪਰ ਮੈਨ ਪਾਵਰ ਲਾਉਣੀ ਹੋਵੇ ਤਾਂ ਬਹੁਤ ਔਖਾ, ਕਿਉਂਕਿ ਇਹਨਾਂ ਕੋਲ ਮਸ਼ੀਨਰੀ ਹੁੰਦੀ ਆ। ਤੇ ਅਸੀਂ ਜਦੋਂ ਵੀ ਸੋਸਾਇਟੀ ਆ, ਭਾਜੀ ਜਸਵਿੰਦਰ ਹੋਣਾ ਨੂੰ, ਇਹਨਾਂ ਦੇ ਪਿਤਾ ਜੀ ਸੀਗੇ ਇੱਥੇ, ਤੇ ਉਹਨਾਂ ਨੂੰ ਵੀ ਆਪਾਂ ਜਦੋਂ ਰਿਕੁਐਸਟ ਕੀਤੀ, ਮਤਲਬ ਕਿ ਲੱਗਦਾ ਵੀ 5-7 ਮਿੰਟ ਹੁੰਦੇ ਜਦੋਂ ਇਹਨਾਂ ਕੋਲ ਅਵੇਲੇਬਿਲਟੀ ਹੁੰਦੀ ਸੀ, ਸਾਨੂੰ ਇਹਨਾਂ ਨੇ ਰੋਟਾਵੇਟਰ ਦੇ ਰਹਿਣਾ, ਆਪਣਾ ਟਰੈਕਟਰ ਵਗੈਰਾ ਟਰਾਲੀਆਂ, ਜਿਹਦੇ ਨਾਲ ਉਹ ਘਾਹ ਦਾ ਬੈਲੈਂਸ ਬਣਾ ਕੇ, ਔਰ ਇਸ ਕੈਂਪਸ ਨੂੰ ਬੜਾ ਸੁੰਦਰ ਸਾਫ਼ ਬਣਾਇਆ ਜਾਂਦਾ। ਮਤਲਬ ਕਿ ਇਸ ਸਕੂਲ ਦੀ, ਕੈਂਪਸ ਦੀ ਜਿਹੜੀ ਕੋਈ ਸਾਫ਼ ਸਫਾਈ ਕਰਨ ਦੀ ਦਿੱਖ, ਸੁੰਦਰ ਬਣਾਉਣ ਦੇ ਵਿੱਚ ਵੀ ਇਸ ਸੋਸਾਇਟੀ ਦਾ ਬਹੁਤ ਵੱਡਾ ਯੋਗਦਾਨ ਆ। ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ, ਉਸ ਤੋਂ ਬਾਅਦ ਕਿਉਂਕਿ ਮੈਂ ਵਾਰ ਵਾਰ ਕਹਿ ਰਿਹਾ ਕਿ ਪਿੰਡ ਬਹੁਤ ਸੋਹਣਾ, ਬੜਾ ਖੂਬਸੂਰਤ ਆ, ਇਹ ਪਿੰਡ ਦਾ ਜਿਹੜਾ ਸਕੂਲ ਹੈ, ਇਹਦੀ ਬੱਚਿਆਂ ਦੀ ਮੋਰਨਿੰਗ ਅਸੈਂਬਲੀ ਵਾਸਤੇ ਕੈਂਪਸ ਜਿਹੜਾ ਹੈ, ਉਹਦੇ ਵਾਸਤੇ ਕੱਚਾ ਸੀਗਾ, ਔਰ ਪੁਰਾਣੇ ਦਰਖਤ ਵੀ ਬਹੁਤ ਲੱਗੇ ਹੋਏ ਸੀਗੇ, ਔਰ ਕਈ ਵਾਰੀ ਕਿਉਂਕਿ ਪਿੰਡ ਦਾ, ਕਿਉਂਕਿ ਛੱਪੜ ਜਿਹੜਾ ਹੈਗਾ ਜਾਂ ਜਗ੍ਹਾ ਜਿਹੜੀ ਆ, ਉਹ ਪਿੰਡ ਵਾਲਿਆਂ ਨੇ ਦਿੱਤੀ ਹੋਈ ਆ, ਤੇ ਥੋੜਾ ਜਿਹਾ ਪਾਣੀ ਵੀ ਵਿੱਚੋਂ ਦੀ ਕ੍ਰੋਸਿੰਗ ਹੁੰਦੀ ਆ ਜਦੋਂ ਬਰਸਾਤਾਂ ਆਉਂਦੀਆਂ, ਤੇ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ, ਬੱਚੇ ਉੱਥੇ ਖੜ ਕੇ ਪਰਮਾਤਮਾ ਦਾ ਨਾਂ ਨਹੀਂ ਲੈ ਸਕਦੇ ਸਵੇਰ ਮੋਰਨਿੰਗ ਅਸੈਂਬਲੀ, ਕਿਉਂਕਿ ਜੇ ਸਾਡਾ ਸਵਸਥਾ ਨਹੀਂ ਹੈ ਸਾਈਡ ਤੇ, ਤੇ ਉਹ ਬੱਚੇ ਦਾ ਮਨ ਜੋੜਨਾ, ਹਾਂ ਉਹ ਜਿਹੜੀ ਹੈਗੀ ਆ ਤੁਹਾਡੀ ਮਾਨਸਿਕ ਤੌਰ ਤੇ, ਅਧਿਆਤਮਕ ਤੌਰ ਤੇ ਤੁਸੀਂ ਉਹ ਅੰਦਰੋਂ ਵੇਵ ਨਹੀਂ ਉੱਠਦੀ। ਮੈਂ ਆਪਣੇ ਤੌਰ ਤੇ ਮਹਿਸੂਸ ਕੀਤਾ ਵੀ ਉਹ ਆਪਾਂ ਇੱਥੇ ਇੰਟਰਲੋਕ ਟਾਈਲਾਂ ਸ਼ੁਰੂ ਕਰਾਈਏ, ਤੇ ਇਸ ਸੋਸਾਇਟੀ ਦਾ ਮੈਂ ਆਪਣੇ ਪਰਸਨਲੀ ਬਹੁਤ ਧੰਨਵਾਦ ਕਰੂੰਗਾ, ਮੈਂ ਸਿੱਖਿਆ ਵਿਭਾਗ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰੂੰਗਾ, ਪਿੰਡ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰੂੰਗਾ, ਤੇ ਜਸਵਿੰਦਰ ਹੋਣਾ ਦੇ ਨਾਲ, ਸੋਸਾਇਟੀ ਦੇ ਨਾਲ ਇਹਨਾਂ ਜਿੰਨੇ ਪਤਵੰਤ ਸੱਜਣ ਖੜੇ ਆ, ਇਹਨਾਂ ਦੇ ਨਾਲ ਮੈਂ ਚਲੋ ਬੇਨਤੀ ਕੀਤੀ, ਕਿਉਂਕਿ ਮੇਰਾ ਸਕੂਲ ਆ, ਮੇਰਾ ਮੈਂ ਮੁਲਾਜ਼ਮ ਸਰਕਾਰ ਦਾ ਪਰ ਮੈਂ ਸੇਵਾਦਾਰ ਹਾਂ ਸਕੂਲ ਦਾ, ਤੇ ਇਹਦੇ ਲਈ ਆਪਾਂ ਐਜ ਏ ਸੇਵਾਦਾਰ ਜਿੰਨੀ ਵੀ ਆਪਾਂ ਪ੍ਰੋਫਿਟ ਲੈ ਸਕਦੇ ਹਾਂ ਪਤਵੰਤੇ ਸੱਜਣਾਂ ਦੇ, ਕਿਉਂਕਿ ਪੰਜਾਬ ਦੇ ਸਕੂਲਾਂ ਨੂੰ NRI ਸੱਜਣਾਂ ਨੇ ਬਹੁਤ ਸਾਰੀ ਡਿਵੈਲਪਮੈਂਟ ਪਿੱਛੇ ਕਰਾਈ ਆ, ਤੇ ਇਹਨਾਂ ਦੇ ਕਿਉਂਕਿ ਸੋਸਾਇਟੀ ਦੇ ਵਿੱਚ NRI ਜਿਹੜੇ ਬਾਹਰ ਗਏ ਆ ਉਹਨਾਂ ਦੇ ਖਾਤੇ ਚੱਲਦੇ ਆ, ਸਾਰਾ ਕੁਛ ਆ, ਮਾਲਕ ਦੀ ਬੜੀ ਕਿਰਪਾ ਆ, ਸੋ ਅਸੀਂ ਉਹਨਾਂ ਨੂੰ ਵੀ ਬੇਨਤੀ ਰਿਕੁਐਸਟ ਕੀਤੀ ਇਹਨਾਂ ਦੇ ਥਰੂ, ਭਾਜੀ ਹੋਣਾ ਦੇ ਥਰੂ, ਸੋਸਾਇਟੀ ਦੇ ਥਰੂ, ਕਿ ਤੁਸੀਂ ਸਾਨੂੰ ਕੋਈ ਨਾ ਕੋਈ ਪਤਵੰਤੇ ਸੱਜਣ ਸਾਨੂੰ ਦਿਓ, ਜਿਹੜੇ ਕੁਛ ਗੁਰੂ ਨਾਨਕ ਮਹਾਰਾਜ ਦੇ ਜਿਹੜਾ ਵੰਡ ਛਕੋ ਕਿਰਤ ਕਰੋ ਦਾ ਸਿਧਾਂਤ ਦੇ ਨਾਲ ਜੁੜ ਕੇ ਕੁੱਪਲਾ ਸਾਡਾ ਬੱਚਿਆਂ ਦਾ ਕਰ ਸਕਣ। ਹਾਂਜੀ, ਸੋ ਇਹਨਾਂ ਉਹ ਸਾਡੀਆਂ ਗੱਲਾਂ ਨੂੰ ਬੂਰ ਪਿਆ, ਮਾਲਕ ਨੇ ਸਾਡੀ ਗੱਲ ਸੁਣੀ, ਤੇ ਅਸੀਂ ਇੱਥੇ ਇੰਟਰਲੋਕ ਟਾਈਲਾਂ ਸ਼ੁਰੂ ਕਰਾਈਆਂ, ਉਹਦੇ ਵਿੱਚ ਇਹਨਾਂ ਦਾ ਸਾਨੂੰ ਟਰਾਲੀ ਇਹਨਾਂ ਦੀ ਔਰ ਇਹਨਾਂ ਦੇ ਜਿਹੜੇ ਟਰੈਕਟਰ ਆ ਉਹ ਯੂਜ਼ ਕੀਤੇ ਬੈਲੈਂਸ ਕਰਨ ਵਾਸਤੇ, ਔਰ ਇਹਨਾਂ ਦੇ ਰਾਹੀਂ ਅਸੀਂ ਘੱਟੋ ਘੱਟ ਬਹੁਤਾ ਨਹੀਂ ਤਾਂ ਮੈਨੂੰ ਲੱਗਦਾ ਜੇ ਕੈਲਕੂਲੇਸ਼ਨ ਮੋਟੀ ਮੋਟੀ ਕਵੇ ਤੇ 3-3.5-4 ਲੱਖ ਰੁਪਈਆ 1.5 ਸਾਲ ਦੇ ਵਿੱਚ ਵਿੱਚ ਨਹੀਂ 4-5 ਲੱਖ ਰੁਪਈਆ ਆਪਣੇ ਵੀ ਥਰੂ ਤੇ ਬਾਕੀ ਪਤਵੰਤੇ ਸੱਜਣ ਜਿਹੜੇ ਆ ਉਹਨਾਂ ਨੂੰ ਮੋਟੀਵੇਟ ਕਰਕੇ ਸਕੂਲ ਵਾਸਤੇ ਪੈਸੇ ਦਵਾਉਣ ਲਈ ਸ਼ੁਰੂ ਕੀਤਾ, ਔਰ ਮੇਰਾ ਲਗਭਗ 90% 80% ਜਿਹੜਾ ਹੈਗਾ ਉਹ ਇੰਟਰਲੋਕ ਦਾ ਕੰਮ ਸ਼ੁਰੂ ਕੰਪਲੀਟ ਹੋ ਚੁੱਕਾ। ਦਿਮਾਗ ਦੇ ਵਿੱਚ ਇਹ ਜ਼ਿਹਨ ਦੇ ਵਿੱਚ ਇਹ ਸਵਾਲ ਉੱਠ ਰਿਹਾ ਕਿ ਜਿਵੇਂ ਅੱਜ ਕੱਲ੍ਹ ਦੇ ਨੌਜਵਾਨਾਂ, ਜਿਵੇਂ ਮੈਂ ਪਹਿਲਾਂ ਸਵਾਲ ਸੈਣੀ ਸਾਹਿਬ ਹੁਣਾਂ ਕੋਲ ਵੀ ਲਿਆ ਸੀ
ਕਿ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਪਤਾ ਨਹੀਂ ਹੈ, ਪਰ ਇਹ ਸੁਸਾਇਟੀ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਗੁਜ਼ਾਰੀਆਂ ਜਦੋਂ ਸਕੂਲ ਤੱਕ ਪਹੁੰਚਦੀਆਂ ਨੇ, ਸਕੂਲ ਦੇ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਇੱਕ ਸੁਸਾਇਟੀ ਹੈ, ਇੱਕ ਬੋਡੀ ਹੈ ਜਿਹੜੀ ਕੰਮ ਕਰਦੀ ਹੈ, ਉਹਨਾਂ ਦੇ ਥਰੂ ਇਹ ਸਾਰਾ ਕੰਮਕਾਜ ਹੋ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ, ਕਿਉਂਕਿ ਬੱਚਿਆਂ ਦੇ ਵਿੱਚ ਤੁਹਾਡਾ ਵਿਚਰਨਾ ਹੁੰਦਾ, ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਬਲਬਲੇ ਬਣਗੇ ਕਿ ਅਜਿਹੀਆਂ ਸੁਸਾਇਟੀਆਂ ਜਿਹੜੀਆਂ ਨੇ ਪ੍ਰਫੁੱਲਤ ਰਹਿਣ ਅਤੇ ਇਹਨਾਂ ਨੂੰ ਇਸੇ ਤਰੀਕੇ ਬਰਕਰਾਰ ਰੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤੌਰ ਦੇ ਉੱਪਰ ਵੀ ਕੁਝ ਕੰਮਕਾਜ ਅਜਿਹੇ ਕੀਤੇ ਜਾਣ ਜਿਹਨਾਂ ਦਾ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰਾਂ ਦੇ ਉੱਪਰ ਨਾ ਨਿਰਭਰ ਕਰੀਏ, ਆਪਣੇ ਤੌਰ ਦੇ ਉੱਪਰ ਵੀ ਕਾਰਗੁਜ਼ਾਰੀਆਂ ਕੀਤੀਆਂ ਜਾ ਸਕਣ। ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਇਹਦਾ ਮੈਂ ਤਾਂ ਕਹਿ ਦੂੰਗਾ ਵੀ ਇਹ ਬਿਲਕੁਲ 100% ਕਾਮਯਾਬ ਹੋਇਆ ਔਰ ਕਾਮਯਾਬ ਹੋ ਰਿਹਾ, ਕਿਉਂਕਿ ਜਦੋਂ ਦਾ 1.5 ਸਾਲ ਦਾ ਮੈਂ, ਅਸੀਂ ਬੱਚਿਆਂ ਨੂੰ ਸਿਰਫ ਇੱਥੋਂ ਇਹਨਾਂ ਦੇ ਕੋਲੋਂ ਆਪਾਂ ਸਿਰਫ ਕੋਈ ਸੇਵਾਵਾਂ ਹੀ ਨਹੀਂ ਰਹਿੰਦੇ ਇਸ ਤਰ੍ਹਾਂ ਦੀਆਂ। ਜਦੋਂ ਫੰਕਸ਼ਨ ਕੋਈ ਇੱਥੇ ਹੁੰਦੇ ਆ, ਜਦੋਂ ਮੈਡਮ ਡੀਸੀ ਮੈਡਮ ਆਏ ਪਿੱਛੇ ਵੀ, ਅਸੀਂ ਕੋ ਕਰਿਕੁਲਰ ਐਕਟੀਵਿਟੀ ਦੀਆਂ ਜਿਹੜੀਆਂ ਬੱਚਿਆਂ ਦੀਆਂ ਤਿਆਰੀਆਂ ਕਰਾਈਆਂ ਹੋਈਆਂ ਔਰ ਬੱਚੇ ਪਰਫੋਰਮ ਕਰਦੇ ਉੱਥੇ, ਮਾਣਯੋਗ ਪੰਨੂ ਸਾਹਿਬ ਨੇ ਔਰ ਮੈਡਮ ਕੋਮਲ ਮਿੱਤਲ ਜੀ ਹੋਰਾਂ ਨੇ ਬੱਚਿਆਂ ਨੂੰ ਬੜਾ ਅਸ਼ੀਰਵਾਦ ਔਰ ਪਿੱਛੇ 5,000 ਰੁਪਏ ਦਾ ਸਾਨੂੰ ਬੱਚਿਆਂ ਨੂੰ ਸਾਨੂੰ ਨਹੀਂ ਇਨਾਮ ਵੀ ਦਿੱਤਾ ਇਸ ਚੀਜ਼ ਦਾ ਵੀ ਬੱਚੇ ਜੇ ਇਸ ਫੀਲਡ 'ਚ ਜਾਂਦੇ ਆ, ਔਰ ਮੈਨੂੰ ਸਾਡੇ ਕੁੜੀ ਬੱਚੀਆਂ ਵੀ ਸਾਡੇ ਬੇਟੇ ਵੀ ਸਾਡੇ ਬੱਚੇ ਵੀ ਜਾਂਦੇ ਆ ਸਾਰੇ, ਤੇ ਇਹ ਬਿਲਕੁਲ ਸਕੂਲ ਦੇ ਨਾਲ ਆ ਸਾਡੇ, ਉਹ ਦੂਰ ਨਹੀਂ ਹੈਗਾ ਸਾਡੇ ਤੋਂ, ਬੱਚੇ ਆਉਂਦੇ ਜਾਂਦੇ ਆ ਔਰ ਇੱਥੇ ਕਦੀ ਵੀ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚੋਂ ਕਦੀ ਕੋਈ ਨੈਗੇਟਿਵਿਟੀ ਨਹੀਂ ਦੇਖੀ, ਬਟ ਉਹਨਾਂ 'ਚ ਉਤਸ਼ਾਹ ਆ, ਕਿਉਂਕਿ ਮੈਨੂੰ ਲੱਗਦਾ ਉਹ ਸਿੱਖ ਰਹੇ ਆ। ਜਦੋਂ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹਾਂ, ਅਸੀਂ ਗੱਲ ਕਰਦੇ ਹਾਂ ਜਦੋਂ ਭਾਜੀ ਹੁਣੀ ਸੁਸਾਇਟੀ ਦਾ ਆਪਾਂ ਨਾਂ ਬਾਰ ਬਾਰ ਲੈਂਦੇ ਹਾਂ, ਹੁਣ ਜਿਵੇਂ ਸੁਸਾਇਟੀ ਨੂੰ ਨੈਸ਼ਨਲ ਲੈਵਲ ਦਾ ਅਵਾਰਡ ਮਿਲਿਆ ਉਹਨਾਂ ਨੂੰ, ਤੇ ਉਹ ਬੱਚਿਆਂ ਦੇ ਅਸੀਂ ਅਨਾਊਂਸਮੈਂਟ ਕੀਤੀ, ਬੱਚਿਆਂ ਨੂੰ ਮਹਿਸੂਸ ਹੋਇਆ ਵੀ ਸਾਡੇ ਪਿੰਡ ਦੀ ਸੁਸਾਇਟੀ ਸਿਰਫ ਖੁਸ਼ ਹੋ ਰਹੀ ਹੈ। ਹਾਂ, ਉਹ ਉਹਨਾਂ 'ਚ ਇੱਕ ਜਿੱਦਾਂ ਸਭ ਤੋਂ ਵੱਡੀ ਗੱਲ ਜੇ ਐਗਜ਼ਾਮਪਲ ਲੈਣੀ ਹੋਵੇ ਤਾਂ ਜਿਹੜੇ ਜਸਵਿੰਦਰ ਸੈਣੀ ਜੀ ਆ ਸਾਡੇ ਪ੍ਰੋਜੈਕਟ ਦੇ ਡਾਇਰੈਕਟਰ ਸਾਹਿਬ, ਸਾਡੇ ਸੈਕਟਰੀ ਸਾਹਿਬ, ਉਹ ਆਪ ਵੀ ਜਾਂਗਾ ਤੇ ਉਹਨਾਂ ਵਿੱਚ ਇੱਕ ਕਪੈਸਿਟੀ ਆ, ਉਹ ਬੱਚਿਆਂ ਨੂੰ ਮੋਟੀਵੇਟ ਕਰਦੇ, ਅਸੀਂ ਵੀ ਕਰਦੇ ਹਾਂ, ਗੱਲਬਾਤ ਕਰਦੇ। ਸੋ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਰੰਗਲਾ ਪੰਜਾਬ ਸਾਡੇ ਬੱਚਿਆਂ ਦੇ ਸੁਪਨੇ ਜਿੰਨੇ ਤੱਕ ਪੂਰੇ ਨਹੀਂ ਹੋਣਗੇ, ਉਹ ਜੇ ਅਧੂਰੇ ਆ, ਉਹ ਰੋਜ਼ਗਾਰ ਤੇ ਨਹੀਂ ਲੱਗਦੇ, ਜਾਂ ਫਿਰ ਉਹ ਇੱਕ ਤਰ੍ਹਾਂ ਦੇ ਇਹ ਤੇ ਪੰਜਾਬ ਦੀ ਮਿੱਟੀ ਨਾਲ ਮੋਹ ਨਹੀਂ ਪਾਲਦੇ, ਤਾਂ ਉਹਨੇ ਜੇਕਰ ਪੰਜਾਬ ਦੇ ਰੰਗਲੀ ਤਸਵੀਰ ਜਿਹੜੀ ਉਹ ਧੁੰਦਲੀ ਹੋ ਸਕਦੀ ਆ। ਮੈਨੂੰ ਲੱਗਦਾ ਉਹਨੂੰ ਖੂਬਸੂਰਤ ਬਣਾਉਣ ਦੇ ਵਿੱਚ ਇਹ ਸੁਸਾਇਟੀ ਬਹੁਤ ਸੋਹਣਾ ਜਿਹੜਾ ਹੈਗਾ ਰੋਲ ਅਦਾ ਕਰ ਰਹੀ ਆ, ਕਿਉਂਕਿ ਪਿੰਡ ਦੇ ਤੁਸੀਂ ਦੇਖ ਲਓ ਵੀ ਇਹ ਜਿੱਥੇ ਤੁਸੀਂ ਖੜੇ ਆ, ਇੱਥੇ ਬਾਇਓਗੈਸ ਪਲਾਂਟ ਹੈਗਾ, ਬਾਕੀ ਫਰਨੀਚਰ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ, ਇੱਧਰ ਡੀਜ਼ਲ ਦਾ ਜਿਹੜਾ ਪ੍ਰੋਜੈਕਟ ਆ ਉਹ ਲਾਇਆ ਹੋਇਆ, ਇੱਥੇ ਅੰਦਰ ਵੀ ਤੁਸੀਂ ਜਾ ਕੇ ਸੁਸਾਇਟੀ 'ਚ ਦੇਖੋਗੇ ਤੇ ਬਹੁਤ ਕੁਝ ਇੱਦਾਂ ਦਾ ਹੈਗਾ ਜਿੱਥੋਂ ਬੱਚੇ ਜਿਹੜੇ ਆ ਉਹ ਮੈਨੂੰ ਲੱਗਦਾ ਵੀ ਸਿੱਖ ਰਹੇ ਆ, ਸੇਧ ਲੈ ਰਹੇ ਆ, ਉਹਨੂੰ ਲੱਗਦਾ ਵੀ ਸਾਡੇ ਜੇ ਪਿੰਡ ਦੇ ਵਿੱਚ ਇੰਨਾ ਕੁਝ ਹੈਗਾ ਤੇ ਆਪਾਂ ਬਾਹਰ, ਚਲੋ ਠੀਕ ਆ ਕੋਈ ਮੂਮੈਂਟ ਹੁੰਦੀ ਕੁਛ ਪਰਸਨ ਬੱਚਿਆਂ ਦਾ ਹੁੰਦਾ, ਬਟ ਜਿੰਨੇ ਤੱਕ ਮਿੱਟੀ ਨਾਲ ਆਪਾਂ ਜੁੜਨਾ, ਮੈਨੂੰ ਲੱਗਦਾ ਇਹ ਸੁਸਾਇਟੀ ਸਾਡੀ ਜਿਹੜੀ ਜਨਰੇਸ਼ਨ ਆ ਔਰ ਖਾਸ ਕਰਕੇ ਇਸ ਇਲਾਕੇ ਦੇ ਬੱਚਿਆਂ ਨੂੰ ਮਿੱਟੀ ਦੇ ਨਾਲ ਜੋੜ ਰਹੀ ਆ ਔਰ ਇਸ ਮਿੱਟੀ ਦੇ ਵਿੱਚੋਂ ਮਹਿਕ ਆ ਰਹੀ ਆ। ਬਸ ਉਹ ਦਿਨ ਦੂਰ ਨਹੀਂ ਜਿੱਦਣ ਤੁਸੀਂ ਫਿਰ ਦੁਬਾਰਾ ਕਿਤੇ ਚੈਨਲ ਨੂੰ ਇੱਥੇ ਭਾਜੀ ਹੋਣਾਂ ਕੋਲ ਆਉਂਗੇ, ਇਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖੋਗੇ, ਉੱਥੇ ਇੱਦਾਂ ਦੇ ਬੱਚੇ ਵੀ ਤੁਹਾਡੇ ਸਾਹਮਣੇ ਆਉਣਗੇ ਜਿਹੜੇ ਬੱਚੇ ਆਪਣੇ ਪੈਰਾਂ 'ਤੇ ਖੜੇ ਹੋਣਗੇ। ਇਹਦੇ ਨਾਲ ਹੀ ਮੈਂ ਇੱਕ ਗੱਲ ਜੋੜ ਦਿੰਦਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਬਿਜ਼ਨਸ ਬਲਾਸਟਰ ਸਕੂਲਾਂ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਬੱਚਿਆਂ ਦੀ ਸਿਰਫ ਆਪਣੀ ਜੋ ਨਾ ਨਿਊ ਇਨੋਵੇਸ਼ਨ ਆ, ਜਿੱਦਾਂ ਪਰਾਲੀ ਆ, ਜਿੱਦਾਂ ਭਾਜੀ ਹੁਣੀ ਗੱਲ ਕੀਤੀ ਸੀ, ਸ਼ੀਸ਼ੇ ਆ, ਕੋਈ ਪਲਾਸਟਿਕ ਟੁੱਟਾ ਹੋਇਆ, ਕੋਈ ਘੜੇ ਟੁੱਟੇ ਹੋਏ ਆ, ਜਾਂ ਪੁਰਾਣੀਆਂ ਕੌਡੀਆਂ ਆ, ਜਾਂ ਕੱਪੜੇ ਪੁਰਾਣੇ ਪਾਟੇ ਹੋਏ ਆ, ਹਨਾ ਜੀ, ਕੋਈ ਲੀਰਾਂ ਜਿੱਦਾਂ ਘਰਾਂ ਪਿੰਡਾਂ ਦੇ ਘਰਾਂ 'ਚ ਹੁੰਦੀਆਂ, ਅਤੇ ਜਾਂ ਕੋਈ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਹੈਗਾ ਵੀ ਫਾਸਟ ਫੂਡ ਲੋਕ ਬਾਹਰੋਂ ਖਾਈ ਜਾਂਦੇ ਆ, ਬੱਚਿਆਂ ਨੂੰ ਜਿੱਦਾਂ ਆਪਣੇ ਚਾਰ, ਜਿੱਦਾਂ ਆਪਾਂ ਦੁਆਬੇ 'ਚ ਖੜੇ ਹਾਂ, ਸਾਡਾ ਤਾਂ ਇਲਾਕਾ ਹੀ ਦੁਆਬਾ, ਅੰਬਾਂ ਦਾ ਦੁਆਬਾ ਇਲਾਕਾ, ਹਾਂਜੀ, ਉਹ ਤਾਂ ਕਹਾਵਤ ਵੀ ਹੈਗੇ ਨਾ ਵੀ ਅੰਬੀਆਂ ਨੂੰ ਤਰਸੇਂਗੇ ਛੱਡ ਕੇ ਦੇਸ ਦੁਆਬਾ। ਸੋ ਇੱਥੇ ਉਹ ਬੱਚੇ ਜਿਹੜੇ ਆ, ਇੱਥੇ ਸਗੋਂ ਸਾਡੇ ਬਿਲਕੁਲ ਕੰਢੀ ਏਰੀਆ ਸ਼ੁਰੂ ਹੁੰਦਾ ਇੱਥੇ ਔਰ ਮੈਨੂੰ ਲੱਗਦਾ ਜਸਵਿੰਦਰ ਸਾਹਿਬ ਤੁਹਾਨੂੰ ਦੱਸਣਗੇ ਇੱਥੇ ਆਂਵਲੇ ਦੇ ਵੀ ਰੁੱਖ ਹੋਣੇ ਆ ਕਿਤੇ ਨਾ ਕਿਤੇ ਲੱਗੇ, ਔਰ ਮੈਂ ਆਪਣੇ ਸਕੂਲ 'ਚ ਆਂਵਲੇ ਦੇ ਰੁੱਖ ਐਤਕੇ ਲਵਾਏ ਆ ਜੀ, ਐਤਕੇ ਆਂਵਲਾ ਜਾਮਣ, ਇਹ ਵਧੀਆ ਵਧੀਆ ਸਾਨੂੰ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਗਈਆਂ ਚੀਜ਼ਾਂ। ਸੋ ਇਹ ਉਹਦਾ ਅਚਾਰ ਬਣਾਉਣ ਦਾ ਉਹ ਮੈਂ ਆਪਣੇ ਸਕੂਲ ਸਾਰੋ ਸ਼ੁਰੂ ਕੀਤਾ ਹੋਇਆ ਜੀ, ਔਰ ਬੱਚਿਆਂ ਜਿਹੜੇ ਆ ਮੋਬਾਈਲ ਆ ਇਹ ਟੁੱਟ ਭੱਜ ਜਾਂਦੇ ਆ, ਜਾਂ ਜਿਹੜੇ ਘਰਾਂ ਦੇ ਕੈਮਰੇ ਆ ਜਿਹੜੇ ਆਪਾਂ ਰਹਿੰਦੇ ਆ ਸੀਸੀਟੀਵੀ ਕੈਮਰੇ ਆ, ਉਹਨਾਂ ਦਾ ਜਿਹੜਾ ਵੇਸਟ ਮਟੀਰੀਅਲ ਹੈ ਉਹਨੂੰ ਮਤਲਬ ਕਿ ਦੁਬਾਰਾ ਬਣਾ ਕੇ ਉਹਨੂੰ, ਤਾਂ ਉਹ ਬੱਚਿਆਂ ਨੂੰ ਅਸੀਂ ਸਿਖਾਇਆ, ਮੇਰੇ ਸਕੂਲ ਦੇ ਟੀਚਰ ਕੰਪਿਊਟਰ ਦੇ ਹੈਗੇ ਆ, ਉਹ ਬੱਚਿਆਂ ਨੂੰ ਅਸੀਂ ਉੱਧਰ ਲਾਇਆ, ਮਤਲਬ ਕਿ ਅਸੀਂ ਐਫਰਟ ਕਰਕੇ
ਇੱਦਾਂ ਦਾ ਕੋਸ਼ਿਸ਼ ਕਰ ਰਹੇ ਕਿ ਘੱਟੋ ਘੱਟ ਜਿਹੜੇ ਸਾਡੇ ਕੋਲ ਬੱਚੇ ਆ ਆਪਾਂ ਉਹਨਾਂ ਨੂੰ ਸੇਧ ਦੇਈਏ, ਅਗਵਾਈ ਤਾਂ ਦਈਏ, ਔਰ ਜਦੋਂ ਆਪਾਂ ਅਗਵਾਈ ਦੇਵਾਂਗੇ ਆਪਾਂ ਬੱਚਿਆਂ ਦੀ ਉਂਗਲ ਫੜਦੇ ਹਾਂ ਤਾਂ ਉਹ ਬੱਚੇ ਤੁਹਾਡੇ ਨਾਲ ਤੁਰਦੇ ਆ। ਔਰ ਸਾਨੂੰ ਖੁਸ਼ੀ ਹੋਈ ਆ ਜੇ ਸਾਡੇ ਦੋ ਤਿੰਨ ਪ੍ਰੋਜੈਕਟ ਸਾਡੇ ਪਾਸ ਵੀ ਹੋਏ ਆ, ਔਰ ਸਰਕਾਰ ਵੱਲੋਂ ਸਾਡੇ ਬੱਚਿਆਂ ਨੂੰ ਕੁਛ ਇਨਸੈਂਟਿਵ ਵੀ ਮੈਨੂੰ ਲੱਗਦਾ 2000 ਰੁਪਏ ਹਰ ਬੱਚੇ ਨੂੰ ਮਿਲਣਾ, ਇੱਦਾਂ ਦਾ ਕੁਛ ਸਰਕਾਰ ਕਰ ਰਹੀ ਆ, ਉਹ ਉਪਰਾਲਾ ਬਹੁਤ ਵੱਡਾ ਹੋ ਰਿਹਾ। ਔਰ ਮੈਂ ਸੋਸਾਇਟੀ ਦਾ ਇੱਕ ਹੋਰ ਦੱਸ ਦਿਆਂ ਕਿ ਪਿਛਲੇ ਹੁਣੇ ਥੋੜ੍ਹਾ ਚਿਰ ਡਿਸਕਸ ਹੋ ਰਹੀ ਸੀ ਭਾਜੀ ਉਹਨਾਂ ਨਾਲ ਮੇਰੀ ਕਿ ਆਪਾਂ ਸਕੂਲ ਦੇ ਸੋਸਾਇਟੀ ਵੱਲੋਂ ਇੱਕ ਇੱਦਾਂ ਦਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹਾਂ ਵੀ ਸਕੂਲ 'ਚ ਜਿਹੜੇ ਬੱਚੇ ਸਾਇੰਸ ਦੇ ਵਿੱਚ ਕੋਈ ਇਨੋਵੇਸ਼ਨ ਕਰਨੀ ਚਾਹੁੰਦੇ ਆ, ਸਾਇੰਸ ਦਾ ਫੀਲਡ ਹੋ ਗਿਆ ਜਾਂ ਵੇਸਟ ਪਾਣੀ ਜਿਹੜਾ ਹੈਗਾ ਉਹਨੂੰ ਆਪਾਂ ਕਿਵੇਂ ਰੀਯੂਜ਼ ਕਰਨਾ, ਜਿਵੇਂ ਤੁਸੀਂ ਹੁਣ ਪਹਿਲਾਂ ਗੱਲ ਕੀਤੀ ਆ ਕਿ ਆਪਾਂ ਕਿਉਂਕਿ ਪਾਣੀ ਦਾ ਮਸਲਾ ਪੰਜਾਬ ਦਾ ਅੱਜ ਕੱਲ੍ਹ ਬਹੁਤ ਵੱਡਾ ਮਸਲਾ ਬਣਿਆ ਜਾ ਰਿਹਾ, ਬਹੁਤ ਬਣਿਆ ਜਾ ਰਿਹਾ, ਪਾਣੀ ਹੈਗਾ ਲੇਕਿਨ ਪਹਿਲੀ ਗੱਲ ਹੈ ਨਹੀਂ, ਜਿਹੜਾ ਸਾਂਭ ਸੰਭਾਲ ਵੀ ਹਾਂਜੀ ਸਾਂਭ ਸੰਭਾਲ ਵੀ ਨਹੀਂ ਹੋਈ ਲੇਕਿਨ ਜਿਹੜਾ ਸਾਨੂੰ ਮਿਲ ਰਿਹਾ ਉਹ ਵੀ ਪੀਣ ਯੋਗ ਨਹੀਂ ਮਿਲ ਰਿਹਾ। ਕੁਝ ਕੁਝ ਕਿੱਦਾਂ ਸਾਡੇ ਦੁਆਬੇ ਦੀ ਬੇਲਟ ਦੇ ਬਾਰੇ ਅਕਸਰ ਕਿਹਾ ਜਾਂਦਾ ਕਿ ਇੱਥੇ ਸੀਰਾਂ ਫੁੱਟਦੀਆਂ, ਪਾਣੀ ਸੋਹਣਾ, ਮਾਹੌਲ ਵਧੀਆ ਅੱਛਾ, ਬਟ ਹੁਣ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਇਹ ਵੀ ਉਸ ਲਪੇਟ 'ਚ ਆ ਰਿਹਾ, ਸਾਨੂੰ ਬੜਾ ਸਾਰਿਆਂ ਲਈ ਚਿੰਤਾ ਦਾ ਵਿਸ਼ਾ। ਸੋ ਇਸ ਕਰਕੇ ਭਾਜੀ ਹੁਣੇ ਵੀ ਗੱਲ ਕੀਤੀ, ਮੈਨੂੰ ਬੜਾ ਜ਼ਿਆਦਾ ਪ੍ਰੋਜੈਕਟ ਲੱਗਾ ਵੀ ਆਪਣੇ ਸਕੂਲ 'ਚ ਅਸੀਂ ਸਕੂਲ ਦੇ ਵਿੱਚ ਅਸੀਂ ਇਹ ਸ਼ੁਰੂ ਕਰਨ ਜਾ ਰਹੇ ਹਾਂ ਵੀ ਕੁਛ ਬੱਚਿਆਂ ਦੀ ਆਪਣੀ ਇਨੋਵੇਸ਼ਨ ਹੋਵੇ, ਉਹ ਕਰੇ ਤਾਂ ਉਹਨੂੰ ਅਸੀਂ ਸੋਸਾਇਟੀ ਵੱਲੋਂ ਵੀ ਕੋਈ ਇਨਸੈਂਟਿਵ ਦਈਏ ਤਾਂ ਕਿ ਉਹ ਬੱਚਾ ਆਪਣੇ ਕਿਸੇ ਨਵੇਕਲੀ ਇੱਕ ਇਨੋਵੇਸ਼ਨ ਦੇ ਨਾਲ ਜੁੜ ਜਾਵੇ। ਇੱਕ ਤਾਂ ਬੱਚੇ 'ਚ ਨਵਾਂ ਕਰਨ ਦੀ ਇੱਕ ਹੁਨਰ ਚੇਤਨਤਾ ਪੈਦਾ ਹੋਊਗੀ, ਇੱਕ ਉਹਦਾ ਹੁਨਰ ਅੰਦਰ, ਕਿਉਂਕਿ ਬੱਚਿਆਂ 'ਚ ਕੋਈ ਨਾ ਕੋਈ ਹੁਨਰ ਛੁਪੇ ਹੋਏ ਹੁੰਦੇ ਆ, ਇਹ ਅਸੀਂ ਤੁਸੀਂ ਰਲ ਮਿਲ ਕੇ ਕਰਨੇ ਆ, ਸੋਸਾਇਟੀ ਕਰ ਰਹੀ ਆ, ਅੱਜ ਦਾ ਹੈ ਜਿਹਦੇ ਅਧਿਆਪਕ ਅਸੀਂ ਕੰਮ ਕਰ ਰਹੇ ਹਾਂ। ਸੋ ਅਸੀਂ ਜਦੋਂ ਬੱਚੇ ਨੂੰ ਫੜ ਲੈਂਦੇ ਹਾਂ, ਤਰਾਸ਼ ਦਿੰਦੇ ਹਾਂ, ਉਹਨਾਂ 'ਚ ਕੁਝ ਨਾ ਕੁਝ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਆ। ਸੋ ਬਹੁਤ ਸਾਰੀ ਜਿਹੜੀ ਭਲਾਈ ਦੇ ਕੰਮ ਸੋਸਾਇਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜੇ ਵਿੱਚ ਕਰ ਰਹੀ ਹੈ ਜੀ, ਤੇ ਸਾਨੂੰ ਆਉਣ ਵਾਲੇ ਸਮੇਂ 'ਚ ਵੀ ਬਹੁਤ ਸਾਰੀ ਉਮੀਦ ਹੈ ਉਹਦੇ ਕੋਲ ਜੀ। ਸੋ ਜਿਸ ਤਰੀਕੇ ਇਹ ਸੋਸਾਇਟੀ ਕੰਮਕਾਜ ਕਰ ਰਹੀ ਹੈ, ਇੱਕ ਚੰਗੇ ਸਲਾਹਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਲਾਹ ਦੇ ਨਾਲ ਹੀ, ਮਸ਼ਵਰੇ ਦੇ ਨਾਲ ਹੀ ਕਹਿੰਦੇ ਕਿ ਚੀਜ਼ਾਂ ਉਤਪੰਨ ਹੁੰਦੀਆਂ ਨੇ, ਉਹਨਾਂ ਨੂੰ ਬਣਾਇਆ ਜਾਂ ਫਿਰ ਕੀਤਾ ਜ਼ਮੀਨੀ ਧਰਾਤਲ ਦੇ ਉੱਪਰ ਉਤਾਰਿਆ ਜਾਂਦਾ। ਤੁਸੀਂ ਐਜ ਏ ਸਲਾਹਕਾਰ ਦੇ ਤੌਰ ਦੇ ਉੱਪਰ ਜਸਵਿੰਦਰ ਸਿੰਘ ਹੋਰਾਂ ਦੇ ਨਾਲ ਵਿਚਰਦੇ ਹੋ, ਸਲਾਹਾਂ ਕਿਸ ਟੌਪਿਕ ਦੇ ਉੱਪਰ ਕਿਸ ਤਰੀਕੇ ਦੇ ਨਾਲ ਕੀਤੀਆਂ ਜਾਣ, ਇਹਦੇ ਲਈ ਵੀ ਸਲਾਹ ਹੋਣੀ ਜ਼ਰੂਰੀ ਹੈ, ਇਹ ਸਾਰੀਆਂ ਚੀਜ਼ਾਂ ਦੀ ਪ੍ਰਕਿਰਿਆ ਕਿਵੇਂ ਚੱਲਦੀ? ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਹਮਦਰਦ ਟੀਵੀ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਆਇਓ। ਬਾਕੀ ਜਿਹੜੀ ਗੱਲ ਤੁਸੀਂ ਸਲਾਹ ਦੀ ਗੱਲ ਕੀਤੀ ਆ, ਵੈਸੇ ਵੀ ਜ਼ਿੰਦਗੀ 'ਚ ਕੋਈ ਵੀ ਕੰਮ ਕਰਨਾ ਤੇ ਜਦੋਂ ਦਾ ਇੱਕ ਅੱਛਾ ਸਲਾਹ ਜ਼ਰੂਰੀ ਆ, ਤੇ ਸਲਾਹਾਂ ਇੱਕ ਨਹੀਂ ਜ਼ਿਆਦਾ ਜ਼ਰੂਰੀ ਆ, ਉਹਨਾਂ ਦੇ ਵਿੱਚੋਂ ਫਿਰ ਇਹ ਦੇਖਣੀ ਵੀ ਕਿਹੜੀ ਚੰਗੀ ਸਲਾਹ ਕਿਹੜੀ ਆ, ਠੀਕ, ਉਹ ਸਲਾਹ ਕਿੱਥੇ ਕਿੱਥੇ ਲੋੜ ਹੈ ਜੋ ਤੁਸੀਂ ਪਹਿਲਾਂ ਕਵਰ ਕੀਤਾ ਨਾ ਉਹ ਮੈਂ ਦੁਬਾਰਾ ਨਹੀਂ ਕਰਾਂਗਾ, ਪਰ ਇਹ ਸ਼ਾਰਟ 'ਚ ਹੀ ਦੱਸਾਂਗਾ ਵੀ ਇਹਦੇ 'ਚ ਤੁਸੀਂ ਕੀਤਾ ਪਰੇਸ਼ਾਨੀਆਂ ਜੀ, ਇੱਕੋ ਗੱਲ ਸ਼ਾਰਟ 'ਚ ਕਰ ਲਈਏ, ਕੰਮ ਤਾਂ ਸਾਰੇ ਹੀ ਚੱਲਦੇ ਆ, ਤੇ ਜੇ ਉਹ ਪਰੇਸ਼ਾਨੀਆਂ ਦੇ ਨਾਲ ਅੱਛੇ ਸਲਾਹਕਾਰ ਨਾ ਹੋਣ ਨਾ ਤਾਂ ਬੰਦਾ ਪਰੇਸ਼ਾਨੀਆਂ 'ਚ ਡੁੱਬ ਜਾਂਦਾ, ਚਾਹੇ ਕਿੱਦਾਂ ਦਾ ਵੀ ਮਾਸਟਰ ਹੋਵੇ, ਠੀਕ ਹੈ, ਉੱਥੇ ਉਹਨੂੰ ਉਤਸ਼ਾਹਤ ਰੱਖ ਕੇ ਮੋਟੀਵੇਟ ਕਰਕੇ ਮਾੜਾ ਮੋਟਾ ਜਿੱਥੇ ਵੀ ਕੋਈ ਦਿੱਕਤ ਆਇਆ ਉਹਨੂੰ ਕਹਿਣਾ ਨਹੀਂ ਕੋਈ ਗੱਲ ਨਹੀਂ, ਫਿਕਰ ਨਹੀਂ ਕਰਨਾ, ਤਾਂ ਬਾਕੀ ਤਾਂ ਕੰਮ ਤਾਂ ਆਪਾਂ ਕਰਦੇ ਹੀ ਆ, ਕੋਈ ਦੂਸਰੇ ਕੰਮਾਂ 'ਚ ਕੋਈ ਦਿੱਕਤ ਨਹੀਂ ਆ, ਉਹ ਆਪਾਂ ਪਲੈਨ ਕਰ ਸਕਦੇ ਹਾਂ ਚਾਹੇ ਕੋਈ ਪਾਲਿਸੀ ਆ ਕੋਈ ਗੱਲ ਹੈ, ਲੇਕਿਨ ਜੇ ਬੰਦਾ ਰਾਈਜ਼ ਕਰੂਗਾ ਨਾ ਤੇ ਉਹਨੂੰ ਮੁਸ਼ਕਲਾਂ ਬਹੁਤ ਆਣਗੀਆਂ, ਠੀਕ ਹੈ, ਤਾਂ ਜੇ ਉਹ ਮੁਸ਼ਕਲਾਂ ਨੂੰ ਸਾਥ ਦੇਣ ਵਾਲੇ ਸਲਾਹ ਦੇਣ ਵਾਲੇ ਖਰੇ ਨਹੀਂ ਹੋਣਗੇ ਤਾਂ ਨੈਚੁਰਲੀ ਉਹ ਡਿੱਗ ਜਾਏਗਾ, ਕਿੱਡਾ ਵੀ ਇਨਸਾਨ ਦੀ ਫਿਤਰਤ ਹੈ, ਕਿਉਂਕਿ ਇਕੱਲਾ ਉਤਸ਼ਾਹ ਜ਼ਿਆਦਾ ਦੇਰ ਰੱਖ ਨਹੀਂ ਸਕਦਾ, ਤੇ ਆਪਾਂ ਰਲ ਕੇ ਕੀ ਕਰੀਦਾ ਜੋ ਦੇਖੀਦਾ ਵੀ ਤੁਸੀਂ ਕਿਹਾ ਵੀ ਮੁਸ਼ਕਲਾਂ ਆਉਂਦੀਆਂ ਉਦੋਂ ਫਿਰ ਦੇਖੀਦਾ ਵੀ ਥੋੜ੍ਹਾ ਜਿਹਾ ਡਿਸਕਰੇਜ ਹੋਣ ਜਦੋਂ ਬੰਦਾ ਆਉਂਦਾ ਨਾ ਉੱਥੇ ਪਹਿਲਾਂ ਤਾਂ ਮੋਟੀਵੇਟ ਕਰੀਦਾ, ਕੋਈ ਗੱਲ ਨਹੀਂ ਇਹਦਾ ਚੱਲਦਾ ਹੀ ਹੁੰਦਾ, ਇਹਦੇ ਵਿੱਚੋਂ ਹੀ ਤਰੱਕੀ ਨਿਕਲਣੀ ਆ, ਤੇ ਅੱਜ ਦੀ ਅਵਸਥਾ ਆ ਮੇਰੇ ਵੱਡੇ ਵੀਰ ਆ ਇਹਨਾਂ ਦੇ ਡੈਡੀ ਆ ਇਹਨਾਂ ਦਾ ਵੀ ਧੰਨਵਾਦ ਹੈ, ਇਸ ਸੋਸਾਇਟੀ ਦੀ ਮੁੰਡੀ ਨਹੀਂ ਬੰਨਿਆ ਆ ਜੀ, ਜਸਵਿੰਦਰ ਦੀ ਇਹ ਸਭ ਤੋਂ ਵੱਡੀ ਗੱਲ ਇਸ ਫੈਮਿਲੀ ਦੀ ਚੌਥੀ ਪੀੜ੍ਹੀ ਆ ਜਸਵਿੰਦਰ ਜੀ, ਅੱਛਾ ਜੀ, ਹਾਂਜੀ ਇਸੇ ਫੈਮਿਲੀ ਸੋਸਾਇਟੀ 'ਚ ਜੀ, ਠੀਕ ਹੈ, ਤੇ ਤੁਸੀਂ ਦੇਖੋ ਵੀ ਇਹ ਕੰਮ ਕਰਨ ਲਈ ਪਹਿਲੀ ਤਾਂ ਗੱਲ ਇਸ ਫੈਮਿਲੀ ਦਾ ਵੀ ਇਹਨਾਂ ਦੇ ਬਜ਼ੁਰਗਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਛੇ ਸੰਸਕਾਰ ਦੇ ਕੇ ਮਤਲਬ ਇਹਨਾਂ ਨੂੰ ਤਿਆਰ ਕੀਤਾ, ਤੇ ਅੱਜ ਇਸ ਪਿੰਡ ਨੂੰ ਪੰਜਾਬ ਕੀ ਹਿੰਦੁਸਤਾਨ ਤੋਂ ਤੁਸੀਂ ਕਹਿੰਦੇ ਫੋਰਨ 'ਚੋਂ ਵੀ ਮੈਂ ਤਾਂ ਕਹਿੰਦਾ ਕਿ ਬਹੁਤ ਕੋਪਰੇਟਿਵ ਸੋਸਾਇਟੀ ਦੇ ਤੌਰ 'ਤੇ ਆ, ਕਾਰਨ ਕੀ ਹੈ ਇਹਦੇ ਪਿੱਛੇ ਸੰਸਕਾਰ ਹੈ। ਹੁਣ ਜੇ ਮੈਂ ਇਹ ਗੱਲ ਵੈਸੇ ਹੀ ਤੁਹਾਨੂੰ ਦੱਸਾਂ ਵੀ ਇਹ ਸੋਸਾਇਟੀ ਇਸ ਫੈਮਿਲੀ ਦੀ ਬਤਾਉਂ
ਮੈਂ ਅੱਜ ਵੀ ਗੱਲ ਕਰਦਾ, ਸਾਰਿਆਂ ਦੇ ਵੱਸ ਦੇ ਰੋਗ ਨਹੀਂ ਹੁੰਦੇ। ਕਈ ਲੋਕ ਆਉਂਦੇ ਨੇ ਆਪਣੇ ਖਾਣ ਲਈ ਆਉਂਦੇ ਨੇ, ਕਈ ਲੋਕ ਅਦਾਰੇ ਲਈ ਇੱਜ਼ਤ, ਕਈ ਇੱਜ਼ਤ ਮਾਣ ਲਈ ਵੀ ਆਉਂਦੇ ਨੇ। ਇਸ ਸੈਟੀ ਨੇ ਜਿੰਨਾ ਮਾਣ ਇੱਜ਼ਤ ਵਧਾਇਆ ਉਹ ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੀ। ਤੇ ਅਸੀਂ ਇਹਨਾਂ ਨਾਲ ਕਿਉਂ ਜੁੜੇ ਆ? ਦੇਖੋ ਮੈਂ ਫਿਲਹਾਲ ਹੁਸ਼ਿਆਰਪੁਰ ਇਹਨਾਂ ਜੀ, ਠੀਕ ਹੈ ਨਾ, ਤੇ ਅਸੀਂ ਮੈਂ 20 ਸਾਲ ਤੋਂ ਜੁੜੇ ਆ ਇਹਨਾਂ ਦੇ ਨਾਲ। ਮੈਂ ਇਸ ਅਦਾਰੇ 'ਚ ਰਿਹਾ ਤੇ ਮੈਨੂੰ ਮਾਣ ਸੀਗਾ ਕਿ ਇਹ ਅਦਾਰਾ ਜਿੰਨੀ ਕੁ ਤਰੱਕੀ ਕਰਦਾ, ਕੋਆਪਰੇਟਿਵ ਤਰੱਕੀ ਕਰੇ ਸਾਰੇ। ਅਸੀਂ ਹੋਰ ਵੀ, ਮੈਂ ਬੜੀ ਕੋਸ਼ਿਸ਼ ਕਰਦਾ ਮੈਂ ਹੋਰ ਵੀ ਜਗ੍ਹਾ ਉੱਠੇ, ਨਹੀਂ ਉੱਠ ਪਾਉਂਦੇ ਤੇ, ਪਰ ਇਹ ਉੱਠਦੇ ਨੇ। ਇਹਨਾਂ ਦੀ ਇਮਾਨਦਾਰੀ, ਇਹਨਾਂ ਦੀ ਮਿਹਨਤ ਦਾ ਸਦਕਾ ਅਸੀਂ ਸਾਰੇ ਜੁੜੇ ਹੋਵਾਂ। ਅਗਰ ਬਾਕੀ ਸੈਟੀਆਂ ਵਾਂਗ ਹੁੰਦੇ ਉਹ ਸਾਦਾ ਅਸੀਂ ਵੀ ਨਾ ਹੁੰਦੇ ਨਾ। ਦੇਖੋ ਉਹਦਾ ਕਾਰਨ ਇਹਨਾਂ ਦੀ ਮਿਹਨਤ ਨੂੰ ਜਦੋਂ ਬੂਰ ਪੈਂਦਾ ਤੇ ਸਾਨੂੰ ਵੀ ਇੱਜ਼ਤ ਮਿਲਦੀ ਵੀ ਘੱਟੋ ਘੱਟ ਇਮਾਨਦਾਰ ਸੈਟੀ ਤੇ ਨਾਲ ਤਾਂ ਜੁੜੇ ਹੋ ਨਾ। ਜੇ ਅਸੀਂ ਕਿਤੇ ਆਮ ਸੈਟੀ ਦੇ ਹੁੰਦੇ, ਪਹਿਲੀ ਤਾਂ ਗੱਲ ਸਾਡਾ ਜਿਹੜਾ ਐਵੇਂ ਦਾਗੀ ਹੋਣਾ ਸੀ, ਠੀਕ ਹੈ। ਤੇ ਆਪਾਂ, ਮੈਂ ਬਾਈ ਬਰਥ ਇਸ ਮਹਿਕਮੇ 'ਚ, ਉਹਦਾ ਕਾਰਨ ਮੇਰੇ ਫਾਦਰ ਸਾਹਿਬ ਸੀਗੇ ਤੇ ਮੈਂ ਬਾਈ ਬਰਥ ਕਹਿ ਸਕਦਾ ਕੋਆਪਰੇਟਿਵ 'ਚ। ਤੁਸੀਂ ਇਸ ਮਹਿਕਮੇ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ, ਬਿਲਕੁਲ ਕਹਿ ਲਈਏ ਕਿ ਸੂਖਮ ਜਾਣਕਾਰੀ ਹੈ ਤੁਹਾਡੇ ਕੋਲ। ਕਹਿਣਾ ਮਤਲਬ ਅੱਖਾਂ ਖੁੱਲੀ ਨਹੀਂ ਚੱਲਦੇ, ਇਹ ਚੱਲ ਰਿਹਾ ਹੈ। ਜਿੱਥੇ ਨਹੀਂ ਚੱਲਦੇ ਉੱਥੇ ਕਮੀਆਂ ਕੀ ਲੱਗਦੀਆਂ ਨੇ? ਮੈਂ ਤੁਹਾਨੂੰ ਦੱਸ ਦਿੰਦਾ, ਜੇ ਵੱਡੀ ਅੱਜ ਤੱਕ ਮੈਂ ਜੋ ਦੇਖੀ ਆ, ਮੈਨੂੰ ਇੰਨਾ ਸ਼ੌਕ ਰਿਹਾ ਕਿ ਯਾਰ ਜੇ ਇਹ ਚੱਲ ਸਕਦੀ ਬਾਕੀ ਕਿਉਂ ਨਹੀਂ ਚੱਲ ਸਕਦੀ। ਲੋਕ ਮੋਟੀਵੇਟ ਹੋਣ, ਜ਼ਿਆਦਾਤਰ ਜੇ ਮੈਂ ਫਰੈਂਕਲੀ ਗੱਲ ਦੱਸਾਂ ਕਿ ਜਦੋਂ ਗੱਲ ਕਰੀ ਦੀ ਤਿਆਰ ਵੀ ਕਰ ਦੇਈਦੇ ਬੰਦੇ, ਉਹ ਯਾਰ ਕਿੱਥੇ ਪਰੇਸ਼ਾਨੀ 'ਚ ਪੈਣਾ। ਮੈਂ ਤਾਂ ਤੁਸੀਂ ਗੱਲ ਛੱਡੋ, ਅਸੀਂ ਮੁਫ਼ਤ ਦੀ ਤਨਖਾਹ ਲੈਂਦੇ ਹਾਂ, ਲੈ ਲੈਣ ਦਿਓ, ਠੀਕ ਹੈ ਨਾ। ਇਹ ਤੋਂ ਵਾਧੂ ਰਿਸਕ ਲੈਣਾ ਨਹੀਂ ਚਾਹੁੰਦੇ। ਉਹਦਾ ਕਾਰਨ ਹੈ ਵੀ ਸ਼ੁਰੂਆਤੀ ਜਿਹੜੀਆਂ ਮੁਸ਼ਕਲਾਂ ਉਹ ਝੱਲਣ ਦੇ ਕਾਬਲ ਨਹੀਂ ਬੰਦੇ। ਬਸ ਇਹ ਉਹ ਦੌਰ ਪਾਰ ਹੋ ਜਾਏ ਤੇ ਮਤਲਬ ਨਹੀਂ, ਇੱਦਾਂ ਦੀਆਂ ਸੈਟੀਆਂ ਹੋਰ ਵੀ ਇਹ ਤਿਆਰ ਕਰਨਗੇ, ਉਹਦੇ ਵਿੱਚ ਵੀ ਯੋਗਦਾਨ ਇਸ ਸੈਟੀ ਦਾ ਹੀ ਹੋਏਗਾ। ਦੇਖੋ ਇਕੱਲੇ ਬੰਦਾ ਕੁਛ ਵੀ, ਜੇ ਵਿਜ਼ਨ 'ਚ ਇਹ ਨਹੀਂ ਕੁਛ ਵੀ, ਉਹ ਕੀ ਕਰੇਗਾ? ਇਹ ਸੈਟੀ ਉਹਨਾਂ ਲਈ ਵਿਜ਼ਨਰੀ ਆ, ਇਹ ਦੱਸਦੀ ਆ ਵੀ ਮੈਂ ਰੋਲ ਮਾਡਲ ਹਾਂ, ਤੁਸੀਂ ਜੋ ਮੈਂ ਕੀਤਾ ਤੁਸੀਂ ਵੀ ਕਰ ਸਕਦੇ ਹੋ। ਤੇ ਜੇ ਉਹ ਨਹੀਂ ਕਰ ਸਕਦੇ ਤਾਂ ਸਾਨੂੰ, ਸਾਡੇ ਕੋਆਪਰੇਟਿਵ ਅਦਾਰੇ ਨੂੰ, ਸਾਡੇ ਆਮ ਪਬਲਿਕ ਨੂੰ, ਚਾਹੇ ਸਾਡੇ ਮੁਲਾਜ਼ਮ ਆ, ਰਲ ਮਿਲ ਕੇ ਸੋਚਣਾ ਚਾਹੀਦਾ ਕਿ ਅਸੀਂ ਕਿੱਥੇ ਮਾਰ ਖਾ ਰਹੇ ਹਾਂ, ਕੀ ਗੱਲ ਸਾਨੂੰ ਨਹੀਂ ਚੰਗਾ ਲੱਗਦਾ ਸਾਡੀ ਇੱਜ਼ਤ ਹੋਵੇ। ਐਡਾ ਵੱਡਾ ਪੰਜਾਬ ਹੈ, ਚਲੋ ਹੁਸ਼ਿਆਰਪੁਰ ਜ਼ਿਲ੍ਹਾ ਹੀ, ਇੱਥੇ ਕਈ ਕੁਛ ਹੀ ਤਿਆਰ ਹੋ ਸਕਦਾ। ਇਹ ਨਹੀਂ ਹੋਣ ਦਾ ਕਾਰਨ ਹੈ ਕਿ ਜੇ ਕੋਆਪਰੇਟਿਵ ਦੇ ਨਾਲ ਜੁੜਿਆ ਬੰਦਾ, ਚਾਹੇ ਉਹ ਅਦਾਰੇ ਦਾ ਹੋਵੇ, ਚਾਹੇ ਉਹ ਪਬਲਿਕ ਹੋਵੇ, ਚਾਹੇ ਉਹ ਮੁਲਾਜ਼ਮ ਹੋਵੇ, ਜਾਂ ਕੋਈ ਵੀ ਬੰਦਾ, ਅਗਰ ਉਹਦੇ ਮਨ 'ਚ ਹੈ ਹੀ ਨਹੀਂ ਆ, ਇਟ ਮੀਨਸ ਉਹਨਾਂ ਨੂੰ ਲੋੜ ਹੈ ਸਾਨੂੰ, ਕਿਉਂਕਿ ਕੋਆਪਰੇਟਿਵ ਨੀਡ ਬੇਸਡ ਜ਼ਰੂਰਤ ਕਰਕੇ ਤਿਆਰ ਹੋਈ ਸੀ ਵੀ ਜੋ ਲੋਕਾਂ ਦੀ ਜ਼ਰੂਰਤ ਹੈ ਉਹਦੇ ਨਾਲ ਉਹਨੇ ਆਪਣੇ ਆਪ ਨੂੰ ਤਿਆਰ ਕੀਤਾ, ਤਾਂ ਹੀ ਇਹ ਕਾਮਯਾਬ ਹੈ। ਇਹਦੇ ਨਾਲ ਦੀ ਵਧੀਆ ਕੋਈ ਮੂਵਮੈਂਟ ਹੈ ਹੀ ਨਹੀਂ। ਅਗਰ ਪਬਲਿਕ ਦੇ ਵਿੱਚ ਤਰੱਕੀ ਕਰਨੀ ਆ ਤੇ ਕੋਆਪਰੇਟਿਵ ਮੂਵਮੈਂਟ ਹੈ। ਤੇ ਜੇ ਕੋਆਪਰੇਟਿਵ ਮੂਵਮੈਂਟ ਦਾ ਇੱਕ ਰਿਸਰਚ ਆਈ ਸੀਗੀ, ਸਰਵੇ ਹੋਇਆ ਸੀ ਵੀ ਜੇ ਹਿੰਦੁਸਤਾਨ ਦੀ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਕੋਆਪਰੇਟਿਵ ਨੂੰ ਸਟਰੈਂਥਨ ਕਰ ਦਿਓ। ਤੇ ਹੁਣ ਤੁਸੀਂ ਸਮਝ ਸਕਦੇ ਆ ਵੀ ਕਰਨਾ ਤਾਂ ਚਾਹੀਦਾ, ਸਰਵੇ ਵੀ ਆ, ਵੀ ਜੇ ਕੀਤਾ ਨਹੀਂ ਜਾ ਰਿਹਾ। ਵੈਸੇ ਸੈਂਟਰਲ ਗਵਰਨਮੈਂਟ ਦੇ ਹੁਣ ਕਈ ਇੰਸੈਂਟਿਵ ਹੈਗੇ ਆ, ਜੇ ਉਹਨੂੰ ਇੰਪਲੀਮੈਂਟ ਕਰ ਲਿਆ ਜਾਏ ਤੇ ਨਹਾਰ ਬੜੀ ਜਲਦੀ ਬਦਲ ਸਕਦੀ ਆ। ਤੇ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਹ ਸਾਰੇ ਪਬਲਿਕ ਦਾ ਅਦਾਰਾ ਆ, ਤੇ ਪਬਲਿਕ ਇਕੱਲਾ ਇੱਕ ਚਾਰ ਪਿੰਡ ਹੀ ਨਹੀਂ ਆ, ਇਹ ਤਾਂ ਰੋਲ ਮਾਡਲ ਹੈ। ਹੁਣ ਇਹਨਾਂ ਤੋਂ ਇਹੀ ਸਿੱਖ ਲਓ, ਜੇ ਨਹੀਂ ਕੋਈ ਕਰ ਸਕਦਾ, ਜੇ ਕਰਨਾ ਚਾਹੀਦਾ, ਅਸੀਂ ਸਾਰੇ ਸਾਥ ਦੇਣ ਨੂੰ ਤਿਆਰ ਹਾਂ ਸਾਰਿਆਂ ਨੂੰ ਜੀ। ਇਹ ਨਹੀਂ ਆ ਚਾਹੇ ਹੁਸ਼ਿਆਰਪੁਰ 'ਚ ਜਾਂ ਕੋਈ ਕਿਤੇ ਵੀ ਆ, ਜਿੰਨਾ ਮੈਕਸੀਮਮ ਸਾਡਾ ਯੋਗਦਾਨ ਅਸੀਂ ਚਾਹੁੰਦੇ ਹਾਂ, ਖੁਸ਼ੀ ਹੋਏਗੀ ਸਾਨੂੰ ਵੀ ਜਿਸ ਅਦਾਰੇ 'ਚ ਮੈਂ ਵੀ 40 ਸਾਲ ਸਰਵਿਸ ਕੀਤੀ ਆ। ਤੇ ਬਾਈ ਬਰਥ ਮੈਂ ਤਾਂ ਦੱਸਿਆ ਕਿ ਮੇਰੇ ਫਾਦਰ ਸਾਹਿਬ ਸੀਗੇ, ਮੈਂ ਅੱਖਾਂ ਹੀ ਖੋਲੀਆਂ ਇਸ ਅਦਾਰੇ 'ਚ, ਤੇ ਮੈਨੂੰ ਇੱਕ ਇੱਕ ਗੱਲ ਦਾ ਪਤਾ ਕਿ ਮੈਨੂੰ ਇੰਨੀ ਖੁਸ਼ੀ ਹੁੰਦੀ ਆ। ਅਗਰ ਇਹ ਅਦਾਰਾ ਸਾਡੇ ਮਰਨੇ ਤੋਂ ਬਾਅਦ ਵੀ ਦੁਗਣਾ ਤੇ ਤਰੱਕੀ ਕਰੇ ਤਾਂ ਸ਼ਾਇਦ ਅਸੀਂ ਕਬਰਾਂ 'ਚ ਵੀ ਇਹ ਕਹਿ ਸਕਦੇ ਹਾਂ ਵੀ ਖੁਸ਼ੀ ਆ ਸਾਨੂੰ, ਅਸੀਂ ਦਿਲੋਂ ਜੁੜੇ ਹਾਂ, ਕੋਆਪਰੇਟਰ ਹਾਂ। ਮੈਂ ਕਹਿਣ ਦਾ ਮਤਲਬ ਵੀ ਇਹ ਕੋਆਪਰੇਟਰ ਗੱਲ ਕਰਦੇ ਹਾਂ, ਸਾਡਾ ਕੋਈ ਨਹੀਂ ਆ ਵੀ ਇਸ ਅਦਾਰੇ ਦੀ ਉਹ ਭਾਵਨਾ ਜੀ, ਅਸੀਂ ਕਹਿ ਦਈਏ ਖਰੇ ਸਾਨੂੰ ਇੱਜ਼ਤ ਮਾਣ ਲਈ, ਇੱਜ਼ਤ ਮਾਣ ਤਾਂ ਸਾਡਾ ਮਾਲਕ ਨੇ ਵੈਸੇ ਹੀ, ਅਸੀਂ ਥੋੜੀ ਸਰਵਿਸ ਕੀਤੀ ਬਚਪਨ ਤੋਂ ਲੈ ਕੇ ਅੱਜ ਤੱਕ ਸਾਰਾ ਕੁਛ ਹੈ, 6 ਸਾਲ ਰਿਟਾਇਰ ਹੋਏ ਨੂੰ ਹੋ ਗਏ ਨੇ, ਫਿਰ ਵੀ ਜੁੜੇ ਹੋ ਆ। ਤੇ ਕਾਰਨ ਕੀ ਆ, ਇਹ ਦਿਲ 'ਚ ਇੱਕ ਦੁਆ ਆ ਕਿ ਇਹ ਜੋ ਅਦਾਰਾ ਲੋਕਾਂ ਦੀ ਤਰੱਕੀ ਕਰ ਸਕਦਾ ਤੇ ਇਹ ਜਿੰਦਾ ਜਾਗਦਾ ਰਹੇ, ਤੇ ਲੋਕ ਸਾਰਿਆਂ ਨੂੰ, ਪਬਲਿਕ ਨੂੰ ਪਰਮਾਤਮਾ ਸਮਰੱਥ ਦੇ ਕੇ ਅਦਾਰੇ ਦੀ ਜੋ
ਸੋਚ ਕੇ ਤਰੱਕੀ ਲਈ ਬਣਾਇਆ ਗਿਆ ਅਦਾਰਾ ਉਹ ਪ੍ਰਫੁੱਲਤ। ਜਿੱਥੇ ਸੁਸਾਇਟੀ ਦੇ ਵੱਖ ਵੱਖ ਪਤਵੰਤਿਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਇੱਥੇ ਸਾਡੇ ਨਾਲ ਹੋਰ ਪਤਵੰਤੇ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਲਾਹਕਾਰ ਦੇ ਤੌਰ ਦੇ ਉੱਪਰ ਜਿਵੇਂ ਵਿਚਰਦੇ ਨੇ, ਸਲਾਹਾਂ ਦੇ ਵਿੱਚੋਂ ਚੰਗੀ ਸਲਾਹ ਲੈਣ ਦੀ ਗੱਲ ਜਿਵੇਂ ਪਿੱਛੇ ਕਹੀ ਗਈ ਹੈ, ਇਹ ਸਾਰੀ ਚੀਜ਼ ਨੂੰ ਜਦੋਂ ਤੁਹਾਡੇ ਕੋਲ ਤੁਹਾਡੇ ਚੀਜ਼ ਇਹ ਪਹੁੰਚਦੀ ਹੈ, ਉਸ ਵਕਤ ਸਥਿਤੀਆਂ ਕੀ ਸੀ ਅਤੇ ਅੱਜ ਦੇ ਸਮੇਂ ਦੇ ਵਿੱਚ ਇਸ ਸਾਰੀ ਸੁਸਾਇਟੀ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਗੁਜ਼ਾਰੀਆਂ ਦੇ ਵਿੱਚ ਕਿੰਨਾ ਕੁ ਬਦਲਾਅ ਹੈ, ਉਹ ਭਾਵੇਂ ਸਲਾਹਾਂ ਹੋਣ ਜਾਂ ਫਿਰ ਜ਼ਮੀਨੀ ਧਰਾਤਲ ਦੇ ਉੱਪਰ ਕੀਤੀਆਂ ਜਾਂਦੀਆਂ ਕਾਰਵਾਈਆਂ? ਮੈਂ ਸਭ ਤੋਂ ਪਹਿਲਾਂ ਹਮਦਰਦ ਦਾ ਸਵਾਗਤ ਕਰਦਾ, ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਇਸ ਚੀਜ਼ ਨੂੰ ਚੈਨਲ 'ਤੇ ਲਿਆ ਕੇ ਸਾਡੇ ਵੀ ਮਤਲਬ ਹੌਸਲਾ ਵਧਾਈ ਕੀਤੀ ਹੈ। ਔਰ ਮੈਂ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਭ ਨੇ ਇਹਨਾਂ ਨੇ ਕਿਹਾ ਕਿ ਮੈਂ ਇਸ ਕੋਆਪਰੇਟਿਵ ਮਹਿਕਮੇ ਦੇ ਉਹਦੇ 'ਚ ਆਏ, ਮੇਰੇ ਫਾਦਰ ਨੇ ਇਸ ਡਿਪਾਰਟਮੈਂਟ ਆਪਣੇ ਹੱਥੋਂ ਬਣਾਇਆ ਹੋਇਆ ਕੋਆਪਰੇਟਿਵ ਜੀ। 70 'ਚ ਰਿਟਾਇਰ ਹੋ ਗਏ ਸੀਗੇ ਜਦ ਉਹ, ਅਤੇ ਇਸੇ ਏਰੀਏ 'ਚ ਉਹਨਾਂ ਨੇ ਜੋਬ ਕੀਤੀ ਹੈ। ਅਤੇ ਕੋਆਪਰੇਟਿਵ ਦੇ ਬਾਰੇ 'ਚ ਅਸੀਂ ਬਚਪਨ ਤੋਂ ਇਹ ਚੀਜ਼ਾਂ ਸੁਣਦੇ ਆ ਰਹੇ ਸੀ। ਨੋ ਡਾਊਟ ਮੈਂ ਇਸ ਮਹਿਕਮੇ 'ਚ ਨਹੀਂ ਆਇਆ, ਮੈਂ ਇੱਕ ਇੰਸ਼ੋਰੈਂਸ ਦੇ ਮਹਿਕਮੇ 'ਚ ਆਇਆ ਸੀਗਾ। ਔਰ ਜਦ ਮੈਂ ਇੱਥੇ ਆਇਆ ਇਸ ਸੁਸਾਇਟੀ ਦੇ ਵਿੱਚ ਐਜ਼ ਏ ਇਸ ਸੁਸਾਇਟੀ ਨੂੰ ਇੰਸ਼ੋਰੈਂਸ ਕਰਨ ਵਾਸਤੇ ਆਇਆ ਸੀਗਾ, ਔਰ ਇਹਨਾਂ ਦਾ ਕਾਰੋਬਾਰ ਦੇਖ ਕੇ ਮੈਂ ਇੰਨਾ ਪ੍ਰਭਾਵਿਤ ਹੋਇਆ ਔਰ ਇਹਨਾਂ ਦਾ ਸਿਸਟਮ ਦੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਇਹਨਾਂ ਨੂੰ ਕੀ ਸਲਾਹ ਦੇਣੀ, ਮੈਂ ਖੁਦ ਆਪਣੇ ਆਪ ਇਹਨਾਂ ਤੋਂ ਸਿੱਖਣ ਲਈ ਆਉਂਦਾ ਸੀਗਾ। ਮੈਂ ਇਹ ਸਿੱਖਣਾ ਚਾਹੁੰਦਾ ਸੀ ਇਹਨਾਂ ਤੋਂ ਕਿ ਇਹ ਕਿਸ ਤਰ੍ਹਾਂ ਕੰਮ ਕਰ ਰਿਹਾ ਜੀ। ਇੱਕ ਮੇਰੇ 'ਚ ਵੀ ਥੋੜ੍ਹੀ ਇਨੋਵੇਟਿਵ ਥੋੜ੍ਹੀ ਭਾਵਨਾ ਉਸ ਤੋਂ ਇਹਨਾਂ ਤੋਂ ਪ੍ਰਫੁੱਲਿਤ ਹੋਈ ਹੈ ਕਿ ਯਾਰ ਇਹ ਇਸ ਤਰ੍ਹਾਂ ਕਰ ਰਹੇ, ਅਤੇ ਜੇ ਇਹਦੇ ਵਿੱਚ ਇਹ ਚੀਜ਼ ਐਡ ਕਰਤੀ ਜਾਏ ਅਤੇ ਇਹਨਾਂ ਨਾਲ ਸਲਾਹ ਕੀਤੀ ਜਾਏ ਤੇ ਸ਼ਾਇਦ ਬੈਟਰ ਹੈ ਕਿ ਇਹਨਾਂ ਨੂੰ ਹੋ ਜਾਏ। ਫਿਰ ਇਹ ਵੀ ਕਈ ਵਾਰੀ ਅਸੀਂ ਡਿਸਕਸ ਕਰੀਦਾ ਜਸਵਿੰਦਰ ਜੀ ਨਾਲ, ਜਸਵਿੰਦਰ ਜੀ ਕਹਿੰਦੇ ਇੱਦਾਂ ਨਹੀਂ, ਆਹ ਕੀਤਾ ਅਸੀਂ ਜਿੱਦਾਂ ਪਾਣੀ ਬਚਾਉਣ ਦੀ ਕੀਤੀ ਹੈ, ਉਹਦੇ 'ਚ ਦੱਸਿਆ ਸੀ ਇਹਦੇ ਵਿੱਚ ਅਸੀਂ ਲੇਬਰ ਕੋਸਟ ਘਟਵਾਉਣੀ ਹੈ, ਇਸ ਦੇ ਵਿੱਚ ਅਸੀਂ ਫਿਊਲ ਘਟਾਉਣਾ ਹੈ ਤਾਂ ਜੇ ਉਹ ਜਲਦੀ ਕੰਮ ਹੋਵੇ ਔਰ ਉਹਦੇ 'ਚ ਘੱਟ ਫਿਊਲ ਲੱਗੇ, ਜਿਹੜੇ ਇੱਕ ਟਰੈਕਟਰ ਦੇ ਇੱਕ ਗੇੜੇ 'ਚ ਸਾਰੇ ਕੰਮ ਹੋ ਜਾਣ, ਜੇ ਬਜਾਏ ਅਸੀਂ ਬਾਅਦ 'ਚ ਸਪਰੇਅ ਕਰਨੀ ਹੈ ਜਾਂ ਫਿਰ ਕਰਨੀ ਹੈ, ਉਹ ਕਿਉਂ ਨਾ ਅਸੀਂ ਉਹਦੇ ਨਾਲ ਕੀਤੀ ਜਾਏ। ਜਿਸ ਤਰ੍ਹਾਂ ਪਾਣੀ ਦੀ ਵੱਟਾਂ 'ਤੇ ਇਹਨਾਂ ਦਾ ਹੁਣ ਝੋਨੇ ਦਾ ਕੰਮ ਕੀਤਾ, ਇਹਨਾਂ ਨੇ ਬਹੁਤ ਅੱਛਾ ਸੀਗਾ। ਅਸੀਂ ਕੱਲ੍ਹ ਦਿੱਲੀ ਗਏ ਸੀ ਇਹਨਾਂ ਦੇ ਨਾਲ, ਅਤੇ ਉੱਥੇ ਵੀ ਰਸਤੇ 'ਚ ਸਾਡੀ ਟੌਪਿਕ ਤਕਰੀਬਨ ਇਹੀ ਰਿਹਾ ਕਿ ਫਰਦਰ ਅਸੀਂ ਕਿਆ ਇਹਨੂੰ ਹੋਰ ਇਨੋਵੇਟ ਕਰ ਸਕਦੇ ਹਾਂ। ਅਤੇ ਸਲਾਹ ਜਿਹੜੀ ਹੈ ਉਹ ਕੋਈ ਵੀ ਦਾਰਾ ਜੇ ਕਹੇ ਕਿ ਮੈਨੂੰ ਹੀ ਸਭ ਕੁਛ ਆਉਂਦਾ, ਉਹ ਨਹੀਂ ਚੱਲ ਸਕਦਾ, ਉਹ ਇੱਕ ਪਰਿਵਾਰ ਵੀ ਨਹੀਂ ਚੱਲ ਸਕਦਾ। ਬੰਦਾ ਕਾਰੋਬਾਰ ਕਰਦਾ ਕਈ ਵਾਰੀ ਆਫਿਸ ਦੇ ਵਿੱਚ ਫਰਸਟ੍ਰੇਟਡ ਹੋ ਜਾਂਦਾ, ਉਹ ਪਰੇਸ਼ਾਨ ਹੋ ਜਾਂਦਾ, ਘਰ ਜਾ ਕੇ ਅਗਰ ਜੇ ਉਹਦੀ ਔਰਤ ਉਹਨੂੰ ਸਹੀ ਪੁੱਛਦੀ ਹੈ ਭਾਈ ਕੀ ਹੈ, ਉਹਨੂੰ ਪਾਣੀ ਪਿਲਾਉਂਦੀ ਹੈ, ਸਭ ਕੁਛ ਕਰਦੀ ਹੈ, ਉਹਨੂੰ ਦੇਖਦੀ ਹੈ, ਉਸ ਤੋਂ ਬਾਅਦ ਪੁੱਛਦੀ ਕੀ ਗੱਲ ਤੁਸੀਂ ਅੱਜ ਪਰੇਸ਼ਾਨ ਹੋ, ਔਰ ਬੰਦਾ ਦੱਸਦਾ, ਜੇ ਨਹੀਂ ਦੱਸਦਾ ਉਹਨੂੰ ਗੁੱਸੇ ਹੋ ਜਾਂਦਾ, ਖਿੱਚ ਜਾਂਦਾ, ਫਿਰ ਵਿਚਾਰੀ ਚੁੱਪ ਹੋ ਜਾਏਗੀ, ਥੋੜ੍ਹੀ ਦੇਰ ਬਾਅਦ ਫਿਰ ਪੁੱਛੇਗੀ ਕੀ ਗੱਲ, ਕੋਈ ਦੱਸੋ ਤੁਸੀਂ। ਉਹ ਬੰਦਾ ਕਿਤੇ ਗੱਲ ਕਰਦਾ ਔਰ ਔਰਤ ਇਤਨੀ ਅੱਛੀ ਸਲਾਹ ਦੇ ਦਿੰਦੀ ਹੈ ਕਿ ਜਿਹੜੇ ਬੰਦੇ ਦੇ ਦਿਮਾਗ 'ਚ ਨਹੀਂ ਆਈ ਹੁੰਦੀ, ਅਸੀਂ ਉਹਨੂੰ ਇਹ ਨਹੀਂ ਸਮਝਦੇ ਕਿ ਉਹ ਡਿਪਾਰਟਮੈਂਟ 'ਚ ਨਹੀਂ ਹੈ, ਉਹਨੂੰ ਕੀ ਪਤਾ, ਲੇਕਿਨ ਉਹ ਇੰਨੀ ਅੱਛੀ ਸਲਾਹ ਹੁੰਦੀ ਹੈ। ਇਹ ਜਿਹੜੀ ਇਹਨਾਂ ਦੀ ਇਨੋਵੇਸ਼ਨ ਹੈ ਕਿ ਨਹੀਂ ਅਸੀਂ ਸਲਾਹ ਗਏ ਜਦੋਂ ਇਹਨਾਂ ਨੇ ਪੁੱਛਿਆ ਵੀ ਦੂਜੇ ਤੋਂ ਸਲਾਹ ਲੈਣੀ ਜਾਂ ਕੁਛ ਆਉਣਾ, ਇਟਸ ਅ ਵੈਰੀ ਗੁੱਡ ਆਈਡੀਆ, ਬਹੁਤ ਅੱਛਾ ਆਈਡੀਆ। ਮੈਂ ਤਾਂ ਇਹੀ ਕਹੂੰਗਾ ਕਿ ਜਿਹੜੀ ਇਸ ਸੋਚ ਹੈ ਬੰਦੇ ਦੀ, ਇਹ ਇੱਕ ਬੰਦੇ ਨੂੰ ਉੱਪਰ ਲੈ ਕੇ ਜਾਂਦੀ ਹੈ। ਸੋ ਬੈਕ ਟੂ ਜਸਵਿੰਦਰ ਜੀ, ਤੁਹਾਡੇ ਤੇ ਆਉਂਦੇ ਹਾਂ, ਜਿਵੇਂ ਅਸੀਂ ਵੱਖ ਵੱਖ ਪਤਵੰਤਿਆਂ ਦੇ ਨਾਲ ਗੱਲਬਾਤ ਕੀਤੀ, ਸਾਰਿਆਂ ਤੋਂ ਇਹੀ ਚੀਜ਼ ਪਤਾ ਲੱਗੀ ਹੈ ਕਿ ਬਹੁਤ ਚੰਗੇ ਤਰੀਕੇ ਸਲੀਕਿਆਂ ਦੇ ਨਾਲ ਸੁਸਾਇਟੀ ਦੇ ਵੱਲੋਂ ਵਿਚਰਿਆ ਵੀ ਜਾਂਦਾ, ਜ਼ਮੀਨੀ ਧਰਾਤਲ ਦੇ ਉੱਪਰ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਨੇ। ਜਾਂਦੇ ਜਾਂਦੇ ਉਹਨਾਂ ਦੋਸਤਾਂ ਨੂੰ, ਉਹਨਾਂ ਤਮਾਮ ਦਰਸ਼ਕਾਂ ਨੂੰ ਕੀ ਸੁਨੇਹਾ ਤੁਹਾਡਾ ਹੈ, ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜਿਹੜੀਆਂ ਸੁਸਾਇਟੀਆਂ ਚਲਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਤੰਤਰ ਉਸ ਤਰੀਕੇ ਦਾ ਨਹੀਂ ਮਿਲ ਪਾਉਂਦਾ, ਕੀ ਤੰਤਰ ਆਪਣੇ ਤੌਰ ਦੇ ਉੱਪਰ ਤਿਆਰ ਕਰਨ, ਕੀ ਤੁਹਾਡੀ ਸਲਾਹ ਹੈ ਜਿਸ ਦੇ ਨਾਲ ਉਹ ਮੁੜ ਪ੍ਰਫੁੱਲਤ ਹੋ ਸਕਣ, ਮੁੜ ਸੁਰਜੀਤ ਹੋਣ ਦੀਆਂ ਕਾਰਵਾਈਆਂ ਜਾਂ ਫਿਰ ਦੌਰਾਂ ਦੇ ਵਿੱਚ ਉਹ ਸੁਸਾਇਟੀਆਂ ਜਿਹੜੀਆਂ ਨੇ ਦੁਬਾਰਾ ਚੱਲ ਸਕਣ? ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਬੇਨਤੀ ਕਰਦਾ, ਜਿਹੜੇ ਵੀ ਦਰਸ਼ਕ ਦੇਖ ਰਹੇ ਆ, ਹਮਦਰਦ ਟੀਵੀ ਦਾ ਇੱਕ ਯੋਗਦਾਨ ਰਹੂੰਗਾ ਇਹਦੇ ਵਿੱਚ, ਮੈਂ ਕਹੂੰਗਾ ਕੋਆਪਰੇਟ ਦੇ ਵਿੱਚ, ਕਿ ਜੇਕਰ ਜਿਹੜੇ ਵੀ ਦਰਸ਼ਕ ਦੇਖਦੇ ਆ, ਮੈਂ ਉਹਨਾਂ ਨੂੰ ਸੱਦਾ ਦੇ ਰਿਹਾ ਆਪਣੇ ਤੌਰ ਤੇ, ਆਪਣੀ ਕਮੇਟੀ ਦੇ ਤੌਰ ਤੇ, ਆਪਣੇ ਮੈਂਬਰਾਂ ਦੇ ਤੌਰ ਤੇ, ਇਸ ਸੁਸਾਇਟੀ ਦਾ ਵਿਜ਼ਿਟ ਜ਼ਰੂਰ ਕਰਨ, ਕਿਉਂਕਿ ਜਿਹੜੀ ਵਿਜ਼ਨ ਬਣਦੀ ਆ ਉਹ ਦੇਖ ਕੇ ਬਣਦੇ ਆ।
ਜਿਹੜੇ ਹੌਸਲੇ ਬਣਦੇ ਆ ਉਹ ਵੀ ਦੇਖ ਕੇ ਬਣਦੇ। ਜਦੋਂ ਆਪਾਂ ਕੋਈ ਚੀਜ਼ ਇੱਦਾਂ ਦੀ ਦੇਖ ਲੈਂਦੀ ਆ ਵੀ ਇਹ ਚੀਜ਼ ਇਹ ਵੀ ਤਿਆਰ ਕਰ ਸਕਦਾ, ਮੈਂ ਵੀ ਕਰ ਸਕਦਾ, ਹੋ ਸਕਦਾ ਕਿ ਉਹਦੇ ਮਨ ਦੇ ਅੰਦਰ ਤਿਆਰ ਕਰਨ ਦੀ ਇੱਛਾ ਹੋਵੇ ਪਰ ਹੌਸਲਾ ਨਾ ਹੋਵੇ, ਤੇ ਮੈਂ ਇੱਕ ਵਾਰੀ ਉਹਨਾਂ ਨੂੰ ਤੁਹਾਡੇ ਚੈਨਲ ਥਰੂ ਉਹਨਾਂ ਨੂੰ ਇਨਵਾਈਟ ਕਰੂੰਗਾ ਕਿ ਇੱਕ ਵਾਰੀ ਉਹ ਸੁਸਾਇਟੀ 'ਚ ਜ਼ਰੂਰ ਆਉਣ, ਇਹ ਪਿੰਡ ਦੇ ਲੋਕਾਂ ਨੂੰ ਮਿਲਣ, ਇਹ ਮੈਂਬਰਾਂ ਨੂੰ ਮਿਲਣ, ਤੇ ਇਹ ਜੋ ਵੀ ਕਰਦੇ ਆ ਉਹਨਾਂ ਦੀ ਕੀ ਸਲਾਹ ਰਹਿੰਦੀ ਆ, ਕਿਉਂਕਿ ਤੁਹਾਡੇ ਨਾਲ ਹਰ ਇੱਕ ਨੇ ਇਹੀ ਗੱਲ ਕੀਤੀ ਆ, ਬਿਨਾਂ ਸਲਾਹ ਇਹ ਸੁਸਾਇਟੀ ਨਹੀਂ ਚੱਲ ਰਹੀ। ਇੱਕ ਬੰਦਾ ਨਹੀਂ ਚਲਾ ਰਿਹਾ, ਮੈਂ ਨਹੀਂ ਚਲਾ ਰਿਹਾ, ਇਹ ਨਹੀਂ ਚਲਾ ਰਹੇ, ਉਹ ਨਹੀਂ ਚਲਾ ਰਹੇ, ਗੱਲ ਇੱਥੇ ਮੁੱਕਦੀ ਕੀਤੀ ਆ ਕਿ ਸਾਰਿਆਂ ਦੀ ਸਲਾਹ ਨਾਲ ਚੱਲਦੀ ਆ। ਤੇ ਮੈਂ ਇਸ ਕਰਕੇ ਤਾਂ ਹੀ ਸੱਦਾ ਦੇ ਰਿਹਾ ਕਿ ਇੱਕ ਬੰਦੇ ਦੇ ਨਾਲ ਇਹ ਸੁਸਾਇਟੀ ਨਹੀਂ ਚੱਲ ਰਹੀ, ਨਾ ਮੇਰੇ ਕਰਕੇ ਚੱਲਦੀ ਨਾ ਕਿਸੇ ਕਰਕੇ। ਹਾਂ ਵੀ ਇਹਨੂੰ ਜਿਹੜੇ ਚਲਾਉਣ ਵਾਲੇ ਆ, ਜਿਹੜੇ ਵੀ ਇਹਦੇ ਸਲਾਹਕਾਰ ਆ ਜਾਂ ਸਰਪ੍ਰਸਤ ਆ, ਉਹ ਬੜੇ ਹੀ ਮੋਟੀਵੇਟਡ ਤਰੀਕੇ ਨਾਲ ਕੰਮ ਕਰਦੇ ਆ, ਬੜੇ ਐਕਸਪੀਰੀਅੰਸ ਹੋਲਡਰ ਆ। ਜੇਕਰ ਮੈਂ ਪੰਨੂ ਸਾਹਿਬ ਦੀ ਗੱਲ ਕਰ ਦਿੰਦਾ ਤੇ ਪੰਜਾਬ ਦੇ ਵਿੱਚ ਬੜੇ ਵੱਡੇ ਅਹੁਦਿਆਂ ਦੇ ਰਹੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਮੈਂ ਕਿੱਦਾਂ ਡੀਲਿੰਗ ਕਰਨੀ ਤੇ ਕਿੱਦਾਂ ਲੋਕਾਂ ਨੂੰ ਸਮਝਾਉਣਾ। ਤੇ ਉਹ ਛੋਟੇ ਜਿਹੇ, ਉਹਨਾਂ ਲਈ ਤਾਂ ਛੋਟਾ ਜਿਹਾ ਅਦਾਰਾ ਆ, ਉਹਨਾਂ ਨੂੰ ਇੰਡੀ ਵੱਡੀ ਪ੍ਰੋਬਲਮ ਨਹੀਂ ਆਉਂਦੀ। ਜੇਕਰ ਕਿਤੇ ਮਨ ਮਿਲਾਪ ਹੋ ਵੀ ਜਾਵੇ ਤਾਂ ਉਹ ਮੈਨੂੰ ਲੱਗਦਾ ਇੱਕ ਵਾਰੀ ਵੀ ਗੱਲ ਕਰ ਦੇਣ ਤਾਂ ਲੋਕੀ ਉਹਨਾਂ ਦੀ ਸਮਝ ਕਰ ਜਾਂਦੇ ਆ। ਮੈਂ ਸਰਕਾਰ ਦੇ ਥਰੂ ਇੱਕ ਤੁਹਾਡੇ ਚੈਨਲ ਨੂੰ ਬੇਨਤੀ ਕਰੂੰਗਾ, ਬੜੇ ਵੱਡੇ ਵੱਡੇ IAS ਹੈਗੇ ਆ, ਉਹਨਾਂ ਦੀ ਥਿੰਕਿੰਗ ਬੜੀ ਵਧੀਆ ਆ। ਕਿੰਨੇ IAS ਆ, ਇੱਕ IAS ਵੀ ਦੋ ਜਾਂ ਤਿੰਨ ਸੁਸਾਇਟੀਆਂ ਅਡੋਪਟ ਕਰ ਲਵੇ, ਇੱਕ PCS ਦੋ ਤੋਂ ਤਿੰਨ ਸੁਸਾਇਟੀਆਂ ਅਡੋਪਟ ਕਰ ਲਵੇ, ਤੇ ਜਿਹੜੇ ਵੀ ਚੰਗੇ ਅਹੁਦੇਦਾਰ ਜਾਂ ਚੰਗੇ ਜਿਹਨਾਂ ਦੀ ਕਰੈਕਟਰ ਇੰਨਾ ਡਿਵੈਲਪ ਹੋ ਚੁੱਕਾ ਆ, ਮੈਨੇਜਰ ਸਾਹਿਬ ਸੀਗੇ ਜਿਹਨਾਂ ਦਾ ਵੀ ਕਰੈਕਟਰ ਡਿਵੈਲਪ ਹੋ ਚੁੱਕਾ, ਉਹ ਇੱਕ ਦੋ ਸੁਸਾਇਟੀਆਂ ਅਡੋਪਟ ਕਰ ਲਵੇ, ਸੁਸਾਇਟੀਆਂ ਨੂੰ ਅਡੋਪਟ ਕਰਨ ਤੋਂ ਬਾਅਦ ਇੱਕ ਵਾਰੀ ਹੱਥ ਫੜ ਕੇ ਚਲਾ ਦੇਣ, ਚਲਾ ਆਪੀ ਪਿੰਡ ਵਾਲਿਆਂ ਨੇ ਲੈਣੀਆਂ, ਸਿਰਫ ਉਹਨਾਂ ਦੀ ਮਨ ਦੀ ਜਿਹੜੀ ਡਰ ਆ ਉਹ ਕੱਢ ਦੇਣ। ਤੇ ਮੈਂ ਇਸੇ ਕਰਕੇ ਗੱਲ ਕਰਦਾ ਕਿ ਜੇ ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਿਆ, ਇੱਕ ਤਾਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਇੱਥੇ ਆਉਣ, ਇੱਕ ਮੈਂ ਤੁਹਾਡੇ ਚੈਨਲ ਥਰੂ ਉਹਨਾਂ ਨੂੰ ਬੇਨਤੀ ਕਰੂੰਗਾ ਜਿਹਨਾਂ ਦੇ ਬੜੇ ਹੀ ਇਨੋਵੇਟਿਵ ਮਾਇੰਡ ਹੁੰਦੇ ਆ। ਇਨੋਵੇਟਿਵ ਮਾਇੰਡ ਮਤਲਬ ਜਿਹਨਾਂ ਨੇ ਇੰਨੀਆਂ ਇੰਨੀਆਂ ਸਟੱਡੀਆਂ ਕੀਤੀਆਂ, IAS ਬਣੇ ਆ, ਉੱਦਾਂ ਤਾਂ ਬਣ ਨਹੀਂ ਗਏ ਘਰ ਬਹਿ ਕੇ, ਉਹ ਸਿਰਫ ਇੰਨਾ ਹੀ ਯੋਗਦਾਨ ਪਾ ਦੇਣ ਕਿ ਇੱਕ ਦੋ ਦੋ ਸੁਸਾਇਟੀਆਂ ਅਡੋਪਟ ਕਰ ਲੈਣ। ਉਹਨਾਂ ਦਾ ਅਮਰੇਲਾ ਹੀ ਹੈ ਨਾ ਇੰਨਾ ਪਾਵਰਫੁਲ ਹੁੰਦਾ ਆ ਕਿ ਉਹ ਅਮਰੇਲੇ ਵਿੱਚ ਦੀ ਨਾ ਐਨ ਕਰੋਸ ਕਰ ਸਕਦੀ ਹੈ, ਤਾਂ ਮੀਂਹ ਤਾਂ ਵੱਖਰੀ ਗੱਲ ਹੈ, ਐਨ ਵੀ ਨਹੀਂ ਕਰੋਸ ਕਰਦੀ, ਐਨ ਦਾ ਮਤਲਬ ਤੁਸੀਂ ਸਮਝ ਜਾਣਾ, ਮੀਂਹ ਤਾਂ ਇੱਕ ਕੁਦਰਤ ਹੈਗਾ ਹੀ ਆ। ਐਨ ਜਦੋਂ ਕਹਿ ਦਿੰਦੇ ਆ ਨਾ ਵੀ ਜ਼ਿਮੀਦਾਰ ਕਹਿੰਦੇ ਮੀਂਹ ਪੈ ਗਿਆ ਕੋਈ ਗੱਲ ਨਹੀਂ, ਐਨ ਨਹੀਂ ਪੈਣੀ ਚਾਹੀਦੀ, ਐਨ ਦਾ ਵੀ ਜਿਹੜਾ ਬਚਾਅ ਕਰਦਾ ਉਹ ਅਮਰੇਲਾ ਇਹੀ ਕਰ ਸਕਦਾ ਜਿਹੜਾ IAS ਲੋਭੀ ਆ। ਅਮਰੇਲਾ ਉਹ ਐਨ ਤੋਂ ਬਚਾਅ ਕਰ ਜਾਵੇ, ਮੀਂਹ ਬਰਦਾਸ਼ਤ ਕਰ ਲੈਂਦੀਆਂ ਸੁਸਾਇਟੀਆਂ, ਇਹ ਬਾਕੀ ਸਾਰਿਆਂ ਨੇ ਸਮਝ ਜਾਣਾ। ਇਸ ਕਰਕੇ ਮੈਂ ਬੇਨਤੀ ਕਰੂੰਗਾ ਤੇ ਤੁਹਾਡੇ ਚੈਨਲ ਥਰੂ ਵੀ ਬੇਨਤੀ ਕਰੂੰਗਾ ਇੱਥੇ ਆਉਣ ਤੇ ਹਰ ਜਿਹੜੀਆਂ ਵੱਡੇ ਅਹੁਦੇਦਾਰ ਹੈਗੇ ਆ ਭਾਵੇਂ ਜਿਹੜੇ ਵੀ ਹੈਗੇ ਆ ਉਹ ਸੁਸਾਇਟੀ ਨੂੰ ਇੱਕ ਵਾਰੀ ਅਡੋਪਟ ਕਰਕੇ ਚਲਾ ਦੇਣ। ਜਿਹੜੀ ਆ ਮਨ ਦੀ ਸ਼ੰਕਾ ਕੋਪਰੇਟ ਫੇਲ ਹੁੰਦੀ ਆ, ਇਹ ਕੁਛ ਨਹੀਂ ਫੇਲ ਹੋਣਾ, ਮੁੜ ਕੇ ਚੱਲ ਪੈਣਾ ਫੋਰਨ ਦੀ ਕੋਪਰੇਟ ਵਾਂਗੂ, ਇਹ ਕੋਪਰੇਟਿਵ ਨੇ ਇੰਡੀਆ ਦੀ ਕੋਪਰੇਟਿਵ ਨੇ, ਇਹਨੇ ਹਿੱਸਾ ਲੈਣਾ। ਇਸ ਕਰਕੇ ਮੈਂ ਧੰਨਵਾਦ ਵੀ ਕਰਦਾ ਮਿਨਿਸਟਰੀ ਆਫ ਕੋਪਰੇਸ਼ਨ, ਸੈਂਟਰ ਗੌਰਮੈਂਟ ਦਾ ਵੀ, ਜਿਹਨੇ ਕਿ ਇਹਦੇ ਵਾਸਤੇ ਇੱਕ ਅਲੱਗ ਮਿਨਿਸਟਰੀ ਦਾ ਗਠਨ ਕੀਤਾ ਆ, ਸਿਰਫ ਇਹ ਸੋਚ ਕੇ ਕੀਤਾ ਕਿ ਆਪਾਂ ਕਿਹੜੀ ਆ ਕੋਪਰੇਟਿਵ ਨੂੰ ਮੁੜ ਕੇ ਸੁਰਜੀਤ ਕਰਨਾ, ਜਿੱਥੇ ਤੱਕ ਇਹ ਡੋਨ ਫੋਲ ਚੱਲ ਗਈ ਆਪਾਂ ਨੂੰ ਅੱਪ ਤੇ ਲੈ ਕੇ ਆਉਣਾ। ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਨਾਲ ਹੀ ਉਹਨਾਂ ਨੂੰ ਇੱਕ ਸੁਨੇਹਾ ਵੀ ਦਿੰਦਾ ਤੁਹਾਡੇ ਚੈਨਲ ਦੇ ਥਰੂ ਕਿ ਤੁਸੀਂ ਕਰ ਰਹੇ ਆ ਬਹੁਤ ਵਧੀਆ, ਇਹਦੇ ਵਾਸਤੇ ਮੇਰੀ ਜਿਹੜੀ ਬੇਨਤੀ ਆ ਕਿ ਤੁਹਾਡੇ ਕੋਲ ਬਹੁਤ IAS ਆ, ਕਿਉਂਕਿ ਸੈਂਟਰ ਮਿਨਿਸਟਰੀ ਦੇ ਅੰਡਰ ਹੁੰਦੇ ਆ, ਸਟੇਟ ਮਿਨਿਸਟਰੀ ਦੇ ਅੰਦਰ ਹੁੰਦੇ ਆ, ਸਾਰਿਆਂ ਨੂੰ ਇੱਕ ਅਲੋ ਕਰ ਦਿਓ ਕਿ ਆਪਣੇ ਡਿਪਾਰਟਮੈਂਟ ਦੇ ਨਾਲ ਇੱਕ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਹੱਥ ਫੜ ਲਓ, ਦੇਖੋ ਫਿਰ ਪਿੰਡ ਦੇ ਵਿੱਚ ਕਿੱਦਾਂ ਰੰਗ ਚੇਂਜ ਹੁੰਦੇ। ਇਸ ਕਰਕੇ ਮੈਂ ਤੁਹਾਡੇ ਚੈਨਲ ਦਾ ਮੁੜ ਕੇ ਧੰਨਵਾਦ ਕਰਦਾ ਕਿ ਤੁਸੀਂ ਇਸ ਸੁਸਾਇਟੀ ਨੂੰ ਕਵਰ ਕਰਨ ਆਏ। ਧੰਨਵਾਦ, ਬਹੁਤ ਬਹੁਤ ਧੰਨਵਾਦ।